ਨਾਨਕ ਸਿੰਘ ਦਾ ਨਾਵਲ ਕੋਈ ਹਰਿਆ ਬੂਟ ਰਿਹੋ ਰੀ ਦਾ 47 ਵਾਂ ਅਖਬਾਰਾਂ ਜਿਨ੍ਹਾਂ ਨੂੰ ਪੜਨ ਤੋਂ ਵਰਜਣ ਲਈ ਰੂਪਾ ਦੇ ਸਾਰੇ ਯਤਨ ਵਿਅਰਥ ਚਲੇ ਗਏ ਸਨ ਬਿਨਾਂ ਉਹਦੇ ਯਤਨ ਤੋਂ ਹੀ ਉਹਨਾਂ ਦਾ ਪੜਨਾ ਬੰਦ ਹੋ ਗਿਆ ਉਸ ਦਿਨ ਤੋਂ ਬਾਅਦ ਜਿਵੇਂ ਜਤਿਸ਼ ਨੇ ਸੌਂ ਪਾ ਲਈ ਅਖਬਾਰ ਵੇਖਣ ਦੀ ਰੂਪਾ ਦਿਲਚ ਡਾਢੀ ਪਛਤਾਰੀ ਸੀ ਕਿਉਂ ਨਹੀਂ ਪਤੀ ਦੇ ਇਸ ਸੁਗਲ ਬਾਰੇ ਏਡੀ ਕਰੜੀ ਨੁਕਤਾ ਚੀਨੀ ਕੀਤੀ ਤਾਈਆਂ ਤੋਂ ਕੌੜ ਖਾਖਿਓ ਦੇ ਹੌਕਰ ਨੂੰ ਮਨਾ ਕਰ ਦਿੱਤਾ ਤੇ ਇਦੋਂ ਵੀ ਵੱਡਾ ਕਸ਼ਟ ਰੂਪਾਂ ਨੂੰ ਇਹ ਦੇਖ ਕੇ ਹੋਇਆ ਕਿ ਜਿਸ ਖਤਰੇ ਤੋਂ ਬਚਣ ਲਈ ਉਹ ਪਤੀ ਨੂੰ ਅਖਬਾਰਾਂ ਪੜ੍ਹਨੋਂ ਵਰਜਣਾ ਚਾਹੁੰਦੀ ਸੀ ਗਤੀਸ਼ ਤੇ ਅਖਬਾਰ ਨਾ ਪੜਨ ਦੀ ਸੂਰਤ ਵਿੱਚ ਵੀ ਜਿਉਂਦਾ ਤਿਉਂ ਬਣਿਆ ਰਿਹਾ ਸੁਭਾ ਮਾਮਲਾ ਉਹਨੂੰ ਹੋਰ ਵੀ ਵਿਗੜਦਾ ਵਿਖਾਈ ਦੇਣ ਲੱਗਾ ਗਤੀਸ਼ ਦੀ ਗੰਭੀਰਤਾ ਜਾਂ ਮਾਨਸਿਕ ਬੇਰਹਾਮੀ ਸੁਭਾ ਹੋਰ ਵੱਧ ਗਈ ਇਤੋਂ ਛੋਟੋ ਦੀ ਸਰੀਰਕ ਹਾਲਤ ਵੀ ਪਹਿਲਾਂ ਨਾਲੋਂ ਚਿੰਤਾਵਲੀ ਵਿਖਾਈ ਦੇਣ ਲੱਗੀ ਟੈਂਪਰੇਚਰ ਵਿੱਚ ਲਿਬਾਰੇ ਦੀ ਲਕੀਰ ਉੱਚੀ ਤੋਂ ਉੱਚੀ ਹੋਈ ਜਾ ਰਹੀ ਸੀ ਪਹਿਲਾਂ ਹੋਾਂਗੀ ਹੋਕਰ ਦਿਨ ਛੜੇ ਗਲੀ ਚੋਂ ਲੰਘਦਾ ਪਰ ਚਾਂਦਰ ਅੰਦਰ ਸੁੱਟ ਜਾਂਦਾ ਜਿਹਨੂੰ ਲਿਆ ਕੇ ਰੂਪਾਂ ਦੇ ਲਾਗੇ ਰੱਖ ਦਿੰਦੇ ਪਰ ਜਿੱਥੇ ਉਹ ਰੱਖਦੀ ਉੱਥੇ ਦਾ ਉੱਥੇ ਹੀ ਪਿਆ ਰਹਿੰਦਾ ਯਤੀਸ਼ ਅੱਖ ਚੁੱਕ ਕੇ ਵੀ ਉਸ ਵੱਲ ਨਾ ਤੱਕਦਾ हे ਰੱਬ ਜੀ ਦੇਲੇ ਦਿਲ ਚ ਰੂਪਾਂ ਪੁਕਾਰਦੀ ਸਾਡੇ ਨਾਲ ਕੀ ਹੋਣ ਵਾਲਾ ਹੈ ਛੇਕੜੋ ਡਾਕਟਰ ਨੂੰ ਸਾਧ ਲਈ ਡਾਕਟਰ ਆਏ ਆਪਣੇ ਫਰਜ਼ ਦੀ ਅਦਾਇਗੀ ਲਈ ਜੈਸਾ ਕੁਝ ਕਰਨਾ ਚਾਹੀਦਾ ਸੀ ਉਸ ਕੀਤਾ ਮੂੰਹ ਜ਼ਬਾਨੀ ਉਹਨੇ ਰੂਪਾਂ ਨੂੰ ਤਰਵਾਸ ਵੀ ਬਥੇਰੀ ਦਿੱਤੀ ਪਰ ਇਹਦਾ ਰੂਪਾਂ ਤੇ ਪਹਿਲਾ ਵਰਗਾ ਅਸਰ ਨਹੀਂ ਹੋਇਆ ਉਹਨੂੰ ਸਾਫ਼ ਲੱਗਦਾ ਸੀ ਕਿ ਗੋਗਲਿਆਂ ਤੋਂ ਮਿੱਟੀ ਝਾੜਨ ਤੋਂ ਬਿਨਾਂ ਹੋਰ ਕੁਝ ਨਹੀਂ ਡਾਕਟਰ ਦੇ ਇਹਨਾਂ ਆਸ਼ਵਾਸਨਾਂ 'ਚ ਯतीश ਦੀ ਸਿਹਤ ਬਹੁਤ ਦਿਨੋਂ ਦਿਗਦੀ ਜਾ ਰਹੀ ਸੀ ਪਰ ਉਹਦੇ ਚਿਹਰੇ ਦੀ ਟੁਕੜੀ ਅਜੇ ਵੀ ਚਿਤੰਨ ਸੀ ਜਦੋਂ ਵੀ ਉਹ ਗੱਲਾਂ ਕਰਨ ਲੱਗਦਾ ਰੂਪਾ ਨੂੰ ਫਿਕਰ ਪੈ ਜਾਂਦਾ ਤੇ ਯਤਨ ਕਰਕੇ ਉਹਦੇ ਰਾਉਂ ਨੂੰ ਗੱਲਾਂ ਕੱਥਾਂ ਵੱਲੋਂ ਮੋੜਿਆ ਕਰਦੀ ਉਹਦੀ ਕੋਸ਼ਿਸ਼ ਰਹਿੰਦੀ ਯतीश ਘੱਟ ਤੋਂ ਘੱਟ ਬੋਲੇ ਉਹਦੇ ਬਹੁਤਾ ਬੋਲਣ ਦਾ ਨਤੀਜਾ ਹੁੰਦਾ ਹਰਾਰਤ ਵਿੱਚ ਵਾਧਾ ਇਤੋਂ ਪਹਿਲਾਂ ਰੂਪਾ ਇੰਨੀ ਕਦੀ ਨਹੀਂ ਸੀ ਘਬराई ਘਬਰਾੜ ਦਾ ਕਾਰਨ ਵੀ ਤਾਂ ਇੱਕਾ ਦੁੱਕਾ ਨਹੀਂ ਅਨੇਕਾਂ ਸੀ ਮਰੀਜ਼ ਦੀ ਹਾਲਤ ਬਾਰੇ ਚਿੰਤਾ ਅੱਤ ਦੀ ਮਹਿੰਗਾਈ ਦੇ ਖਰਚਾਂ 'ਚ ਦਿਨੋ ਦਿਨ ਹੁੰਦਾ ਜਾ ਰਿਹਾ ਵਾਧਾ ਇਸ ਉੱਤੇ ਮੁਸੀਬਤ ਇਹ ਕਿ ਉਹਦਾ ਸੂਈ ਧਾਗੇ ਦਾ ਕੰਮ ਵੀ ਲਗਭਗ ਠੱਪ ਹੋਇਆ ਪਿਆ ਸੀ ਲਾਂਡਰੀ ਵਾਲੇ ਦਾ ਆਦਮੀ ਫੇਰੇ ਤੇ ਫੇਰੇ ਪਾਈ ਜਾਂਦਾ ਰੂਪਾ ਨੂੰ ਲਾਰੇ ਤੇ ਲਾਰਾ ਲਾਈ ਜਾਂਦੀ ਨਾ ਉਹਨੂੰ ਟਿੱਕ ਕੇ ਬੈਠਣਾ ਮਿਲਦਾ ਨਾ ਸੂਈ ਹੱਥ 'ਚ ਫੜਨ ਦਾ ਅਵਸਰ ਮਿਲਦਾ ਮਕਾਨ ਦਾ ਕਿਰਾਇਆ ਘਟਵਾਣੀਆਂ ਦਾ ਕਰਜ ਇਥੋਂ ਤੱਕ ਕਿ ਦਵਾਈਆਂ ਵੀ ਉਧਾਰ ਆ ਰਹੀਆਂ ਸੀ। ਕਿਸ਼ਨ ਸਿੰਘ ਲਾਂਢੀ ਵਾਲੇ ਨੇ ਆਪਣੇ ਵੱਲੋਂ ਕਾਫੀ ਮਦਦ ਕੀਤੀ ਪਰ ਆਖਰ ਕਿੱਥੋਂ ਤੱਕ? ਲਾਹ ਪਾ ਕੇ ਹੁਣ ਜੀ ਉਸ ਲਈ ਆਸ ਦਾ ਕੋਈ ਟਿਮਕਣਾ ਬਾਕੀ ਸੀ ਤਾਂ ਪਿਓ ਦਾ ਜਿਨੇ ਲਿਖਿਆ ਸੀ ਵੀ ਛੇਤੀ ਆ ਰਿਹਾ ਹੈ। ਆ ਕੇ ਉਹਨਾਂ ਦੋਹਾਂ ਨੂੰ ਨਾਲ ਲੈ ਜਾਏਗਾ। ਰੂਪਾ ਘੜੀਆਂ ਪਲ ਗਿਣ-ਗਿਣ ਕੇ ਉਹਦੀ ਉਡੀਕ ਕਰ ਰਹੀ ਸੀ। ਉਸ ਤੋਂ ਬਾਅਦ ਰੂਪਾ ਨੇ ਖੋਡਾਡੇ ਦਰਦ ਭਰੀ ਚਿੱਠੀ ਪਾਈ ਜਿਹਦਾ ਅਜੇ ਤੱਕ ਜਵਾਬ ਨਹੀਂ ਸੀ ਆਇਆ। ਪਤੀ ਨੂੰ ਦਵਾਈ ਦੀ ਡੋਜ਼ ਦੇ ਕੇ ਰੂਪਾ ਨੇ ਸੂਈ 'ਚ ਧਾਗਾ ਜੇ ਪਾਇਆ ਹੀ ਸੀ ਕਿ ਬੂਆ ਖੜਕੇ ਆ ਸੁਣਦੇ ਆਂ ਸੂਈ ਨੂੰ ਪਟਾਰੀ 'ਚ ਸੁੱਟਦੀ ਬੂਏ ਬਲਪੱਜੀ ਸ਼ਾਇਦ ਉਹਦਾ ਭਾਇਆ ਆ ਗਿਆ ਯਤੀਸ਼ ਚੰਦਰ ਉਹ ਰਲ ਕਰੇ ਹੋਏ ਹਾਂਜੀ ਆਓ ਲੰਘ ਆਓ ਰੂਪਾ ਨੇ ਭਾਵੇਂ ਤੋਂ ਪਹਿਲਾਂ ਇੱਕ ਅਦ ਵੇ ਰਹੀ ਮਨੋਰ ਨੂੰ ਵੇਖਿਆ ਸੀ ਪਰ ਪਛਾਣਨ 'ਚ ਉਹਨੂੰ ਦੇਰ ਨਹੀਂ ਲੱਗੀ ਉਧਰ ਯਤੀਸ਼ ਨੇ ਸ਼ਾਇਦ ਆਪਣੇ ਮਿੱਤਰ ਦੀ ਆਵਾਜ਼ ਪਛਾਣ ਲਈ ਸੀ ਅਬੜਵਾਏ ਪੁਕਾਰਿਆ ਮਨੋਰ ਤੇ ਮਨੋਰ ਭੱਜ ਕੇ ਉਸ ਕੋਲ ਆ ਪਹੁੰਚਿਆ मनोर ने यतीश ਨੂੰ ਤੇ यतीश ਨੇ मनोर ਨੂੰ ਨਮਸਤੇ ਕਈ ਰੂਪਾਂ ਨੇ ਕੁਰਸੀਆਂ ਗਾਂ ਸਰਕਾਰ ਦੀ ਸਭਿਆਰੇ ਪਿਛਲੇ ਦਿਨੀ ਰੂਪਾ ਨੇ ਦੋ ਕੁਰਸੀਆਂ ਖਰੀਦ ਲੀਆਂ ਸੀ ਉਹ ਕੁਰਸੀ ਤੇ ਬੈਠ ਗਿਆ ਬੈਠਦੇ ਹਾਂ ਭੁੱਲਿਆ ਯतीश ਰੂਪਾ ਨੇ ਪਤੀ ਦਾ ਇਸ਼ਾਰਾ ਪਾ ਕੇ ਉਹਨੂੰ ਸਿੱਧਿਆਂ ਕਰਕੇ ਢਸਣਾ ਦੇ ਆਸਰੇ ਬਿਠਾਤਾ ਸਭਿਆਤਾ ਦਾ ਤਕਾਜ਼ਾ ਪੂਰਾ ਕਰਨਾ ਜ਼ਰੂਰੀ ਜਾਣ ਕੇ ਸਭ ਤੋਂ ਪਹਿਲਾਂ ਯतीश ਨੇ ਰੂਪਾ ਨਾਲ ਆਪਣੀ ਦੋਸਤੀ ਜਾਣ ਪਛਾਣ ਕਰਾਈ ਪਤੀ ਦਾ ਦੇਸ਼ ਭਾਗੀ ਰੂਪਾ ਪਰਣੀ ਲਿਚਾਬ ਨਾਲ ਨਿਚੇ ਲਿ ਗਈ ਇਧਰ ਦੋਹਾਂ ਵਿਚਾਰਤਾਲਾਪ ਸ਼ੁਰੂ ਹੋਇਆ ਮਕਾਨ ਲੱਭਿਆ ਸੀ ਪੁੱਛਦਾ ਪੁੱਛਾਂਦਾ ਆਈ ਪਹੁੰਚਿਆ ਇਹ ਤੋਂ ਬਾਅਦ ਬਿਮਾਰ ਪੁਰਸ਼ੀ ਦਾ ਫਰਜ਼ ਪੂਰਾ ਕਰਨ ਦੇ ਖਿਆਲੋਂ ਮਨੋਰ ਨੇ ਸਵਾਲ ਤੇ ਸਵਾਲ ਕਰਨੇ ਸ਼ੁਰੂ ਕੀਤੇ ਜਿਨ੍ਹਾਂ ਦਾ ਯਥਾ ਯੋਗ ਉੱਤਰ ਦਿੰਦਾ ਚਲਾ ਗਿਆ ਗਯਤੀਸ਼ ਦੋ ਪਾਸਿਆਂ ਜਦ ਦੇ ਪ੍ਰਸ਼ਨ ਉੱਤਰ ਦਾ ਸਿਲਸਿਲਾ ਖਤਮ ਹੋ ਚੁੱਕਾ ਤਾਂ ਗਯਤੀਸ਼ ਬੁਲਿਆ ਬੜੀ ਖੇਚਲ ਕੀਤੀ ਕੀ ਕਰਦਾ ਫਿਰ ਤੂੰ ਜੋ ਐਡਾ ਨਿਰਮੋਹੀ ਹੋ ਗਿਓ ਚਿੱਠੀਆਂ ਪਾਪਾ ਥੱਕ ਲੱਥਾ ਨਾ ਕੋ ਯੋਗ ਨਾ ਸੋਗ ਪਰ ਮੈਨੂੰ ਤਾਂ ਤੇਰੀ ਉਸ ਪਹਿਲੀ ਚਿੱਠੀ ਤੋਂ ਬਾਅਦ ਕੋਈ ਨਹੀਂ ਮਿਲੀ ਮਿਲਦੀ ਕਿਵੇਂ ਕਹਿੰਦੇ ਆ ਮਨੋਰ ਨੇ ਕੋਟ ਦੀ ਜੇਬ ਚ ਦੋ ਲੁਫਾਫੇ ਕੱਢ ਕੇ ਉਹਦੇ ਅੱਗੇ ਰੱਖਤੇ ਜਿਨ੍ਹਾਂ ਬਾਰੇ ਉਹਨੇ ਦੱਸਿਆ ਕਿ ਉਹਨੂੰ ਮੁਸਾਫਰਖਾਨੇ ਦੀ ਮਹੰਤਵੀ ਨੇ ਦਿੱਤੇ ਨਹੀਂ ਕਹਿ ਕੇ ਹੇਠਲਾ ਕਿਰਾਏਦਾਰ ਅਰਥਾਤ ਯਤੀਸ਼ ਇਹ ਤੋਂ ਚਲਾ ਗਿਆ ਤੇ ਉਹਦੇ ਨਾਂ ਦੀਆਂ ਚਿੱਠੀਆਂ ਉਹ ਇਸ ਖਿਆਲੋਂ ਰੱਖ ਛੱਡਦੀ ਕਿ ਵੀ ਆਪੇ ਕੋਈ ਆ ਕੇ ਲੈ ਜਾਏਗਾ ਮਨੋਰ ਦੇ ਸ਼ਿਕਵਿਆਂ ਦੀ ਲੜੀ ਸ਼ਾਇਦ ਚੋਖੀ ਲੰਮੀ ਸੀ ਜਿਨ੍ਹਾਂ ਨੂੰ ਸੁਣਨ ਤੋਂ ਪਹਿਲਾਂ ਯਤੀਸ਼ ਹੁਣਾਂ ਚਿੱਠੀਆਂ ਨੂੰ ਖੋਲ ਕੇ ਪੜਨ ਲੱਗਾ ਪੜ ਲਈਆਂ ਹੀ ਦੂਸਰੀ ਚਿੱਠੀ ਖਤਮ ਹੋਣ ਤੋਂ ਬਾਅਦ ਮਨੋਰ ਨੇ ਉਹਨੂੰ ਪੁੱਛਿਆ ਪੜ ਲਈਆਂ ਨੇ ਫਿਰ ਕਸੂਰવાર ਕੌਣ ਹੋਇਆ ਕਸੂਰવાર ਯतीशਾਸਪਿਆ ਨਤੂਨ ਮੈਂ ਹੋਰ ਕੌਣ ਹੋਰ ਯतीश ਬੁੱਲਾਹ ਚ ਮੁਸਕਰਾ ਕੇ ਰਹਿ ਗਿਆ ਨੌਰ ਦੇ ਰੋਂ ਤੋਂ ਜਾਪਦਾ ਸੀ ਜਿਵੇਂ ਦੋਸਤ ਲਈ ਸ਼ਿਕਵਿਆਂ ਦਾ ਇੱਕ ਤਕੜਾ ਅੰਬਾਰ ਦਿਲ ਤੇ ਲੱਦ ਕੇ ਲਿਆ ਪਰ ਐਡੇ ਅੰਬਾਰ ਨੂੰ ਚੁੱਕ ਸਕਣ ਦੀ ਤਾਕਤ ਆਪਣੇ ਬਿਮਾਰ ਮਿੱਤਰ ਚ ਨਾ ਵੇਖ ਕੇ ਉਹਨੇ ਸ਼ਾਇਦ ਹਾਲ ਦੀ ਘੜੀ ਇਸ ਬੋਝ ਨੂੰ ਆਪਣੇ ਅੰਦਰ ਢੱਕੀ ਰੱਖਣ ਦਾ ਇਰਾਦਾ ਕਰ ਲਿਆ ਕਰਮਾਂ ਦੀ ਮਾਰ ਮੈਨੂੰ ਕੀ ਪਤਾ ਸੀ ਜੋ ਇੰਨਾ ਬਿਮਾਰ ਹੈ ਤੂੰ ਤੇਰੀ ਚਿੱਠੀ ਚੋਂ ਕੁਝ ਇਸ਼ਾਰਾ ਜਿਹਾ ਤਾਂ ਇਹਦਾ ਮਿਲਿਆ ਸੀ ਪਰ ਮੈਂ ਖਿਆਲ ਕੀਤਾ ਹੋਏਗਾ ਸੋ ਜੋ ਕਾਮਜਕੂਮ ਦੀ ਮਾੜੀ ਮੋਟੀ ਤਕਲੀਫ ਚਲੋ ਮੰਨ ਲਿਆ ਚਿੱਠੀਆਂ ਤੈਨੂੰ ਨਾਮ ਪਹੁੰਚੀਆਂ ਸੀ ਪਰ ਤੇਰਾ ਫਰਜ਼ ਨਹੀਂ ਸੀ ਜਯਤੀਸ਼ ਨੇ ਉਹਨੂੰ ਟੋਕਤਾ ਛੱਡ ਯਾਰ ਹੁਣ ਇਹ ਨਾ ਮਿਹਣਿਆਂ ਉਲੰਭਿਆਂ ਨੂੰ ਇੰਨਾ ਹੀ ਸ਼ੁਕਰ ਹੈ ਕਿ ਛੇਕੜ ਦੇ ਵੇਲੇ ਤੇਰਾ ਮੇਲ ਤਾਂ ਹੋ ਗਿਆ ਛੇਕੜ ਦੇ ਵੇਲੇ ਨੌਰ ਨੇ ਜਵੇਂ ਦਿਲ ਨੂੰ چیر ਕੇ ਬੋਲੇ ਵਾਕ ਕਿ ਜਯਤੀਸ਼ ਰੱਬ ਦੇ ਵਾਸਤੇ ਐਸੀ ਬੇਹੁੱਦਾ ਗੱਲ ਨਾ ਮੂੰਹੋਂ ਕੱਢ ਯਾਰ ਤੂੰ ਤਾਂ ਬੜੇ ਮਜ਼ਬੂਤ ਦਿਲ ਵਾਲਾ ਸੈਂ ਯਤੀਸ਼ ਤੇ ਨਕਸ਼ਾ ਤੇ ਕੋੜਾ ਜਿਹਾ ਹਾਸਾ ਫੈਲ ਗਿਆ ਤੂੰ ਮੈਨੂੰ ਗਲਤ ਸਮਝਿਆ ਮਨੋਰ ਮੇਰਾ ਦਿਲ ਅਜੇ ਵੀ ਕਾਫੀ ਮਜ਼ਬੂਤ ਹੈ ਪਰ ਕਿੰਨਾ ਹੀ ਕੋਈ ਦਿਲ ਦਾ ਮਜ਼ਬੂਤ ਪਿਆ ਹੋਵੇ ਮੌਤ ਤੋਂ ਤਾਂ ਕੋਈ ਨਹੀਂ ਬਚ ਸਕਦਾ ਤੈਨੂੰ ਮੇਰੇ ਸਿਰ ਦੀ ਸੋਈ ਯਤੀਸ਼ ਮਨੋਰ ਰੋਣ ਹੱਕੀ ਆਵਾਜ਼ ਚ ਬੋਲ ਚੰਦਰੇ ਬੋਲ ਨਾ ਬੋਲ ਤੈਨੂੰ ਸੱਤੇ ਸੁੱਖਾਂ ਨੇ ਯਤੀਸ਼ ਕਾਸ਼ ਤੂੰ ਪਹਿਲਾਂ ਹੀ ਦੱਸ ਪੇਜਦੇ ਮੈਨੂੰ ਪਰ ਕੋਈ ਗੱਲ ਨਹੀਂ ਅਜੇ ਵੀ ਡੁੱਲੇ ਮੇਰਾਂ ਦਾ ਕੁਝ ਨਹੀਂ ਵਿਗੜਿਆ ਹਾਂ ਆਪਣੇ ਪਾਪਾ ਜੀ ਦੀ ਚਿੱਠੀ ਵੀ ਤੂੰ ਪੜ ਲਈ ਹੈ ਨਾ ਜਿਹੜੀ ਮੇਰੀ ਚਿੱਠੀ ਦੇ ਨਾਲ ਟੰਕੀ ਪੜ ਲਈ ਫਿਰ ਕੀ ਖਿਆਲ ਹੈ ਤੇਰਾ ਕਿਸ ਬਾਰੇ ਮੱਛਲਾ ਨਾ ਬਣ ਕੇ ਤੀਸ਼ ਸਿੱਧੀਆਂ ਸਿੱਧੀਆਂ ਗੱਲਾਂ ਕਰ ਮੇਰੇ ਨਾਲ ਅੰਕਲ ਨੇ ਜੋ ਇੰਨੀਆਂ ਤਕੀਦਾਂ ਕਰ ਕਲੀਆਂ ਨੇ ਤੈਨੂੰ ਤੇ ਗਿੜਗੜਾਣ ਦੀ ਹਾਲਤ ਤੱਕ ਤਾਂ ਤੇਰਾ ਵੀ ਫਰਜ਼ ਬਣਦਾ ਹੈ ਕਿ ਗੁੱਸੇ ਨੂੰ ਥੁੱਕ ਸੁਟੇ ਹੂੰ ਨਿਰਾਇਕ ਇੱਕ ਅਖਰਾ ਸ਼ਬਦ ਕਹਿ ਕੇ ਜਦ ਯਤੀਸ਼ ਮscht ਮਾਰ ਗਿਆ ਤਾਂ ਮਨੋਰ ਆਪਣੀ ਅਪੀਲ ਨੂੰ ਹੋਰ ਅਸਰਦਾਰ ਬਣਾਉਂਦਾ ਹੋਇਆ ਬੋਲਿਆ ਵੇਖ ਯਤੀਸ਼ ਇਹ ਨਾ ਖਿਆਲ ਕਰੀਂ ਕਿ ਮੈਂ ਤੈਨੂੰ ਕੋਈ ਉਪਦੇਸ਼ ਦੇਣ ਤੁਰਿਆ। ਮੰਨ ਲਿਆ ਇੱਕ ਆਦਮੀ ਗੁਨਾਹਗਾਰ ਹੈ ਤੇ ਆਪਣੇ ਗੁਨਾਹ ਤੋਂ ਮੁਕਰਨਾ ਉਹਨੂੰ ਡਬਲ ਗੁਨਾਹਗਾਰ ਬਣਾ ਦਿੰਦਾ। ਪਰ ਜੇ ਉਹ ਆਪਣੇ ਗੁਨਾਹ ਦਾ ਇੱਕ ਬਾਲ ਕਰ ਲੈਂਦਾ, ਪਛਤਾਵਾ ਕਰਦਾ, ਅੱਗੋਂ ਲਈ ਤੌਬਾ ਵੀ ਕਰਦਾ ਕਿ ਫੇਰ ਵੀ ਉਹ ਮਾਫੀ ਦਾ مستਾਇਕ ਨਹੀਂ ਤੇ ਆਪਣੇ ਪਾਪਾ ਬਾਰੇ ਇਹ ਸਭ ਕੁਝ ਉਹਨਾਂ ਦੀ ਚਿੱਠੀ 'ਚੋਂ ਪੜ੍ਹ ਕੇ ਤੇਰਾ ਦਿਲ ਜ਼ਰੂਰ ਨਰਮ ਹੋ ਜਾਣਾ ਚਾਹੀਦਾ। ਆਖਰ ਪਿਓ-ਪੁੱਤਰ ਦਾ ਰਿਸ਼ਤਾ ਹੈ ਇਹ ਤੇ ਇਸ ਕੁਝ ਵੀ ਹੋਵੇ ਟੁੱਟੀਆਂ ਬਾਹਾਂ ਝੇਕੜ ਗੱਲ ਨਹੀਂ ਲੱਗਦੀਆਂ। ਬਸ ਸੌਵਲਾਉਣਾ ਦੇ ਕੋ ਗੰਡ ਮੁਕਦੇਵ ਚੁੱਕਦੀ ਗੱਲ ਕਿ ਸਵੇਰ ਦੀ ਗੱਡੀ ਸਾਨੂੰ ਇੱਥੋਂ ਚੱਲਣਾ ਪਏਗਾ ਅੰਕਲ ਤਾਂ ਖੁਦ ਮੇਰੇ ਨਾਲ ਆਉਣ ਨੂੰ ਤਿਆਰ ਸੀ ਪਰ ਕਿਸੇ ਜ਼ਰੂਰੀ ਕੰਮ ਲਈ ਉਹਨਾਂ ਨੂੰ ਬਾਹਰ ਜਾਣਾ ਪੈ ਗਿਆ ਸੁਣ ਕੇ ਯतीश ਤੇ ਬੁੱਲਾ ਤੇ ਕੋੜਾ ਜਿਹਾ ਹੱਸਾ ਫੈਲ ਗਿਆ ਸ਼ਾਇਦ ਇਹ ਸੋਚਦੇ ਆ ਕਿ ਕਿਸੇ ਜ਼ਰੂਰੀ ਕੰਮ ਦਾ ਹਰਜ ਕਰਕੇ ਕਿਉਂ ਕਿਸੇ ਗੈਰ ਜ਼ਰੂਰੀ ਕੰਮ ਲਈ ਆਪਣਾ ਹਰਜ ਕਰਦੇ ਸੋ ਨੋਆ ਨਾਲੋਂ ਮਾਸ ਨਹੀਂ ਨਿਕੜਦਾ ਹੁੰਦਾ ਯतीश ਜਿੱਥੇ ਲਹੂ ਮਾਸ ਦਾ ਰਿਸ਼ਤਾ ਹੋਵੇ ਉੱਥੇ ਵੱਡੀ ਤੋਂ ਵੱਡੀ ਗਲਤੀ ਨੂੰ ਵੀ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ ਇਸ ਤੋਂ ਛੋਟੇ ਇਨਸਾਨੀਅਤ ਦਾ ਵੀ ਤਕਾਜ਼ਾ ਏ ਦੁਖੀ ਨੂੰ ਹੋਰ ਦੁਖਾਣ ਦੀ ਬਚਾਏ ਉਹਦਾ ਦੁੱਖ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਏ ਤੂੰ ਚਿੱਠੀ ਚ ਪੜੀ ਚੁੱਕਾ ਹੈ ਅੱਜ ਕੱਲ ਉਹ ਕਿੰਨੇ ਦੁਖੀ ਨੇ ਸਰੀਰਕ ਤੌਰ ਤੇ ਵੀ ਮਾਨਸਿਕ ਤੌਰ ਤੇ ਵੀ ਅਖਰ ਤੂੰ ਚਾਹਨਾ ਕੀ ਹੈ ਵੱਧ ਤੋਂ ਵੱਧ ਤੇਰਾ ਇਹ ਮੁਤਾਲਬਾ ਸੀ ਨਾ ਕਿ ਤੂੰ ਆਪਣੀ ਪਤਨੀ ਨੂੰ ਨਹੀਂ ਛੱਡ ਸਕਦਾ ਇਹ ਵੀ ਉਹਨਾਂ ਨੂੰ ਮਨਜ਼ੂਰ ਕਰ ਲਿਆ ਭਾਵੇਂ ਆਪਣੇ ਦਿਲ ਤੇ ਪੱਥਰ ਰੱਖ ਕੇ ਤੇ ਮੈਂ ਸਮਝਣਾ ਹੈ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਜਿਹੜੀ ਉਹ ਤੇਰੀ ਖਾਤਰ ਕਰ ਰਹੇ ਨੇ ਹੋਰ ਦਸ ਹੁਣ ਮੱਕੇ ਉੱਪਰੇ ਉਜਾੜ ਬਾਕੀ ਗੱਲਾਂ ਦਾ ਸਿਲਸਿਲਾ ਇੱਥੇ ਆ ਕੇ ਰੁਕ ਗਿਆ ਜਦ ਉਹ ਹੀ ਆ ਪਹੁੰਚੀ ਜਿਹਦਾ ਜ਼ਿਕਰ ਮਨੋਰ ਦੀ ਜ਼ੁਬਾਨ ਤੇ ਸੀ ਰੂਪਾ ਨੇ ਗੁੜ ਦੀ ਛਾਦਾ ਗਲਾਸ ਤੇ ਪਾਈ ਤੇ ਰੱਖ ਦਿੱਤਾ ਰੱਖਣ ਤੋਂ ਬਾਅਦ ਛਟਕੂ ਖੜੋਤੀ ਰਹੀ ਫਿਰ ਮੁੜ ਗਈ ਮਨੋਰ ਦਾ ਧਿਆਨ ਨਾ ਤਾਂ ਚਾਵਲ ਨਾ ਚਾਹ ਲਿਆਉਣ ਵਾਲੀ ਵੱਲ ਗਿਆ ਜਿਵੇਂ ਘਰ ਦੀ ਕੋਈ ਨੁਕਰਾਨੀ ਕੁਝ ਰੱਖ ਕੇ ਚਲੀ ਗਈ ਹੋਵੇ ਆਪਣੇ ਬਾਲ ਸਖਾਈ ਯਾਰ ਨੂੰ ਵੇਖ ਕੇ ਯतीश ਨੂੰ ਖੁਸ਼ੀ ਨਾ ਹੁੰਦੀ ਇਹ ਕਿਵੇਂ ਹੋ ਸਕਦਾ ਸੀ ਫੇ ਜਿਹੜਾ ਆਇਆ ਵੀ ਸੀ ਉਸ ਲਈ ਪਿਆਰ ਤੇ ਹਮਦਰਦੀ ਦਾ ਜਜ਼ਬਾ ਲੈ ਕੇ ਪਰ ਪਰੋਸੀ ਹੋਈ ਥਾਲੀ 'ਚ ਜਿਵੇਂ ਮੱਖੀ ਅੱਡ ਗਈ ਹੋਵੇ ਕੁਝ ਉਦਾਂ ਦੀ ਕਚਿਆਣ ਜੀ ਪੈਦਾ ਹੋਣ ਲੱਗੀ ਜਤੈਸ਼ ਨੂੰ ਜਦੋਂ ਨੇ ਆਪਣੇ ਦੋਸਤ ਰੂਪਾ ਪ੍ਰਤੀ ਰੁੱਖਾ ਰਵਈਆ ਦਿਖਾਈ ਦਿੱਤਾ ਉਹਨੂੰ ਜੇ ਮਨੋਰ ਆਪਣਾ ਦੋਸਤ ਮੰਨਦਾ ਤਾਂ ਕਿ ਦੋਸਤੀ ਪਤਨੀ ਕੁਝ ਨਹੀਂ ਸੀ ਲੱਗਦੀ ਕਿ ਮਨੋਰ ਦਾ ਫਰਜ਼ ਨਹੀਂ ਸੀ ਆਉਂਦੀਆਂ ਇਹ ਰੂਪਾ ਨੂੰ ਪਰਜਾਈਆਂ ਵਾਲਾ ਆਦਰ ਦਿੰਦਾ ਆਉਂਦਿਆ ਨਾ ਸੀ ਮਗਰੋਂ ਹੀ ਸੀ گویا ਇਹਨੇ ਤਾਂ ਉਦੀ ਰੂਪਾ ਨੂੰ ਸਮਝਿਆ ਹੀ ਕੁਛ ਨਹੀਂ ਜਿਵੇਂ ਰੁਪਾਏ ਦੇ ਭਾਣੇ ਉਧਾਲ ਕੇ ਲਿਆਂਦੀ ਹੋਵੇ ਤੇ ਇਸ ਆੜਗੀ ਮੱਖੀ ਨੇ ਯतीश ਲਈ ਸੁਮੁੱੱਚੀ ਥਾਲੀ ਦਾ ਹੀ ਸਵਾਦ ਕਿਰਕਰਾ ਕਰ ਦਿੱਤਾ ਉਹਨੂੰ ਪ੍ਰਤੀਤ ਹੋਣ ਲੱਗਾ ਜਿਵੇਂ ਮਨੋਰ ਉਸ ਲਈ ਪਿਆਰ ਤੇ ਹਮਦਰਦੀ ਦਾ ਜਜ਼ਬਾ ਲੈ ਕੇ ਨਹੀਂ ਆਇਆ ਬਲਕਿ ਆਪਣੇ ਐਸਾਨਾਂ ਦਾ ਆਪਣੀ ਉਦਾਰਤਾ ਦਾ ਵਿਖਾਲਾ ਕਰਨ ਆਇਆ ਭਾਵੇਂ ਕੇ ਦਿਲੋਂ ਹੀ ਇਹਦਾ ਵਿਸ਼ਵਾਸੀ ਨਹੀਂ ਸੀ ਖਾਸ ਤੌਰ ਤੇ ਯतीश ਦੇ ਦਿਲ ਉਤੇ ਹੋਰ ਵੀ ਕਰੜੀ ਸੱਚ 6:00 ਵਜੇ ਜਿਸ ਵੇਲੇ ਉਹਨੇ ਮੁੜ ਰਹੀ ਰੂਪਾ ਦੇ ਚਿਹਰੇ ਵੱਲ ਤੱਕਿਆ ਰੂਪਾਨ ਪਰ ਸਈ ਨਵੀਂ ਸਭਿਅਤਾ ਤੋਂ ਅਨਜਾਨ ਸੀ ਪਰ ਕੀ ਮਾਨਸਿਕ ਤੌਰ ਤੇ ਓਡੀ ਸਿੱਧੜ ਸੀ ਜੋ ਆਪਣੇ ਪਤੀ ਦੇ ਦੋਸਤ ਵੱਲੋਂ ਉਸ ਰਵੱਈਏ ਨੂੰ ਸਮਝ ਨਾ ਸકી ਨਾ ਹੀ ਬਹੁਤਾ ਕਬੂਲਿਆ ਹੋਏਗਾ ਰੂਪਾ ਨੇ ਇਹਦੇ ਅਸਰ ਨੂੰ ਸ਼ਾਇਦ ਆਪਣੇ ਛੁਟਪਣ ਦੇ ਖਿਆਲੋਂ ਪਰ ਕਿਹੜੀ ਜਨਾਨੀ ਹੋਏਗੀ ਜਿਹੜੀ ਆਪਣੇ ਆਦਮੀ ਦੇ ਵੱਡਪਣ ਉਤੇ ਨਾਜ਼ ਨਾ ਕਰਦੀ ਹੋਵੇ ਪਰ ਇੰਨੀ ਕਰੜੀ ਚੋਟ ਖਾ ਕੇ ਵੀ ਅਤੀਸ਼ ਮੇਜ਼ਬਾਨੀ ਦੇ ਕਰਤਵ ਨੂੰ ਨਹੀਂ ਭੁੱਲਿਆ ਮਾਫ ਕਰੀਂ ਦੋਸਤ ਗਰੀਬਾਂ ਦੇ ਘਰ ਆ ਕੇ ਜੇ ਕੱਚ ਦੇ ਗਲਾਸ ਨੂੰ ਚੀਨੀ ਦੀ ਪਿਆਲੀ ਤੇ ਗੁੜ ਨੂੰ ਖੰਡ ਸਮਝ ਲਿਆ ਜਾਏ ਤੇ ਇਸ ਨਾਲ ਵੱਡੇ ਲੋਕਾਂ ਦੀ ਜੱਜ ਕੋਈ ਬਹੁਤਾ ਫਰਕ ਨਹੀਂ ਪੈਂਦਾ। ਝੋਟ ਕਰਾਰੀ ਵੀ ਸੀ, ਕਰੜੀ ਵੀ। ਜਿਹਨੂੰ ਮਨੋਰ ਜ਼ਰਾ ਕੁਝ ਨਿਸ਼ਰਮਿੰਦਗੀ ਭਰੀ ਮੁਸਕਰਾਟ ਨਾਲ ਸਹਿ ਗਿਆ। ਉਹਨੇ ਜੇਬ ਚੋਂ ਰੁਮਾਲ ਕੱਢ ਕੇ ਗਲਾਸ ਚੁੱਕਿਆ, ਪਹਿਲੇ ਘੁੱਟ ਦੇ ਨਾਲ ਬੋਲਿਆ, "ਵਾਹ! ਇਹ ਤਾਂ ਖੂਬ ਕਹੀ ਤੋ।" ਮੇਰੇ ਦੋਸਤ ਹੰਸ ਨੂੰ ਜੇ 4 ਦਿਨ ਕਾਂਵਾਂ 'ਚ ਰਹਿਣਾ ਪੈ ਜਾਏ ਤਾਂ ਕੀ ਇਹਦਾ ਮਤਲਬ ਹੈ ਹੰਸ ਨਹੀਂ ਰਹਿੰਦਾ? ਮੇਰੀਆਂ ਨਜ਼ਰਾਂ ਤੂੰ ਅੱਜ ਵੀ ਉਹੀ ਯतीश ਹੈ ਜੋ ਪਹਿਲਾਂ ਸੀ ਆਪਣੇ ਵੱਲੋਂ ਭਾਵੇਂ ਮਨੋਰ ਨੇ ਗੱਲ ਕਹੀ ਸੀ ਦੋਸਤ ਦੇ ਦਿਲ ਚੋਂ ਇਸਾਸੇ ਕਮਤਰੀ ਦੂਰ ਕਰਨ ਦੇ ਖਿਆਲੋਂ ਪਰ ਯतीश ਨੇ ਇਹਨੂੰ ਹਕੀਕੀ ਰੰਗ ਚ ਗ੍ਰਹਿਣ ਕੀਤਾ ਜਿਵੇਂ ਮਨੋਰ ਨੇ ਕਾਂ ਦੀ ਸੰਗਿਆ ਜਾਣਬੁੱਝ ਕੇ ਉਹਦੀ ਰੂਪਾਂ ਨੂੰ ਦਿੱਤੀ ਹੋਈ ਪੈਦਰ ਪੈ ਹੋ ਜੀਆਂ ਛੋਟਾਂ ਇੱਕ ਬਿਮਾਰ ਦੇ ਦਿਲ ਨੂੰ ਪਰਤਾਣ ਦਾ ਸਾਧਨ ਵੀ ਹੋ ਸਕਦੀਆਂ ਸੀ ਪਰ ਯतीश ਨਹੀਂ ਪੜ ਗਿਆ ਫੇਰ ਵੀ ਉਹਨੂੰ ਖਤਰਾ ਜ਼ਰੂਰ ਪੈਦਾ ਹੋ ਗਿਆ ਕਿ ਜੇ ਇਹੋ ਜੀ ਕਦ ਹੋਰ ਝੋਟ ਉਹਨੂੰ ਸਹਿਣੀ ਪਈ ਤਾਂ ਉਹਦਾ ਪੜਕ ਪੈਣਾ ਯਕੀਨੀ ਹੈ ਸੋਨੇ ਕਾਲੀ ਨਾਲ ਇਸ ਪ੍ਰਸੰਗ ਨੂੰ ਹੀ ਬਦਲ ਦਿੱਤਾ ਹਾਂ ਕੀ ਗੱਲ ਕਰ ਰਹੇ ਸੀ ਅਸੀਂ ਮਨੋਰ ਨੇ ਦੋ ਚਾਰ ਕੁੱਟ ਭਰਨ ਤੋਂ ਬਾਅਦ ਗਲਾਸ ਰੱਖ ਦਿੱਤਾ ਸ਼ਾਇਦ ਜ਼ਿਆਦਾ ਸੁਆਦ ਨਾ ਆਉਣ ਕਰਕੇ ਜਾਂ ਸ਼ਾਇਦ ਐਵੇਂ ਹੀ ਉਹ ਬੋਲਿਆ ਮੈਂ ਕਹਿ ਰਿਹਾ ਸੀ ਕਿ ਹੁਣ ਜਦ ਕਿ ਤੇਰੀਆਂ ਸਾਰੀਆਂ ਇੰਨਾ ਮੰਨ ਚ ਮੰਨੀਆਂ ਜਾ ਚੁਕੀਆਂ ਨੇ ਤਾਂ ਤੈਨੂੰ ਬੇਮਤਲਬ ਹੀ ਆਪਣੇ ਹੱਥ ਤੇ ਅੜਿਆ ਨਹੀਂ ਰਹਿਣਾ ਚਾਹੀਦਾ ਨਲੇ ਵੀ ਸੋਚ ਕੇ ਤੇਰਾ ਝਗੜਾ ਕਿਸੇ ਗੈਰ ਨਾਲ ਨਹੀਂ ਆਪਣੇ ਫਾਦਰ ਨਾਲ ਹੈ ਤੇ ਜਿਸ ਸੂਰਤ ਵਿੱਚ ਇੱਕ ਪਿਤਾ ਆਪਣੇ ਪੁੱਤਰ ਅੱਗੇ ਹਥਿਆਰ ਛੁੱਟ ਦੇ ਤਾਂ ਪੁੱਤਰ ਦਾੜਨਾ ਕਿੱਥੋਂ ਤੱਕ ਮناسب ਹੈ ਦੁਜਲ ਮੈਂ ਕਹਿਣਾ ਕਰੋ ਨਿਕਲ ਕੇ ਤੂੰ ਗਲਤੀ ਕੀਤੀ ਜੋ ਵੀ ਤੂੰ ਕੀਤਾ ਠੀਕ ਹੀ ਕੀਤਾ ਹੋਵੇਗਾ ਪਰ ਗੁੱਸਾ ਨਾ ਕਰ ਇਹੋ ਜਿਹੇ ਮੌਕੇ ਨਿਤਨੇ ਤੇ ਨਹੀਂ ਮਿਲਦੇ ਹੁੰਦੇ ਤੂੰ ਆਪਣਾ ਸੁਭਾਗ ਨੂੰ ਠੁਕਰਾ ਦਿੱਤਾ ਪਰ ਸੁਭਾਗ ਨੇ ਤੈਨੂੰ ਅਜੇ ਵੀ ਨਹੀਂ ਠੁਕਰਾਇਆ ਜਵਾਬ ਤੇ ਯतीश ਕੁਝ ਕਹਿਣ ਹੀ ਲੱਗਾ ਸੀ ਰੂਪਾ ਫੇਰਾ ਪਹੁੰਚੀ ਉਹਦੇ ਇੱਕ ਹੱਥ 'ਚ ਸ਼ੀਸ਼ੀ ਸੀ ਦੂਜੇ 'ਚ ਨਿੱਕੀ ਜਿਹੀ ਕਾਲੇ ਦਵਾਈ ਦੀ ਡੋਜ਼ ਉਲੱਦ ਕੇ ਉਹਨੇ ਕਾਲੇ ਜੀ ਯतीश ਦੇ ਮੂੰਹ ਨੂੰ ਲਾ ਦਿੱਤੀ ਐਤ ਕ ਮਨੋਰ ਰੂਪਾ ਦੇ ਪ੍ਰਤੀ ਆਪਣੇ ਫਰਜ਼ ਵੱਲੋਂ ਵੇਸਲਾ ਨਹੀਂ ਰਿਹਾ ਜਾਂ ਤਾਂ ਇੱਕ ਯतीश ਤੇ ਉਸ ਵਿਅੰਗ ਦਾ ਅਸਰ ਸੀ ਜਾਂ ਉਹਨੂੰ ਖੁਦ ਹੀ ਇਹਦਾ ਅਹਿਸਾਸ ਹੋ ਗਿਆ ਜਿਉਂ ਹੀ ਰੂਪਾ ਦਵਾਈ ਪਿਆਲ ਕੇ ਮੋੜਨ ਲੱਗੀ ਕਿ ਮਨੋਰ ਨੇ ਪੂਰੀ ਆਪਣਤ ਦੇ ਰੰਗ 'ਚ ਉਹਨੂੰ ਕਿਹਾ ਪਰਜਾਈ ਬੈਠ ਜਾ ਸਾਰਾ ਤੂੰ ਤੇ ਇੰਜ ਕੰਨੀ ਕਤਰਾ ਰਹੀ ਐ ਜਿਵੇਂ ਮੈਂ ਕੋਈ ਬਗਾਨਾ ਤੇਰੇ ਲਈ ਥੋੜਾ ਜਿਹਾ ਨਮਸਕੁਰਾ ਕੇ ਮਨੋ ਇਸ ਮੁਸਕਰਾਟ ਰੇਲ ਦੀਵਰ ਦਾ ਧੰਨਵਾਦ ਕਰਕੇ ਰੂਪਾ ਦੂਸਰੀ ਕੁਰਸੀ ਤੇ ਬੈਠ ਗਈ। ਇਹ ਤੀਜ ਦਾ ਤਨਮਨ ਖੇਡ ਉੱਠਿਆ ਇੱਕ ਵਾਰੀ। ਇਸ ਤੋਂ ਬਾਅਦ वार्तालाप ਸ਼ੁਰੂ ਹੋਇਆ ਦਿਓਰ ਭਾਬੀ ਦਾ। ਭਲਾ ਪਰ ਜਾਈ। ਇਹ ਤਾਂ ਪਹਿਲੇ ਦਿਨ ਤੋਂ ਹੀ ਘੌਲੀ ਇਹ ਤੋਂ ਹੀ ਬਿਮਾਰੀ ਬਾਰੇ ਚਾਰ ਸਤਰਾਂ ਲਿਖ ਕਲਦੀਆਂ। ਰੂਪਾ ਪਹਿਲਾਂ ਤਾਂ ਰਤਾ ਕੁ ਚਿੰਪੀ ਪਰ ਬੁੱਲ ਖੋਲਦੇ ਆਈ। ਉਹਦੀ ਛੇਂ ਫੁੱਟ ਫੁੱਟ ਗਈ। ਕੁਝ ਸੱਚ ਕੁਝ ਝੂਠ ਰਲਾ ਕੇ ਉਹਨੇ ਮਨੋਰ ਦਾ ਘਰ ਪੂਰਾ ਕਰਤਾ। ਮੈਂ ਤਾਂ ਭਰਾ ਜੀ ਬੜੀ ਵਾਰੀ ਆਖਿਆ ਇਹਨਾਂ ਨੂੰ ਪਰ ਤੇ ਰੂਪਾ ਦੀ ਝੂਠ ਦੀ ਤੰਦ ਅਧ ਵਿਚਾਲੇ ਟੁੱਟ ਗਈ ਅਚਕ ਖੈਰ ਮਨੋਰ ਨੇ ਮੁੱਕ ਦਾ ਚੁੱਕ ਦਾ ਫੈਸਲਾ ਸੁਣਾ ਦਿੱਤਾ ਭਲਕੇ ਸਾਨੂੰ ਇਥੋਂ ਕੁਝ ਕਰਨਾ ਪਏਗਾ ਸੋ ਚੰਗਾ ਹੋਵੇ ਜੇ ਤੂੰ ਰਾਤੋਂ ਰਾਤੀ ਸਮਾਨ ਵਗੈਰਾ ਬੰਨ ਬਣਾ ਛੱਡੇ ਜਵਾਬ 'ਚ ਕੁਝ ਬੋਲਣ ਦੀ ਥਾਂ ਰੂਪਾ ਨੇ ਯतीश ਵੱਲ ਨਜ਼ਰ ਫੇਰੀ ਜਿਵੇਂ ਤਕਣੀ ਰਹੀ ਉਹਨੂੰ ਪੁੱਛ ਰਹੀ ਹੋਵੇ ਕਿ ਸੱਚਮੁੱਚ ਆਪਣੀ ਗੱਲ ਦਾ ਜਵਾਬ ਪਾ ਕੇ ਮਨੋਰ ਨੇ ਫੇਰ ਕਿਹਾ ਉਧਰ ਕੀ ਤੱਕੀ ਜਾਨੀ ਹੈ ਪਰਚਾਈ ਮੇਰੀ ਗੱਲ ਦਾ ਜਵਾਬ ਦੇ ਤੋ ਉਹਨੂੰ ਮੈਂ ਆਪੇ ਠੀਕ ਕਰ ਲਾਂਗਾ ਕਹਿੰਦਾ ਕਹਿੰਦਾ ਮਨੋਰ ਹੱਸ ਪਿਆ ਰੂਪਾ ਵੀ ਹਾਸੇ ਨੂੰ ਨਹੀਂ ਰੋਕ ਸਕੀ ਯतीश ਦੇ ਚਿਹਰੇ ਤੇ ਵੀ ਕੁਝ ਇਸੇ ਕਿਸਮ ਦੀ ਲਿਸ਼ਕ ਆ ਗਈ ਪਰ ਇਸ ਲਿਸ਼ਕ ਨੂੰ ਹਾਸਾ ਨਾ ਕਹਿ ਕੇ ਵਿਅੰਗ ਹੀ ਕਹਿਣਾ ਬੰਦ ਹੈ ਮੈਂ ਤਾਂ ਭਰਾ ਜੀ ਐਤ ਕੀ ਰੂਪਾ ਜ਼ਰਾ ਹੋਰ ਨਿਖਰ ਕੇ ਬੋਲੀ ਹੁਕਮ ਦੀ ਬੱਦੀ ਹੋਈਆਂ ਨੱਕ ਨੱਥ ਖਸਮ ਹੱਥ ਸੋ ਤੁਸੀਂ ਦੋਵੇਂ ਆਪੇ ਚ ਫੈਸਲਾ ਕਰ ਲਓ ਗੱਲ ਜਿਛਵੀ ਲੱਗੀ ਮਨੋਰ ਨੂੰ ਉਹਨੇ ਤਾਂ ਰੂਪਾ ਨੂੰ ਮੋੜ ਜੇ ਖਿਆਲ ਕੀਤਾ ਸੀ ਪਰ ਉਹਦੀ ਇਹ ਗੱਲ ਸੁਣ ਕੇ ਉਹਨਾਂ ਪ੍ਰਭਾਵਿਤ ਹੋਇਆ ਕਿ ਉਲਟਾ ਉਹ ਆਪਣੇ ਆਪ ਨੂੰ ਉਹਦੇ ਟੱਕਰੇ 'ਚ ਮੁੜ ਮੂੜ ਖਿਆਲ ਕਰਨ ਲੱਗਾ ਉਹਨੇ ਯਤੀਸ਼ਵਰ ਰੁਕਿਤਾ ਇਸ ਯਤੀਸ਼ ਤੂੰ ਕਿਹੜੇ ਵਹਿਣਾ 'ਚ ਬਹਿ ਰਿਹਾ ਹੈ ਮੈਂ ਯਤੀਸ਼ ਜਿਵੇਂ ਸੱਚਮੁੱਚ ਕਿਸੇ ਡੂੰਘੇ ਵਹਿਣ 'ਚ ਉੱਪਰ ਕੇ ਬੋਲਿਆ ਮੈਂ ਅਜੇ ਨਹੀਂ ਜਲਦੀ ਕੁਝ ਨਹੀਂ ਕਹਿ ਸਕਦਾ ਇਸ ਬਾਰੇ ਕੀ ਮਤਲਬ ਮਤਲਬ ਦੱਸਣ ਲਈ ਕਾਫੀ ਵਕਤ ਚਾਹੀਦਾ ਦੋਸਤ ਕਈ ਘੰਟੇ ਸ਼ਾਇਦ ਤਾਂ ਫੇਰੇ ਵੀ ਹੋ ਜਾਣਾ ਚਾਹੀਦਾ ਤੁਰੰਤ ਦਾਨ ਮਹਾਨ ਦਾਨ ਯਤੀਸ਼ ਜਰਾ ਸਦਾਓ ਬੈਠਾ ਜਿਵੇਂ ਵਾਕ ਯੁੱਧ ਲਈ ਤਿਆਰ ਹੋ ਗਿਆ ਹੋਵੇ ਪਰ ਉਹਦੀ ਤਿਆਰੀ ਧਰੀ ਧਰਾਈ ਰਹਿ ਗਈ ਜਦ ਰੂਪਾਂ ਨੇ ਮਨੋਰ ਨੂੰ ਇਹ ਆਖ ਕੇ ਉਸ ਵਿਗਨਪਾਤ ਦਾ ਭਰਾ ਜੀ ਮਾਫੀ ਦੇਣੀ ਇਹਨਾਂ ਨੂੰ ਬਹੁਤਾ ਨਾ ਬੋਲਣ ਦਿਓ ਤੇ ਨਾਲ ਹੀ ਉਹਨੇ ਇਸ ਬਾਰੇ ਸਾਰਾ ਕੁਝ ਵੇਰ ਵੇਰ ਨਾਲ ਦੱਸ ਦਿੱਤਾ ਹੁਣ ਮਨੋਰ ਲਈ ਇਹ ਤੋਂ ਬਿਨਾ ਕੋਈ ਵਾਹ ਨਹੀਂ ਸੀ ਕਿ ਇਸ ਮਾਮਲੇ ਨੂੰ ਕੱਲ ਤੇ ਪਾਤਾ ਜਾਵੇ ਬੋਲਿਆ ਤਾਂ ਫਿਰ ਬਾਕੀ ਗੱਲਾਂ ਹਲਕੇ ਸਹੀ ਉਧਰ ਸ਼ਾਇਦ ਯतीश ਦੀ ਵੀ ਇਹੋ ਹਿੱਚ ਇੱਛਾ ਸੀ ਜਿੰਨਾ ਕੁ ਜੋ ਮਨੋਰ ਨੂੰ ਕਹਿਣਾ ਚਾਹੁੰਦਾ ਸੀ ਉਸ ਬਾਰੇ ਬਹੁਤ ਕੁਝ ਸੋਚਣ ਵਿਚਾਰਨ ਦੀ ਉਹਨੂੰ ਲੋੜ ਪ੍ਰਤੀਤ ਹੋ ਰਹੀ ਸੀ। ਅੱਛਾ ਸਵੇਰੇ ਆਵਾਂਗਾ ਕਹਿ ਕੇ ਜਦ ਮਨੋਰ ਉੱਠ ਖੜੋਤਾ ਤਾਂ ਦੋਹਾਂ ਪਤੀ ਪਤਨੀ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮਨੋਰ ਨੇ ਸੰਖੇਪ ਚ ਦੱਸ ਦਿੱਤਾ ਕਿ ਉਹਦਾ ਸਮਾਨ ਹੋਟਲ ਚ ਪਿਆ ਹੈ। ਦਮਤੀ ਨੇ ਉਹਨੂੰ ਰੋਕਣ ਲਈ ਬਹੁਤਾ ਜ਼ੋਰ ਸ਼ਾਇਦ ਇਸ ਕਰਕੇ ਨਹੀਂ ਦਿੱਤਾ ਵੀ ਪ੍ਰੌਣੇ ਲਈ ਉਹਨਾਂ ਕੋਲ ਨਾ ਚੱਜਦਾ ਬਿਸਤਰਾ ਨਾ ਕੋਈ ਚੰਗਾ ਮੰਜਾ ਤੇ ਨਾ ਹੀ ਮਨੋਰ ਦੀ ਰੁਚੀ ਦੀ ਥਾਂ ਬਾਕੀ ਰਿਹਾ ਪ੍ਰੌਣੇ ਨੂੰ ਰੋਟੀ ਖਵਾਉਣ ਦਾ ਸਵਾਲ। ਇਹ ਵੀ ਲਗਭਗ ਉਸੇ ਤਰ੍ਹਾਂ ਦਾ ਸੀ ਜਿਸ ਪ੍ਰੌਣੇ ਦੇ ਸੰਘੋਂ ਗੁੜ ਦੀ ਬਣਾਈ ਹੋਈ ਚਾਹ ਤਿੰਨ ਚੌ ਕੁਟਾਂ ਤੋਂ ਵੱਧ ਨਹੀਂ ਲੰਗੀ ਉਹ ਇੱਥੋਂ ਦੀ ਰੋਟੀ ਕੀ ਖਣ ਖਾ ਸਕੇਗਾ ਤੇ ਜਦ ਮਨੋਰ ਨੇ ਕਹਿ ਦਿੱਤਾ ਵੀ ਉਹਦਾ ਖਾਣਾ ਇੱਕ ਦੋਸਤ ਦੇ ਘਰ ਹੈ ਤਾਂ ਇਸ ਬਾਰੇ ਵੀ ਬਹੁਤਾ ਕਹਿਣ ਸੁਣਨ ਦੀ ਲੋੜ ਉਹਨਾਂ ਨੂੰ ਨਹੀਂ ਜਾਪੀ ਅੰਗ 48ਵਾਂ ਦੂਜੇ ਦਿਨ ਨਿਸ਼ਚਿਤ ਮਿਲੇ ਮਨੋਰ ਆ ਪਹੁੰਚਿਆ ਮੈਂ ਤੇਰੀ ਉਡੀਕ ਸੀ ਮਨੋਰ ਰਾਤ ਕੈਸੀ ਗੁਜ਼ਰੀ ਚੰਗੀ ਟੈਂਪਰੇਚਰ ਠੀਕ ਹੀ ਰਿਹਾ ਹੋਰ ਕੀ ਰਾਤੋਂ ਰਾਤ ਹੋਮ ਮਨਿਸਟਰ ਨੇ ਜਨਾਬ ਦੇ ਕੰਨਾਂ 'ਚ ਮੰਤਰ ਫੂਕ ਦਿੱਤਾ ਜਨਾਬ ਲੋਹੇ ਦਾ ਥਣ ਬਣ ਗਏ ਵਰਨਾ ਤੇਰੇ ਰਾਤ ਵਾਲੇ ਤੇ ਹੁਣ ਦੇ ਰਵਈਏ 'ਚ ਜ਼ਮੀਨ-ਅਸਮਾਨ ਦਾ ਫਰਕ ਆ ਜਾਣ ਦੀ ਹੋਰ ਵਜ੍ਹਾ ਕੀ ਹੋ ਸਕਦੀ ਹੈ ਤੇਰਾ ਮਤਲਬ ਰੂਪਾ ਨੇ ਮੇਰੇ ਕੰਨ ਭਾਰ ਦਿੱਤੇ ਵੇਖ ਮਨੋਰ ਉਸ ਬਦਨਸੀਬ ਨਾਲ ਐਡੀ ਬੇਇਨਸਾਫੀ ਨਾ ਕਰ ਤੇਰੇ ਚਲੇ ਜਾਣ ਤੋਂ ਬਾਅਦ ਇਸ ਮਾਮਲੇ ਤੇ ਸਾਡੀ ਉੱਕਾ ਹੀ ਕੋਈ ਗੱਲ ਨਹੀਂ ਹੋਈ ਬਲਕਿ ਕਿਸੇ ਵੀ ਮਾਮਲੇ ਤੇ ਨਹੀਂ ਜਦ ਕੇ ਉਹਨੇ ਮੇਰੇ ਬੋਲਣ-ਚਾਲਣ ਤੇ ਹੀ ਪਾਬੰਦੀ ਲਾ ਦਿੱਤੀ ਉਹਨੂੰ ਹਰ ਵੇਲੇ ਇਸੇ ਗੱਲ ਦਾ ਫਿਕਰ ਸਤਾਉਂਦਾ ਰਹਿੰਦਾ ਹੈ ਕਿ ਬਹੁਤਾ ਬੋਲਣ ਨਾਲ ਮੇਰਾ ਟੈਂਪਰੇਚਰ ਨਾ ਵੱਧ ਜਾਏ ਰੂਪਾਂ ਬਾਰੇ ਦਿੱਤੀ ਯਤੀਸ਼ ਦੀ ਸਫਾਈ ਦਾ ਕੁਝ ਅਸਰ ਹੋਇਆ ਹੋਵੇ ਮਨੋਰ ਦੇ ਚਿਹਰੇ ਤੋਂ ਯਤੀਸ਼ ਨੂੰ ਐਸਾ ਨਹੀਂ ਜਾਪਿਆ ਅੱਛਾ ਖੈਰ ਮਨੋਰ ਕੁਝ ਛੇਤੀ ਆਵਾਜ਼ ਚ ਬੋਲੇ ਜੋ ਤੂੰ ਕਹਿ ਰਿਹਾ ਸੱਚ ਸਹੀ ਜੇ ਤੈਨੂੰ ਇੰਨਾ ਹੀ ਉਹਦਾ ਡਰ ਹੈ ਤੇ ਜਲਦੀ ਨਾਲ ਕਹਿ ਦੇ ਜੋ ਕਹਿਣਾ ਹੈ ਮਨੋਰ ਦੇ ਵਾਕ ਵਿੱਚਲੇ ਸੱਚ ਦੇ ਨਾਲ ਸਹੀ ਤੋਂ ਯਤੀਸ਼ ਨੂੰ ਹੋਰ ਵੀ ਸਪਸ਼ਟ ਹੋ ਗਿਆ ਕਿ ਰੂਪਾਂ ਦੇ ਪ੍ਰਤੀ ਉਹਦੇ ਦਿਲ 'ਚ ਕੀ ਕੁਝ ਭਰਿਆ ਪਿਆ ਹੈ ਪਰ ਅੰਦਰਲੀ ਇਸ ਕੌੜ ਨੂੰ ਅੰਦਰ ਇਹ ਨਪਕਿਉ ਨੇ ਕਹਿਣ ਵਾਲੀਆਂ ਗੱਲਾਂ ਕਹਿਣੀਆਂ ਸ਼ੁਰੂ ਕੀਤੀਆਂ ਤੂੰ ਪੁੱਛਿਆ ਮਨੋਰ ਪਾਪਾ ਦੀ ਚਿੱਠੀ ਚਕੀ ਐ ਸਾ ਲਿਖਿਆ ਜਿਹਨੂੰ ਪੜ੍ਹ ਕੇ ਮੇਰੇ ਅੰਦਰ ਖਲਬਲੀ ਪੈਦਾ ਹੋਈ ਤੇਰੇ ਜਾਣ ਤੋਂ ਬਾਅਦ ਜਿਸ ਵੇਲੇ ਰੂਪਾ ਸੌ ਗਈ ਤੇ ਮੈਂ ਇਸ ਚਿੱਠੀ ਨੂੰ ਇੱਕ ਵਾਰੀ ਬਾਅਦ ਕਈ ਵਾਰ ਮੋੜ ਮੋੜ ਪੜਿਆ ਹਰ ਵਾਰੀ ਮੇਰਾ ਇਹ ਵਿਸ਼ਵਾਸ ਪੱਕੇ ਤੋਂ ਪੱਕਾ ਹੁੰਦਾ ਗਿਆ ਕਿ ਪਾਪਾ ਦੀ ਇਹ ਚਿੱਠੀ ਜਿਹਨੂੰ ਤੂੰ ਪੁਰ ਦਰਦ ਚਿੱਠੀ ਦੱਸਣਾ ਦਰਸਲ ਇੱਕ ਭਗੌੜੇ ਮੁਜ਼ਰਮ ਲਈ ਗ੍ਰਿਫਤਾਰੀ ਦਾ ਵਾਰੰਟ ਹੈ ਹੋਰ ਕੁਝ ਨਹੀਂ ਵਾਰੰਟ ਚਾਤੀਸਰਾਣੀ ਹਟੋਈ ਚਿੱਠੀ ਕੱਟ ਕੇ ਯतीश ਨੇ ਉਸ ਵੱਲ ਵਧਾ ਦਿੱਤੀ ਉਹਦੇ ਇੱਕ ਪੈਰਾਗ੍ਰਾਫ ਉਤੇ ਉਂਗਲ ਰੱਖ ਕੇ ਕਹਿਣ ਲੱਗਾ ਲੈ ਇਹਨੂੰ ਪੜ ਜ਼ਰਾ ਮਨੋਰ ਨੇ ਚਿੱਠੀ ਫੜ ਲਈ ਤੇ ਉਹਦੇ ਸੰਕੇਤ ਪੈਰੇ ਨੂੰ ਪੜਨ ਲੱਗਾ ਤੇਰੇ ਭਾਵਕ ਸੁਭਾਅ ਤੋਂ ਮੈਂ ਅਣਜਾਣ ਨਹੀਂ ਹਾਂ ਇਸੇ ਕਰਕੇ ਤਾਂ ਡਰਦਾ ਹਰ ਹਰ ਕਰਦਾ ਸੀ ਤੇਰੇ ਸਾਹਮਣੇ ਜ਼ਬਾਨ ਤੱਕ ਖੋਲਣ ਦਾ ਹਿਆ ਨਹੀਂ ਸੀ ਪੈਂਦਾ ਪਰ ਤੇਰੀ ਭਾਵੁਕਤਾ ਇਸ ਹੱਦ ਤੱਕ ਜਾ ਪਹੁੰਚੇਗੀ ਦੀ ਮੈਨੂੰ ਬਿਲਕੁਕੁਲ ਉਮੀਦ ਨਹੀਂ ਸੀ ਮੈਨੂੰ ਯਕੀਨ ਸੀ ਕਿ 4 ਦਿਨ 10 ਦਿਨ ਝਟਕਣ ਤੋਂ ਬਾਅਦ ਜ਼ਰੂਰ ਤੂੰ ਰਾਹ ਰਸਤੇ ਤੇ ਆ ਜਾਏਂਗਾ ਪਰ ਹੋਇਆ ਉਲਟੇ ਕਿ ਤੇਰਾ ਦਿਮਾਗੀ ਤوازن ਪਹਿਲਾਂ ਨਾਲੋਂ ਵੀ ਜ਼ਿਆਦਾ ਵਿਗੜ ਗਿਆ ਇਹਦਾ ਸਬੂਤ ਤੇਰੇ ਉਹਨਾਂ ਰਿਮਾਰਕਸ ਤੋਂ ਮਿਲਦਾ ਹੈ ਜਿਹੜੇ ਤੂੰ ਮਨੋਰ ਵਾਲੀ ਚਿੱਠੀ 'ਚ ਮੇਰੇ ਬਾਰੇ ਦਿੱਤੇ ਨੇ ਫਿਰ ਵੀ ਜੇ ਮੈਂ ਇਹਨਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਤੇਰੀਆਂ ਸਾਰੀਆਂ ਇਨਾਮ ਮੰਨਣ ਨੂੰ ਤਿਆਰ ਹਾਂ ਤਾਂ ਇਸ ਲਈ ਕਿ ਪੁੱਤਰ ਭਾਵੇਂ ਕਪੁੱਤਰ ਹੋ ਜਾਏ ਮਾਪੇ ਕੋ ਮਾਪੇ ਨਹੀਂ ਹੁੰਦੇ ਕੈਰਾ ਪੜਤ ਤੋਂ ਬਾਅਦ ਮਨੋਰ ਨੇ ਚਿੱਠੀ ਮੋੜੀ ਅਤੀਸ਼ ਨੂੰ ਫੜਾ ਦਿੱਤੀ ਜਿਹਨੂੰ ਫੜ ਕੇ ਯतीश ਨੇ ਮੁਰਸਰਾਣੀ ਹੇਠ ਰੱਖ ਲਈ। ਥੋੜੀ ਦੇਰ ਤੱਕ ਕਮਰੇ ਚ ਚੁੱਪਚਾਈ ਰਹੀ। ਜਿਵੇਂ ਦੋਵੇਂ ਹੀ ਆਪੋ ਆਪਣੇ ਖੰਭ ਤੋਲ ਰਹੇ ਹੋਣ। ਯतीश ਦਾ ਖਿਆਲ ਸੀ ਪੜ ਲੈਣ ਤੋਂ ਬਾਅਦ ਮਨੋਰ ਜ਼ਰੂਰ ਇਸ ਬਾਰੇ ਕੁਝ رائے ਜ਼ਨੀ ਕਰੇਗਾ। ਦੂਜੇ ਪਾਸੇ ਮਨੋਰ ਸੋਚ ਰਿਹਾ ਸੀ ਕਿ ਪੜਾਉਣ ਤੋਂ ਬਾਅਦ ਯतीश ਮਾਨਮਤੇ ਢੰਗ ਨਾਲ ਉਹਨੂੰ ਲਲਕਾਰੇਗਾ ਪਰ ਦਵੱਲੀ ਮਸਟੋਵਾਚੋ ਦਾ ਵਾਤਾਵਰਨ ਪਣੀ ਆ ਰਿਹਾ। ਛੇਕੜ ਯतीश ਨੂੰ ਹੀ ਪਹਿਲ ਕਰਨੀ ਪਈ। ਸ਼ਾਇਦ ਇਸ ਡਰੋਂ ਕਿ ਜੇ ਉਧਰੋਂ ਰੂਪਾ ਉਹ ਪਹੁੰਚੀ ਤਾਂ ਮਾਮਲਾ ਉੱਥੇ ਦਾ ਉੱਥੇ ਹੀ ਰਹਿ ਜਾਏਗਾ। ਦੇਖ ਲਿਆ ਹੀ ਆਪਣੇ ਅੰਕਲ ਸਾਹਿਬ ਦਾ ਪੁਰ ਦਰਦ ਲੈ ਜਾ। ਸੱਚੀ ਬਹੁਤ ਹਿਰਕਤਾ ਮੈਨੂੰ ਮੇਰੇ ਤੇਰੇ ਤੇ ਅਮਨੁਰ ਜਿਹੜਾ ਖੈਰਾਪੋ ਆਪਣਾ ਨਜ਼ਰੀਆ ਫਿਰ ਵੀ ਮੈਂ ਤੇਰੀ ਇਹਿਸਾਨਮੰਦੀ ਦਾ ਕਾਇਲ ਆ। ਸਾਨੂੰ ਪਿਓ ਪੁੱਤਰਾਂ ਨੂੰ ਜੋੜਨ ਲਈ ਤੂੰ ਕਿੰਨਾ ਕੁਝ ਕਰ ਰਹੀ ਹੈਂ। ਮੈਂ ਵੀ ਨਹੀਂ ਕਹਿੰਦਾ ਵੀ ਤੂੰ ਪੱਖਪਾਤ ਤੋਂ ਕੰਮ ਲੈ ਰਹੀ ਹੈਂ। ਪਰ ਇੱਕ ਗੱਲ ਜ਼ਰੂਰ ਕਹਾਂਗਾ ਕਿ ਔਖਾ ਸੌਕਾ ਹੋ ਕੇ ਇੱਕ ਵਾਰੀ ਫੇ ਸਾਰੇ ਮਾਮਲੇ ਤੇ ਨਜ਼ਰਸਾਨੀ ਕਰ। ਸਾਰੇ ਮਾਮਲੇ ਤੇ ਨਾ ਸੀ ਘਟੂ ਘਟ ਇਦੇ ਇੱਕ ਪਹਿਲੂ ਨੂੰ ਤਾਂ ਤੈਨੂੰ ਘੋਖਣਾ ਚਾਹੀਦਾ ਹੈ ਕਿ ਪਪਾ ਜੀ ਦੀ ਜਿਸ ਕਰਤੂਤ ਨੇ ਮੈਨੂੰ ਘਰ-ਬਾਰ ਤੋਂ ਉਪਰਾਮ ਕੀਤਾ ਪਿਓ-ਪੁੱਤਰ ਦੇ ਮਜ਼ਬੂਤ ਰਿਸ਼ਤੇ ਨੂੰ ਤੋੜਨ ਲਈ ਜਿਸ ਗੱਲ ਨੇ ਮੈਨੂੰ ਉਕਸਾਇਆ ਹੈ ਘਟੂ ਘਟ ਕੁਝ ਤਾਂ ਪਪਾ ਜੀ ਨੂੰ ਆਪਣੀ ਚਿੱਠੀ 'ਚ ਉਸ ਬਾਰੇ ਲਿਖਣਾ ਚਾਹੀਦਾ ਸੀ ਉਹ ਆਪਣੇ ਪਾਪ ਤੇ ਪਛਤਾਉਂਦੇ ਅੱਗੇ ਲਈ ਇਹੋ ਜਿਹਾ ਕੋ ਕਰਮ ਕਰਨ ਤੋਂ ਤੋਬਾ ਕਰਦੇ ਪਰ ਉਹਨਾਂ ਨੇ ਤਾਂ ਇਸ ਮਾਮਲੇ ਨੂੰ ਜ਼ਰਾ ਵੀ ਅਹਿਮੀਅਤ ਨਹੀਂ ਦਿੱਤੀ گویا ਬੁੱਢੜੀ ਦਾ ਖੂਨ ਉਹਨਾਂ ਨੇ ਨਹੀਂ ਮੈਂ ਕੀਤਾ ਜਾਲੀ ਦਸਤਾਵੇਜ਼ ਬਣਾ ਕੇ ਕਿਸੇ ਖਾਨਦਾਨ ਨੂੰ ਬਰਬਾਦ ਕਰਨ ਦਾ ਪਾਪ ਵੀ ਮੱਥੇ ਹੀ ਹੋਇਆ। ਸੋ ਕੰਨ ਖੋਲ ਕੇ ਸੁਣ ਲੈ ਦੋਸਤ ਜਿੰਨਾ ਚਿਰ ਯतीश ਦੀਆਂ ਅੱਖਾਂ ਬੰਦ ਸੀ ਬੰਦ ਸੀ ਪਰ ਹੁਣ ਜੇ ਖੁੱਲ ਚੁੱਕੀਆਂ ਨੇ ਤੇ ਕੋਈ ਵੀ ਇਹਨਾਂ 'ਚ ਘੱਟਾ ਨਹੀਂ ਪਾ ਸਕਦਾ। ਨੂਰ ਹੋਵੇ ਪਾਪਾ ਜੀ ਹੁਣ ਭਾਵੇਂ ਕੋਈ ਹੋਵੇ। ਨੂਰ ਨੇ ਵੇਖਿਆ ਇਹ ਤੀਸ਼ ਦੀ ਆਵਾਜ਼ ਪੈਰੋਂ ਪੈਰ ਤੇਜ਼ ਹੁੰਦੀ ਜਾ ਰਹੀ ਸੀ ਉਹਦਾ ਸਾਹ ਤੇਜ਼ ਹੋਈ ਜਾ ਰਿਹਾ ਸੀ। ਅੱਖਾਂ 'ਚ ਭਿਆਨਕਤਾ ਜੀ ਪੈਦਾ ਹੋ ਰਹੀ ਸੀ ਫਿਰ ਉਹ ਵੀ ਲਗਾਤਾਰ ਬੋਲੀ ਜਾ ਰਿਹਾ ਸੀ। ਸੁੱਤੇ ਨੂੰ ਕੋਈ ਜਗ੍ਹਾ 'ਤੇ ਪਰ ਜਾਗਦੇ ਨੂੰ ਕੋਈ ਕੀ ਜਗਾਏਗਾ ਸੋ ਮੇਰੇ ਭਾਈ ਮੇਰੀ ਤੇਰੀ ਖੇਚਣ ਲਈ ਬਹੁਤ-ਬਹੁਤ ਸ਼ੁਕਰਗੁਜ਼ਾਰ ਨਾਲੇ ਤੇਰੇ ਅੰਕਲ ਸਾਹਿਬ ਦੀਆਂ ਮਿਹਰਬਾਨੀਆਂ ਦਾ ਵੀ ਤੋ ਉਹਨਾਂ ਨੂੰ ਜਾ ਕੇ ਕਹਿ ਦੇਈਂ ਜਯਤੀਸ਼ ਉਹਨਾਂ ਦੇ ਬਾਣੇ ਮਰ ਚੁੱਕਿਆ ਤੇ ਮਰਨ ਤੋਂ ਬਾਅਦ ਜਯਤੀਸ਼ ਨੇ ਕਿਸੇ ਹੋਰ ਜੂਨ 'ਚ ਜਨਮ ਲਿਆ ਭੂਤਾਂ ਬਰੇਤਾਂ ਦੀ ਜੂਨ 'ਚ ਕੰਗਲੇ ਅੰਕ ਮੀਨਿਆਂ ਦੀ ਜੂਨ 'ਚ ਪਰ ਇਸ ਗੱਲ ਦਾ ਉਹ ਵਿਸ਼ਵਾਸ ਰੱਖਣ ਕਿ ਇਸ ਜੂਨ ਪਰਿਵਰਤਨ ਨੇ ਜਯਤੀਸ਼ ਦੀ ਆਤਮਾ ਤੋਂ ਸਾਰੀ ਗੰਦਗੀ ਤੋਂ ਮਨੋਰ ਨੂੰ ਹੌਲ ਉੱਠਣ ਲੱਗਾ ਯतीश ਦੀ ਵਿਗੜਦੀ ਜਾ ਰਹੀ ਹਾਲਤ ਨੂੰ ਤੱਕ ਕੇ ਬਜਾਏ ਇਹ ਦੇ ਕਿ ਉੱਤਰ ਚ ਕੁਝ ਕਹਿੰਦਾ ਉਹਨੂੰ ਝੰਜੋੜਦਾ ਹੋਇਆ ਚੁੱਪ ਕਰਾਣ ਦੀ ਯਤਨ ਚ ਲੱਗਿਆ ਪਰ ਯतीश ਸੀ ਕੇ ਬਿਨਾਂ ਉਸ ਵੱਲ ਧਿਆਨ ਦਿੱਤੇ ਹਾਂ ਇੱਕੋ ਸਾ ਬੋਲੀ ਜਾ ਰਿਹਾ ਸੀ ਪਾਪਾ ਜੀ ਚਾਹੁੰਦੇ ਨੇ ਮੈਂ ਇੱਕ ਕਾਤਲ ਦੀ ਕਰਨੀ ਉੱਤੇ ਅੱਖਾਂ ਮੀਟ ਲਵਾਂ ਪਰ ਉਹ ਚਾਹੁੰਦੇ ਨੇ ਕਿ ਯतीश ਉਹਨਾਂ ਦੀ ਦੌਲਤ ਦੇ ਢੇਰ ਨੂੰ ਸੰਭਾਲਣ ਖਾਤਰ ਆਪਣੀ ਜ਼ਮੀਰ ਨੂੰ ਕਤਲ ਕਰ ਦੇਵੇ ਆਪਣੇ اخلاق ਦੀਆਂ ਧੱਜੀਆਂ ਉਡਾ ਦੇਵੇ ਜਾ ਜਾ ਕੇ ਕਹਦੇ ਉਹਨਾਂ ਨੂੰ ਕਿ ਯतीश ਥੁੱਕਦਾ ਵੀ ਨਹੀਂ ਉਸ ਡੇਰ ਉੱਤੇ ਯतीश ਜਵਾਨ ਹੈ ਕਮਾਊ ਹੈ ਖੁਦ ਕਮਾਏਗਾ ਪਰ ਹੱਕ ਇਨਸਾਫ ਦੀ ਕਮਾਈ ਇੱਥੇ ਪਹੁੰਚ ਕੇ ਯतीश ਥੋੜੀ ਦੇਰ ਲਈ ਰੁਕ ਗਿਆ ਸ਼ਾਇਦ ਕੁਝ ਥੱਕ ਜਾਣ ਕਾਰਨ ਪਰ ਉਹਦੀ ਇਹ ਖਾਮੋਸ਼ੀ 2-3 ਮਿੰਟਾਂ ਤੋਂ ਵੱਧ ਨਹੀਂ ਬਣੀ ਰਹੀ ਜਦੋਂ ਨੇ ਮੁੜ ਬੋਲਣਾ ਸ਼ੁਰੂ ਕੀਤਾ ਕੁਝ ਇੰਜ ਜਿਵੇਂ ਪਿਛਲਾ ਸਿਲਸਿਲਾ ਉਹਨੂੰ ਵਿਸਰ ਗਿਆ ਹੋਵੇ ਨਾ ਨੂੰ ਤਾਂ ਕਿਹਾ ਜਾਂਦਾ ਹੈ ਸਾਡਾ ਮੁਲਕ ਆਜ਼ਾਦ ਹੋ ਗਿਆ ਮੈਂ ਕਹਾਂਗਾ ਆਜ਼ਾਦ ਨਹੀਂ ਬਲਕਿ ਬਰਬਾਦ ਹੋ ਚੁੱਕਾ ਹੈ ਪਥਪ੍ਰਸਟ ਹੋ ਚੁੱਕਾ ਹੈ ਦੁਰਾਚਾਰੀ ਹੋ ਚੁੱਕਾ ਹੈ ਯਤੀਸ਼ ਉਹਨੂੰ ਉਤੇਜਨਾ ਚਾਹੁੰਦਾ ਤਾਂ ਕਿ ਬਨੋਰ ਨੇ ਟੋਕਿਆ ਤੂੰ ਆਊਟ ਆਫ ਸੈਂਸ ਹੁੰਦਾ ਜਾ ਰਿਹਾ ਹੈ ਇੱਕੋ ਰਸੇ ਨਾਲ ਸਭ ਕਾਸੀ ਨੂੰ ਪਾਹੀ ਨਹੀਂ ਦਈਦਾ ਮੇਰੇ ਦੋਸਤ ਕੀ ਕਹਿਆ ਯਤੀਸ਼ ਉਸੇ ਉਤੇਜਿਤ ਰੰਗ ਚ ਬੋਲਿਆ ਮੈਂ ਆਊਟ ਆਫ ਸੈਂਸ ਹੁੰਦਾ ਜਾ ਰਿਹਾ ਬਿਲਕੁਲ ਗਲਤ ਹੈ ਬਨੋਰ ਤੇਰਾ ਇਹ ਖਿਆਲ ਸੈਂਸਲੈਸ ਆਦਮੀ ਅੰਕੜਿਆਂ ਨੂੰ ਨਹੀਂ ਯਾਦ ਰੱਖ ਸਕਦਾ ਪਰ ਮੈਂ ਵੱਡੇ ਤੋਂ ਵੱਡੇ ਗਿਣ ਸਕਦਾ ਸਬੂਤ ਵਜੋਂ ਸੁਣ ਸਾਡੀ ਹਕੂਮਤ ਦੇ ਪਿਛਲੇ 5 ਸਾਲਾਂ ਪਲਾਨ ਦਾ ਬਜਟ 24 ਅਰਬ ਦਾ ਸੀ ਦੂਜੇ ਦਾ 48 ਅਰਬ ਦਾਤੀ ਜਿਹਦਾ ਡੇਡ ਖਰਬ ਦੇ ਕਰੀਬ ਤੇਸ ਰੁਪਏ ਦਾ ਬਹੁਤ ਵੱਡਾ ਹਿੱਸਾ ਸਾਡੀ ਹਕੂਮਤ ਨੇ ਦੂਜੇ ਮੁਲਕਾਂ ਬਾਸੋਂ ਕਰਜ਼ ਦੇ ਤੌਰ ਤੇ ਪ੍ਰਾਪਤ ਕੀਤਾ ਦੱਸ ਕਿ ਮੈਂ ਗਲਤ ਕਹਿ ਰਿਹਾ ਹੁਣ ਕੁਝ ਸਵਾਲ ਮੈਂ ਤੇਰੇ ਤੇ ਕਰਨੇ ਚਾਹਣਾ ਮਨੋਰ ਪਹਿਲਾ ਦੱਸ ਇਹ ਨਾ ਰੁਪਿਆ ਦੇਸ਼ ਟੰਡਿਆ ਜਾਣਦੇ ਵੀ ਕਿਉਂ ਬੇਰੋਜ਼ਗਾਰੀ ਦਿਨੋ ਦਿਨ ਵਧੀ ਜਾ ਰਹੀ ਹੈ ਕਿਉਂ ਭੁੱਖ ਨੰਗ ਦਾ ਬਾਜ਼ਾਰ ਗਰਮ ਹੈ ਕਿਉਂ ਬੇਚੈਨੀ ਵਧੇ ਜਾਂਦੀ ਹੈ ਕਿਹਾ ਜਾਂਦਾ ਹੈ ਤਿੰਨੇ ਪਲਾਨ ਸੋਸ਼ਲਿਜ਼ਮ ਨੂੰ ਲਿਆਉਣ ਖਾਤਰ ਬਣਾਏ ਗਏ ਪਰ ਮੈਂ ਪੁੱਛਦਾ ਕਿੱਥੇ ਆ ਉਹ ਸੋਸ਼ਲਿਜ਼ਮ ਦੂਜਾ ਕਿਹਾ ਜਾਂਦਾ ਸਾਡੀ ਹਕੂਮਤ ਨੇ ਸਨਤੀ ਤੌਰ ਤੇ ਬੜੀ ਤਰੱਕੀ ਕੀਤੀ ਹੈ ਬੇਸ਼ੱਕ ਕੀਤੀ ਹੈ ਕੋਈ ਵੀ ਇਹ ਤੋਂ ਇਨਕਾਰ ਨਹੀਂ ਕਰ ਸਕਦਾ ਪਰ ਮੈਂ ਪੁੱਛਦਾ ਇਹ ਸਨਤੀ ਤਰੱਕੀ ਦਾ ਲਾਭ ਕਿਹਨੂੰ ਪਹੁੰਚਿਆ ਮੇਰਾ ਖਿਆਲ ਹੈ ਮਨੋਰ ਤੂੰ ਇਹਨਾਂ ਸਵਾਲਾਂ ਦਾ ਜਵਾਬ ਨਹੀਂ ਦੇ ਸਕਵੇਂਗਾ ਜਦਕਿ ਤੇਰੀ ਦੁਨੀਆ 'ਚ ਇਹੋ ਜਿਹਾ ਕੋਈ ਸਵਾਲ ਪੈਦਾ ਹੀ ਨਹੀਂ ਹੋ ਸਕਦਾ ਲੈ ਮੈਂ ਥੋ ਸੁਣ ਇਹ ਰੁਪਿਆ ਕੋਈ ਬਾਹਰਲਾ ਚੋਰ ਡਾਕੂ ਲੁੱਟ ਕੇ ਨਹੀਂ ਲੈ ਗਿਆ ਬਲਕਿ ਦੇਸ਼ ਅੰਦਰਲੇ ਡਾਕੂ ਹੀ ਇਹਨੂੰ ਦੋਈ ਦੋ ਹੀ ਹੱਥੀ ਲੁੱਟ ਕੇ ਲੈ ਗਏ ਤੇ ਲੁੱਟੀ ਜਾ ਰਹੇ ਨੇ ਸਿਰਫ ਭ੍ਰਿਸ਼ਟਾਚਾਰ ਦੀ ਮਦਦ ਨਾਲ ਪਰ ਇੱਥੇ ਤਾਂ ਮੇਰੇ ਦੋਸਤ ਉਹੀ ਗੱਲ ਖੁੱਬਣੀ ਹੋਈ ਐ ਇੱਕ ਨੁਕੀਰੋਨੀ ਉੱਤ ਗਿਆ ਹੀ ਆ ਵਾ ਕਿ ਸਰਕਾਰੀ ਕੀ ਗੈਰ ਸਰਕਾਰੀ ਕੋਈ ਵੀ ਮਹਿਕਮਾ ਕੋਈ ਵੀ ਤਬਕਾ ਅੱਜ ਭ੍ਰਿਸ਼ਟਾਚਾਰ ਦੇ ਕੋਹੜ ਤੋਂ ਬਚਿਆ ਨਜ਼ਰ ਨਹੀਂ ਆਉਂਦਾ ਤੋਂ ਕਹਿਣਾ ਇੱਕੋ ਰੱਸੇ ਨਾਲ ਸਭਨਾਂ ਨੂੰ ਫਾਇਦੇ ਨਹੀਂ ਦੇਣਾ ਚਾਹੀਦਾ ਮੇਰਾ ਵੀ ਤਾਂ ਇਹੋ ਕਹਿਣਾ ਹੈ ਕਿਉਂ ਆ ਜਿੱਕੋ ਭ੍ਰਿਸ਼ਟਾਚਾਰ ਦੇ ਰੱਸੇ ਨਾਲ ਸਾਰੇ ਦੇਸ਼ ਨੂੰ ਫਾਇਦੇ ਦਿੱਤਾ ਜਾ ਰਿਹਾ ਕਾਤੇ ਇੱਕ ਦਿੱਤਾ ਜਾਂਦਾ ਰਹੇਗਾ ਮਨੋਰ ਇਸ ਲੰਮੀ ਵਿਆਖਿਆ ਤੋਂ ਆਕੇ ਬੋਲਿਆ ਤੇਰੀਆਂ ਗੱਲਾਂ ਕਿਸੇ ਹੱਦ ਤੱਕ ਠੀਕ ਨਹੀਂ ਹਤੀਸ਼ ਪਰ ਹਕੂਮਤ ਵੀ ਤਾਂ ਇਸ ਤੋਂ بے خبر ਨਹੀਂ ਜਿਹੜੀ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਹਰ ਮੌਮਕੀਨ ਕੋਸ਼ਿਸ਼ ਕਰ ਰਹੀ ਹੈ ਮਾਫ ਕਰੀਏ ਕਹਿਣ ਵਿੱਚ ਤੂੰ ਤਾਂ ਸਭ ਤੋਂ ਘੱਟ ਲੈ ਰਿਆ ਹੈ ਵੀ ਸਾਰਾ ਹਵਾ ਹੀ ਉੱਤ ਗਿਆ ਕੀ ਕਿਹਾਈ ਯਤੀਸ਼ ਉਸੇ ਤੇਜ਼ੀ ਛ ਬੋਲਿਆ ਮੈਂ ਤਾਂ ਸਭ ਤੋਂ ਘੱਟ ਲੈ ਰਿਆ ਯਾਨੀ ਤੇਰੇ ਖਿਆਲ ਚ ਸਾਰਾ ਨਹੀਂ ਬਲਕੇ ਆਵਾਦ ਦਾ ਜੱਥ ਥਾਈ ਮਸੇ ਉੱਤੇ ਆ ਅਖਬਾਰ ਤਾਂ ਤੂੰ ਪੜਦਾ ਹੀ ਹੋਏਗਾ ਪਤਾ ਹੀ ਨਾ ਪਾਰਲੀਮੈਂਟ ਨੇ ਭ੍ਰਿਸ਼ਟਾਚਾਰ ਦੀ ਰੋਕ ਥਾਮ ਲਈ ਜਿਹੜੀ ਇੱਕ 45 ਕਮੇਟੀ ਨਿਯਤ ਕੀਤੀ ਸੀ ਜਿਹਨੂੰ ਸੰਤਾਨਮ ਇਨਕੁਆਇਰੀ ਕਮੇਟੀ ਕਿਹਾ ਜਾਂਦਾ ਹੈ ਜਿਸ ਦੀ ਰਿਪੋਰਟ ਹੁਣੇ-ਹੁਣੇ ਅਖਬਾਰਾਂ 'ਚ ਛਪੀ ਹੈ ਜਿਸ 'ਤੇ ਸਾਫ਼ ਲਿਖਿਆ ਹੈ ਕਿ ਭ੍ਰਿਸ਼ਟਾਚਾਰ ਦੀ ਬਿਮਾਰੀ ਸਾਰੇ ਸਮੁੱਚੇ ਦੇਸ਼ ਉੱਤੇ ਹਰ ਇੱਕ ਤਬਕੇ ਉੱਤੇ ਜਾਲ ਵਾਂਗ ਫੈਲ ਚਾਈ ਹੋਈ ਹੈ ਉੱਪਰ ਤੋਂ ਹੇਠਾਂ ਵੱਲ ਗੱਲ ਦਾ ਮਤਲਬ ਨਾ ਸਮਝ ਕੇ ਮਨੋਰ ਨੇ ਪੁੱਛਿਆ ਉਹ ਕਹਿੰਵੇਂ ਜਾਣ ਬੁੱਝ ਕੇ ਮਛਲਾ ਨਾ ਬਣ ਮਨੋਰ ਯतीश ਨੇ ਤਾਣੇ ਦੇ ਰੰਗ ਚ ਗਿਆ ਭਲਾ ਤੇ ਤੋਂ ਭੁੱਲਾ ਆਇਆ ਕਿ ਮੈਨੂੰ ਖਤਰ ਹੈ ਜੇ ਰੂਪਾ ਆ ਗਈ ਤੇ ਸ਼ਾਇਦ ਉਹ ਮੈਨੂੰ ਬੋਲਣੋਂ ਵਰਜ ਦੇएगी ਉਹਦੇ ਮੁੜਨ ਦਾ ਵਕਤ ਵੀ ਹੋ ਚੱਲਿਆ ਸੋ ਇਸ ਬਾਰੇ ਇੱਕ ਛੋਟੀ ਜੀ ਮਿਸਾਲ ਪੇਸ਼ ਕਰਦਾ ਪੰਛਲੇ ਦਿਨ ਇੱਕ ਪਾਰਲੀਮੈਂਟਰੀ ਵਜ਼ੀਰ ਦੀ ਮੌਤ ਹੋ ਗਈ ਜਿਸ ਤੋਂ ਤੁਰੰਤ ਹੀ ਬਾਅਦ ਉਸ ਬਾਰੇ ਪਤਾ ਲੱਗਾ ਕਿ ਉਹਦੇ ਘਰ ਚੋਂ ਕਰੀਬਨ 1.5 ਕਰੋੜ ਦੀ ਕਰੰਸੀ ਨੋਟ ਨਿਕਲੇ ਨੇ ਸਵਾਲ ਪੈਦਾ ਹੁੰਦਾ ਐ ਇੱਡੀ ਵੱਡੀ ਰਕਮ ਉਸ ਵਜ਼ੀਰ ਪਾਸ ਆ ਕਿੱਥੋਂ ਗਈ ਫਿਰ ਹੈਰਾਨੀ ਦੀ ਗੱਲ 1.5 ਕਰੋੜ ਦੀ ਰਕਮ ਉਹਨੇ ਘਰ 'ਚ ਹੀ ਕਿਉਂ ਰੱਖ ਛੱਡੀ ਜੋ ਕਿਸੇ ਬੈਂਕ 'ਚ ਜਮ੍ਹਾਂ ਕਰਾਉਂਦਾ ਤਾਂ ਕੀ ਉਹਨੂੰ ਘੱਟੋ-ਘੱਟ 1 ਲੱਖ ਰੁਪਏ ਮਹੀਨਾ ਸੂਦ ਨਾ ਮਿਲਦਾ ਤੇ ਫਿਰ ਜਦੋਂ ਯतीश ਨੇ ਉਹਨਾਂ ਉਦਾਹਰਨਾਂ ਦੀ ਵਿਆਖਿਆ ਸ਼ੁਰੂ ਕੀਤੀ ਤਾਂ ਉਹਨੂੰ ਚੇਤਾ ਹੀ ਭੁੱਲ ਗਿਆ ਕਿ ਉਹ ਤਾਂ ਕੋਈ ਸੰਖੇਪ ਜੀ ਗੱਲ ਕਹਿਣ ਲੱਗਾ ਸੀ ਇਸ ਵਿਚਾਲੇ ਉਪਰੋਂ ਥੱਲੇ ਉਹਨਾਂ ਵਿਅਕਤੀਆਂ ਦੇ ਕਾਰਨਾਮੇ ਸੁਣਾਉਂਦਾ ਚੱਲ ਗਿਆ ਜਿਨ੍ਹਾਂ ਦੇ ਘਰੇ ਕੁਝ ਸਮਾਂ ਪਹਿਲਾਂ ਭੰਗ ਭੁੱਜਦੀ ਸੀ ਤੇ ਹੁਣ ਲੱਖਾਂ ਕਰੋੜਾਂ 'ਚ ਖੇਡ ਰਿਹਾ ਹੈ ਬੋਲਦਾ ਬੋਲਦਾ ਹੈ ਯਤੀਸ਼ੇ ਨੇ ਜੋਸ਼ ਛਾ ਗਿਆ ਕਿ ਸੱਚਮੁੱਚ ਹੀ ਮਨੋਰ ਦੇ ਕਹਿਣ ਅਨੁਸਾਰ ਸੈਂਸਲੈਸਨੈਸ ਦੀ ਹਾਲਤ ਤੱਕ ਜਾ ਪਹੁੰਚਿਆ। ਉਹਦੀ ਆਵਾਜ਼ ਪਟਣ ਲੱਗ ਪਈ ਜ਼ਬਾਨ ਥੜਕਣ ਲੱਗ ਪਈ ਵਿਆਖਿਆ ਦੀ ਲੜੀ ਟੁੱਟਣ ਲੱਗ ਪਈ। ਇਸੇ ਵੇਲੇ ਵਲੋਹਾਣੀ ਵਾਂਗ ਉੱਡਦੀ ਹੋਈ ਰੂਪਾ ਪਹੁੰਚੀ ਆਉਂਦੀ ਚਿੱਲਾਂ ਦੀ ਯਤੀਸ਼ ਤੇ ਝੁੱਗ ਗਈ। ਹਾਏ ਮੈਂ ਮਰ ਗਈ। ਭਰਾਜੀ ਇਹ ਤੁਸੀਂ ਕੀ ਨੇਰ ਮਾਰਿਆ? ਇੰਨਾ ਕਿਉਂ ਤੁਸੀਂ ਬੋਲਣ ਦਿੱਤਾ ਇਹਨਾਂ ਨੂੰ? ਮੈਨੂੰ ਕਰਮਾ ਸੜੀ ਨੂੰ ਜਿਸ ਗੱਲ ਦਾ ਤੋਖਲਾ ਸੀ ਹੋਈ ਹੋ ਕੇ ਰਹੀ। ਰੂਪਾ ਨੇ ਯਤੀਸ਼ ਦੀ ਪਿੱਠ ਪਿਛੋਂ ਟਸਨਾ ਹਟਾ ਕੇ ਉਹਨੂੰ ਲੇਟਾ ਦਿੱਤਾ। ਮਨੋਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਹਨੂੰ ਸਮਝ ਨਹੀਂ ਸੀ ਆ ਰਹੀ ਕੀ ਕਰੇ ਪਰ ਸੋਚ ਵਿੱਚ ਗੁਆਣ ਦਾ ਵਕਤ ਨਹੀਂ ਸੀ ਪਤੀ ਨੂੰ ਘੁੱਟਦੀ ਦਬਦੀ ਉਹ ਉਹਨੂੰ ਹਾਕੀ ਹੋ ਕੇ ਪੁਕਾਰੀ ਛੇਤੀ ਜੋ ਭਰਾ ਜੀ ਡਾਕਟਰ ਨੂੰ ਸੱਦ ਲਿਆ ਤੇ ਮਨੋਰ ਜਦ ਉੱਠ ਕੇ ਤੁਰਨ ਲੱਗਾ ਰੂਪਨੀ ਕਾਲੀ ਕਾਲੀ ਉਹਨੂੰ ਡਾਕਟਰ ਦਾ ਠਿਕਾਣਾ ਦੱਸ ਦਿੱਤਾ 49 ਅੰਗ ਡਾਕਟਰ ਦੇ ਉਹਨਾਂ ਨਾਲ ਲਏ 30 ਦਿਨ ਹਾਲਤ 'ਚ ਖਾਸਾ ਸੁਧਾਰ ਹੋਇਆ ਖਾਸ ਕਰਕੇ ਟੀਕੇ ਦੇ ਅਸਰ ਨਾਲ ਉਹਦੀ ਦਿਮਾਗੀ ਹਾਲਤ ਲਗਭਗ ਨਾਰਮਲ ਹੋ ਗਈ ਨਾਲ ਹੀ ਥੋੜਾ ਬਹੁਤ ਤਾਪ ਮਨ ਵੀ ਘਟ ਗਿਆ ਜਿੰਨਾ ਚਿਰ ਡਾਕਟਰ ਰੋਗੀ ਦੇ ਇਲਾਜ ਚ ਲੱਗਾ ਰਿਆ ਰੂਪਾ ਦੇ ਪ੍ਰਤੀਯੋਧੀ ਨਸੀਤਾਂ ਦਾ ਕਰਮ ਵੀ ਚੱਲਦਾ ਰਿਹਾ ਟੀਕਾ ਲਾਉਂਦਾ ਉਹ ਕਹਿ ਰਿਹਾ ਸੀ ਤੈਨੂੰ ਕਈ ਵਾਰੀ ਕਹਿ ਚੁੱਕਾ ਬੀਬੀ ਬਿਮਾਰ ਨੂੰ ਬੋਲਣ ਦਾ ਘੱਟ ਤੋਂ ਘੱਟ ਮੌਕਾ ਦਿੱਤਾ ਜਾਏ ਤੁਸੀਂ ਅੱਜ ਫੇਰ ਉਹੀ ਗਲਤੀ ਕੀਤੀ ਭਗਵਾਨ ਦਾ ਸ਼ੁਕਰ ਹੈ ਮੇਰੀ ਕੋਸ਼ਿਸ਼ ਕਾਮਯਾਬ ਰਹੀ ਵਰਨਾ ਇਸ ਹਾਲੇ ਚ ਕਈ ਕਿਸਮ ਦੇ ਖਤਰੇ ਪੈਦਾ ਹੋਣ ਦਾ ਅੰਦੇਸ਼ਾ ਸੀ ਉੱਤਰ ਚ ਭਾਵੇਂ ਰੂਪਾ ਇਹ ਸਾਰੀ ਗਲਤੀ ਨੂੰ ਆਪਣੇ ਤੇ ਲੈਦੀ ਹੋਈ ਖਿਮਾ ਯਾਚਨਾ ਕਰ ਰਹੀ ਸੀ ਪਰ ਦਿਲੋਂ ਪ੍ਰੋਣੇ ਦੀ ਮੂਰਖਤਾ ਉੱਤੇ ਕਹਿਰ ਚੜ ਰਿਹਾ ਸੀ ਰੂਪਾ ਦਾ ਧਿਆਨ ਡਾਕਟਰ ਦੀਆਂ ਨਸੀਹਤਾਂ ਸੁਣਦੇ ਨਾਲ ਨਾਲ ਇੱਕ ਸੰਕਟ ਦੀ ਸੰਭਾਵਨਾ ਨੇ ਵੀ ਮੱਲਿਆ ਸੀ ਫੀਸ ਬਾਰੇ ਜਦਕੇ ਇਸ ਲਈ ਸਾ ਬਾਵਸੀ ਪਰਨਾਲੀ ਨੂੰ ਥੋੜੀ ਬਹੁਤ ਤਰਵਾਸ ਹੈ ਸੀ ਵੀ ਘਰ 'ਚ ਤਾਂ ਉਹਦੇ ਪਤੀ ਦਾ ਇੱਕ ਅਮੀਰ ਕਰੀਬ ਦੋਸਤ ਮੌਜੂਦ ਸੀ ਤੇ ਉਹਨੂੰ ਆਸ ਸੀ ਕਿ ਮਨੋਰ ਆਪਣਾ ਫਰਜ਼ ਪੂਰਾ ਕਰਨ ਵਜੋਂ ਡਾਕਟਰ ਨੂੰ ਫੀਸ ਦੇ ਦੇਗਾ ਪਰ ਉਹਨੇ ਵੇਖਿਆ ਹਾਲੇ ਤੱਕ ਵੀ ਮਨੋਰ ਨੇ ਆਪਣਾ ਫਰਜ਼ ਪੂਰਾ ਨਹੀਂ ਕੀਤਾ ਛੇ ਘੜਾਪ ਹੀ ਅੱਖ ਦੀ ਸਹਨਤ ਨਾਲ ਮਨੋਰ ਨੂੰ ਉਹਦੇ ਉਨੇ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਜਾਪਿਆ ਜਾਂ ਤਾਂ ਮਨੋਰ ਨੇ ਉਹਦਾ ਮਤਲਬ ਸਮਝਿਆ ਨਹੀਂ ਜਾਂ ਸਮਝ ਕੇ ਵੀ ਮੱਚਲਾ ਹੋ ਗਿਆ ਹਾਰ ਕੇ ਉਹਨੇ ਕਿਸੇ ਪੱਜ ਨੂੰ ਜ਼ਰਾ ਲੰਬੇ ਸਦ ਕੇ ਸਾਰੀ ਗੱਲ ਦੱਸ دی۔ ਪਹਿਲੇ ਟੀਕੇ ਦੇ ਅਸਰ ਨਾਲ ਯਤੀਸ਼ ਸੌਂ ਗਿਆ ਡਾਕਟਰ ਨੇ ਹਦਾਇਤ ਕਰਤੀ ਵੀ ਜਦ ਤੱਕ ਰੁਗੀ ਆਪ ਨਾ ਜਾਗੇ ਉਹਨੂੰ ਜਗਾਉਣ ਦੀ ਕੋਸ਼ਿਸ਼ ਨਾ ਕੀਤੀ ਜਾਏ ਟੀਕਾ ਅਜੇ ਖੋਰ ਲੱਗਣ ਵਾਲਾ ਸੀ ਪਹਿਲੇ ਤੋਂ 10 ਮਿੰਟ ਬਾਅਦ ਇਸ ਵਿਚਾਲੇ ਮਨੋਰ ਤੇ ਡਾਕਟਰ ਵਿਚਾਲੇ ਗੱਲਾਂ ਦਾ سلسلہ ਚੱਲ ਪਿਆ ਤੇ ਸੇਠ ਸਾਹਿਬ ਇਹ ਆਦਮੀ ਆਪ ਦਾ ਕੋਈ ਪੁਰਾਣਾ ਮੁਲਾਜ਼ਮ ਜਾਪਦਾ। ਜਿਸ ਕਰਕੇ ਉਚੇਚੇ ਤੌਰ ਤੇ ਬਿਮਾਰ ਪੁਰਸ਼ੀ ਲਈ ਤਸ਼ਰੀਫ ਲਿਆਇਓ ਕੋਲ ਬੈਠੀ ਰੂਪਾ ਨੂੰ ਡਾਕਟਰ ਦੇ ਮੂੰਹੋਂ ਨਿਕਲੇ ਹੋਇਆ ਇਹ ਮੁਲਾਜ਼ਮ ਸ਼ਬਦ ਇੰਜ ਲੱਗਾ ਜਿਵੇਂ ਡਾਕਟਰ ਨੇ ਉਹਨੂੰ ਕੋਈ ਗੰਦੀ ਗਾਲ ਕੱਢੀ ਹੋਵੇ ਡਾਕਟਰ ਦੀਆਂ ਗੱਲਾਂ ਤੋਂ ਇਹਨਾਂ ਤੋਂ ਸਮਝ ਗਈ ਵੀ ਮਨੋਰ ਆਪਣੇ ਬਾਰੇ ਉਹਨੂੰ ਕਾਫੀ ਕੁਝ ਦੱਸ ਚੁੱਕਾ ਹੈ ਪਰ ਕਿਚੀਚੀਆਂ ਨੂੰ ਇਸ ਗੱਲ ਆ ਰਹੀਆਂ ਸੀ ਕਿ ਜੋ ਇਸ ਗੱਭਰੂ ਤੋਂ ਇੰਨਾ ਵੀ ਨਸਰਿਆ ਵੀ ਯतीश ਨਾਲ ਆਪਣੀ ਦੋਸਤੀ ਬਾਰੇ ਵੀ ਦੱਸਣ ਦਾ ਪਰ ਡਾਕਟਰ ਦੇ ਉੱਤਰ ਵਿੱਚ ਜੋ ਕੁਝ ਮਨੋਰ ਨੇ ਕਿਹਾ ਇਸ ਨਾਲ ਰੂਪਾ ਦਾ ਗੁੱਸਾ ਕਾਫੀ ਹੱਦ ਤੱਕ ਦੂਰ ਹੋ ਗਿਆ ਜਿਨੇ ਡਾਕਟਰ ਸਾਹਿਬੇ ਮੇਰਾ ਤਾਂ ਖਿਆਲ ਸੀ ਸ਼ਾਇਦ ਆਪ ਨੂੰ ਇਹ ਨਾ ਬਾਰੇ ਜਾਣਕਾਰੀ ਹੋਏਗੀ ਤੇ ਫਿਰ ਉਹਨੇ ਸੰਖੇਪ ਸ਼ਬਦਾਂ 'ਚ ਗਤੀਸ਼ ਦੀ ਵਿਅਕਤੀਤਾ ਬਾਰੇ ਡਾਕਟਰ ਨੂੰ ਦੱਸ ਦਿੱਤਾ ਸੰਖੇਪ ਸ਼ਾਇਦ ਇਸ ਕਰਕੇ ਵੀ ਰੂਪਾ ਦੀ ਮੌਜੂਦਗੀ 'ਚ ਉਹ ਵਿਸਥਾਰ ਨਾਲ ਕਹਿਣ ਨੂੰ ਸੰਗਦਾ ਸੀ ਪਰ ਇਹਨੇ ਨਾਲ ਡਾਕਟਰ ਦੀ ਜਿਗਿਆਸਾ ਸ਼ਾਇਦ ਨਹੀਂ ਮਿਟ ਸકી ਬਲਕਿ ਜਾਂਚਦਾਸੀ ਹੋਰ ਵੀ ਵੱਧ ਗਈ ਇਧਰ ਰੂਪਾ ਧੜਕਦੇ ਦਿਲ ਨਾਲ ਉਡੀਕ ਰਹੀ ਸੀ ਵੇਖਾਂ ਇਹ ਤੂੰ ਅੱਗੇ ਮਨੋਰ ਕੀ ਕਹਿੰਦਾ ਟੜਕਾਉ ਨੂੰ ਸ਼ਾਇਦ ਇਸ ਕਰਕੇ ਸੀ ਵੀ ਯतीश ਨੇ ਅਰੰਭ ਤੋਂ ਹੀ ਉਹਨੂੰ ਕਰੜੀ ਹਦਾਇਤ ਕਰ ਰੱਖੀ ਸੀ ਕਦੀ ਭੁੱਲ ਕੇ ਵੀ ਉਹ ਪਿਛਲੀਆਂ ਹੋਈਆਂ ਬੀਤੀਆਂ ਦਾ ਜ਼ਿਕਰ ਕਿਸੇ ਅੱਗੇ ਨਾ ਕਰੇ ਉਹਨੂੰ ਚੈਨ ਦਾ ਸਹਾਰਾ ਜਦੋਂ ਦੁਹਾਂ ਦਾ वार्तालाਪ ਇਹ ਦੁਹ ਅੱਗੇ ਨਹੀਂ ਵਧਿਆ ਡਾਕਟਰ ਨੇ ਦੂਜਾ ਟੀਕਾ ਲਾਇਆ ਉਸ ਤੋਂ ਬਾਅਦ ਜਦ ਮਨੋਰ ਉਹਦੇ ਨਾਲ ਹੋ ਤੁਰਿਆ ਦਵਾਈ ਲੈਣ ਲਈ ਰੂਪਾ ਨੇ ਜ਼ਰਾ ਲੰਬੇ ਕਰਕੇ ਉਹਨੂੰ ਕਹਿਤਾ ਵੀ ਵੇਖਣਾ ਭਰਾ ਜੀ ਡਾਕਟਰ ਹੋਰਾਂ ਨੂੰ ਆਪਣੇ ਦੋਸਤ ਬਾਬਤ ਪਿਛਲੀਆਂ ਗੱਲਾਂ ਨਾ ਦੱਸਣੀਆਂ ਤੇ ਉੱਤਰ ਚ ਮਨੋਰ ਜ਼ਰਾ ਉਪੇਖਤ टांग ਨਾਲ ਖੱਛਾ ਕਹਿ ਕੇ ਡਾਕਟਰ ਦੇ ਨਾਲ ਬਾਹਰ ਨਿਕਲ ਗਿਆ। ਰੂਪਾ ਨੇ ਵੇਖਿਆ ਬਾਹਰ ਨਿਕਲਣ ਸਮੇਂ ਮਨੋਰ ਦੇ ਹੱਥਾਂ 'ਤੇ ਚੜਾਏ ਹੋਏ ਦਸਤਾਨੇ ਉਤਾਰ ਕੇ ਕੋਟ ਦੀ ਜੇਬ 'ਚ ਪਾ ਲਏ। ਉਹਨੂੰ ਇਸ ਗੱਲ ਦੀ ਸਮਝ ਨਹੀਂ ਸੀ ਆ ਰਹੀ ਵੀ ਮਨੋਰ ਜਦੋਂ ਕਮਰੇ ਅੰਦਰ ਆਇਆ ਸੀ ਅੱਜ ਵੀ ਤੇ ਕੱਲ ਵੀ ਉਹਨੇ ਦਸਤਾਨੇ ਚੜਾ ਰੱਖੇ ਸੀ ਫਿਰ ਬਾਹਰ ਨਿਕਲਣ ਸਮੇਂ ਉਹਨਾਂ ਨੂੰ ਉਤਾਰ ਕੇ ਜੇਬ 'ਚ ਪਾ ਲੈਣ ਦਾ ਮਤਲਬ। ਇਸ ਤੋਂ ਬਾਅਦ ਜਦ ਮਨੋਰ ਦਵਾਈ ਲੈ ਕੇ ਮੁੜਿਆ ਰੂਪਾ ਨੇ ਵੇਖਿਆ ਦਸਤਾਨੇ ਮੋਢੇ 'ਤੇ ਚੜਾਏ ਹੋਏ ਸੀ। ਉਨੇ ਸੋਚਿਆ ਹੋਊ ਇਹ ਵੀ ਵੱਡੇ ਲੋਕਾਂ ਦਾ ਕੋਈ ਰਿਵਾਜ ਯतीश ਅਜੇ ਤੱਕ ਸਤਾਸੀ ਦਵਾਈ ਦੀ ਸ਼ੀਸ਼ੀ ਮਨੋਰ ਨੇ ਤਪਾਈ ਤੇ ਰੱਖ ਦਿੱਤੀ ਇੱਕ ਪਰਚੀ ਰੂਪਾ ਨੂੰ ਫੜਾਉਂਦਾ ਬੋਲਿਆ ਇਹ ਇੱਕ ਸਪੈਸ਼ਲ ਤੇ ਪੇਟੈਂਟ ਦਵਾਈ ਡਾਕਟਰ ਨੇ ਲਿਖ ਦਿੱਤੀ ਹੈ ਕਿਸੇ ਵੱਡੇ ਕੈਮਿਸਟਰੀ ਦੀ ਦੁਕਾਨ ਤੋਂ ਮਿਲੇਗੀ ਕਹਿੰਦਾ ਸੀ ਇਹ ਗੋਲੀਆਂ ਜ਼ਰੂਰ ਤੇ ਜਲਦੀ ਮੰਗਵਾ ਲੈਣੀ ਆ ਇਹਨਾਂ ਦੀ ਵਰਤੋਂ ਨਾਲ ਬਿਲਕੁਲ ਆਰਾਮ ਆ ਜਾਏਗਾ ਬੜੀ ਜਲਦੀ ਕਹਿੰਦਾ ਸੀ ਬੜੀ ਕੀਮਤੀ ਦਵਾਈ ਹੈ ਪਰਚੀ ਰੂਪਾ ਨੇ ਫੜ ਲਈ ਸੋਚਣ ਲੱਗੀ ਜੇ ਇੰਨੀ ਤੁਰਤ ਫੁਰਤ ਅਸਰ ਕਰਨ ਵਾਲੀ ਦਵਾਈ ਹੈ ਫਿਰ ਹੋਰ ਕੀ ਲੋੜੀ ਹੁੰਦਾ ਪਰ ਮਨੋਰ ਦੀ ਛੇਕੜੀ ਗੱਲ ਬੜੀ ਕੀਮਤੀ ਆ ਨੇ ਉਹਨੂੰ ਕਿਸੇ ਸ਼ਸ਼ੂ ਪੰਚ ਪਾਤਾ ਕਿੰਨੇ ਦੀ ਆਏਗੀ ਭਰਾ ਜੀ ਇਹੋ ਹੀ 22 ਰੁਪਏ ਦੀ ਕਹਿੰਦਾ ਸੀ ਇਸ ਬਿਮਾਰੀ ਦਾ ਸਭ ਤੋਂ ਬੈਸਟ ਇਲਾਜ ਹੈ ਰੁਪਏ ਦੀਆਂ ਅੱਖਾਂ 'ਚ ਪਹਿਲਾਂ ਆਸ਼ਾ ਦੀ ਚਮਕ ਪੈਦਾ ਹੋਈ ਫਿਰ ਨਿਰਾਸ਼ਾ ਦੇ ਪਰਛਾਵੇਂ ਪਤੀ ਦੀ ਅਰੋਗਤਾ ਦੀ ਟੱਕਰੇ 22 ਰੁਪਏ ਛੱਡ ਕੇ 2200 ਰੁਪਏ ਵੀ ਉਹਦੀ ਨਜ਼ਰਾਂ 'ਚ ਧੁੱਛ ਸੀ ਪਰ ਇਸ ਵਲੇ ਤਾਂ ਉਸ ਲਈ ਇੰਨੀ ਕੁ ਰਕਮ ਵੀ ਦੁਰਲੱਭ ਸੀ ਉਦੀ ਸਲਾਹ ਹੋਈ ਵੀ ਮਨੋਰ ਨੂੰ ਕਹੀ ਦੇਵੇ ਪਰਾਜੀ ਜਿੱਥੇ ਡਾਕਟਰ ਦੀ ਫੀਸ ਭਰੀ ਜੇ ਉੱਥੇ ਹੀ ਇੱਕ ਹੰਬੜਾ ਹੋਰ ਮਾਰੋ ਪਰ ਇਹ ਗੱਲ ਉਹਦੇ ਮੂੰਹ ਨਿਕਲਦੀ ਨਿਕਲਦੀ ਰੁਕ ਗਈ ਸ਼ਾਇਦ ਇਹ ਸੋਚ ਕੇ ਕਿ ਜੇ ਖੋਰ ਹੰਬੜਾ ਮਾਰਨ ਦੀ ਉਹਦੀ ਮਰਜ਼ੀ ਹੁੰਦੀ ਤਾਂ ਕਿ ਛੜੀਮੂੜੀ ਪਰਚੀ ਲਿਆ ਕੇ ਉਹਦੇ ਹੱਥ ਫੜਾ ਦਿੰਦਾ ਕੀ ਵੱਡੇ ਕੇਮਿਸਟ ਦੀ ਦੁਕਾਨ ਕੋਈ ਕਾਬਲ ਕੰਧਾਰਚ ਸੀ ਸ਼ਾਇਦ ਮਨੋਰ ਵੀ ਰੂਪਾ ਦੀਆਂ ਅੱਖਾਂ ਵਿੱਚੋਂ ਤੇ ਉਹਦੇ ਚਿਹਰੇ ਤੋਂ ਤਾੜ ਗਿਆ ਸੀ ਹੋਰ ਦੋ ਚਾਰ ਇੱਧਰ ਉੱਧਰ ਦੀਆਂ ਗੱਲਾਂ ਕਰਕੇ 5-10 ਮਿੰਟ ਵਕਤ ਗੁਜ਼ਾਰ ਕੇ ਕੁਰਸੀ ਤੋਂ ਉੱਠ ਖੜੋਤਾ ਹੀ ਕਹਿੰਦਾ ਹੋਇਆ ਅੱਛਾ ਮੈਂ ਚੱਲਣਾ ਕੋਈ ਫਿਕਰ ਨਾ ਕਰਨਾ ਦਿਲ ਮਜ਼ਬੂਤ ਰੱਖਣਾ ਈਸ਼ਵਰ ਭਲੀ ਕਰੇਗਾ ਮੈਂ ਜਾਂਦੇ ਆਂ ਅੰਕਲ ਨੂੰ ਜਾ ਕੇ ਮਿਲਾਂਗਾ ਉਸ ਤੋਂ ਬਾਅਦ ਜਲਦੀ ਅਸੀਂ ਦੋਵੇਂ ਆ ਕੇ ਤੁਸੀ ਦੋਵਾਂ ਨੂੰ ਕਿਸੇ ਹਿਲ ਸਟੇਸ਼ਨ ਤੇ ਲੈ ਜਾਵਾਂਗੇ ਆਈ ਮੀਨ ਕਿਸੇ ਪਹਾੜ ਤੇ ਸੁਣ ਕੇ ਰੂਪਕ ਗੁੰਮਦੀ ਗੁੰਮ ਰਹਿ ਗਈ ਸ਼ਾਇਦ ਦਿਲੀ ਦਿਲ ਚ ਕਹਿ ਰਹੀ ਸੀ ਜੋ ਉੱਚਰਦੀ ਕਿ ਪਹਾੜ ਦਾ ਸਫ਼ਰ ਕਰਨ ਜੋਗੇ ਰਹਿ ਗਏ ਤਾਂ ਪਰ ਜ਼ੁਬਾਨੋਂ ਇੰਨਾ ਹੀ ਕੱਢ ਸਕੀ ਤੇ ਆਪਣੇ ਦੋਸਤ ਨੂੰ ਮਿਲੇ ਬਿਨਾਂ ਹੀ ਚਲੇ ਜਾਉਗੇ ਨੋਰ ਕੁਝ ਢੱਕਿਆ ਢੋਲਿਆ ਚ ਬੋਲਿਆ ਜ਼ਰੂਰ ਮਿਲ ਕੇ ਜਾਂਦਾ ਪਰ ਮੁਸ਼ਕਲ ਹੀ ਹੈ ਵੀ ਉਧਰ ਗੱਡੀ ਦਾ ਵਕਤ ਹੋ ਗਿਆ ਹੈ ਤੇ ਡਾਕਟਰ ਦੀ ਹਦਾਇਤ ਮੁਤਾਬਕ ਯतीश ਨੂੰ ਜਗਾਉਣਾ ਠੀਕ ਨਹੀਂ ਰੂਪਾ ਦਾ ਖਿਹਿਆ ਹੋਇਆ ਦਿਲ ਕਹਿ ਰਿਹਾ ਸੀ ਗੱਡੀ ਨਹੀਂ ਕੀ ਭਲਕੇ ਫੇਰ ਨਹੀਂ ਜਾਣਾ ਪਰ ਕੁਝ ਨਿਰੁਤਸ਼ਾ ਜੇ ਰਾਂਚ ਬੋਲੀ ਚੰਗਾ ਜਿਵੇਂ ਤੁਹਾਡੀ ਮਰਜ਼ੀ ਜਾਣ ਤੋਂ ਪਹਿਲਾਂ ਮਨੋਰ ਕਈ ਮਿੰਟਾਂ ਤੱਕ ਰੂਪਾ ਨੂੰ ਜਿਵੇਂ ਸਿਖਿਆ ਦੇ ਦਈ ਦੀ ਸਮਝਾਉਂਦਾ ਰਿਹਾ ਹੈ ਕਰਨਾ ਉਹ ਨਹੀਂ ਕਰਨਾ ਪਰ ਰੂਪਾ ਦਾ ਧਿਆਨ ਇਹ ਨਾਲ ਗਲੰਚ ਨਹੀਂ ਸੀ ਫਿਰ ਰੂਪਾ ਨੇ ਵੇਖਿਆ ਆਪਣੇ ਉਸੇ ਰਿਵਾਜ ਅਥਵਾ ਫੈਸ਼ਨ ਅਨੁਸਾਰ ਮਨੋਰ ਦਸਤਾਨੇ ਉਤਾਰ ਕੇ ਜੇਬ ਦੇ ਹਵਾਲੇ ਕਰਦਾ ਖਟਖਟ ਪੂਟਾਂ ਦੀ ਆਵਾਜ਼ ਪੈਦਾ ਕਰਦਾ ਬਾਹਰ ਨਿਕਲ ਗਿਆ ਰੂਪਾ ਜਿੱਥੇ ਖੜੀ ਸੀ ਉੱਥੇ ਖਿਲੁੱਤੀ ਰਹੀ ਪਰਚੇ ਉਹਦੀਆਂ ਉਂਗਲਾਂ 'ਚ ਹਿੱਲ ਰਹੀ ਸੀ ਸ਼ਾਇਦ ਬਾਹਰੋਂ ਆ ਰਹੀ ਹਵਾ ਨਾਲ ਜਾਂ ਹੱਥ ਦੀ ਕੰਬਣੀ ਨਾਲ ਅੰਗ ਪੰਜਵਾ ਨੋਰ ਦੇ ਚਲੇ ਜਾਣ ਤੋਂ ਬਾਅਦ ਕਾਫੀ ਦੇਰ ਤੱਕ ਰੂਪਾ ਦੀਆਂ ਅੱਖਾਂ ਖੁਸ਼ਕ ਨਹੀਂ ਹੋਈਆਂ ਅਜ ਉਹਦਾ ਦਿਲ ਡਾਢਾ ਹੀ ਭਰਿਆ ਹੋਇਆ ਸੀ ਜਿਸ ਦਾ ਕੋਈ ਵਿਸ਼ੇਸ਼ ਕਾਰਨ ਉਹਦੀ ਸਮਝ 'ਚ ਨਹੀਂ ਸੀ ਆ ਰਿਹਾ ਉਦਕੜੀ ਮੁੜੀ ਇਹੋ ਜੀ ਕਰਦਾ ਕਿ ਘਰ ਦੀ ਕਿਸੇ ਨੁਕਰੇ ਜਾ ਕੇ ਉੱਚੀ ਉੱਚੀ ਭੁੱਬਾ ਮਾਰ ਕੇ ਰੋਵੇ ਤਤਿਕ ਜਾਤਿਕਾ ਦਾ ਦਿਲ ਹੌਲਾ ਨਾ ਹੋ ਜਾਏ ਜਿਹਦੇ ਦਬਾਅ ਨਾਲ ਸਰੀਰ ਦਾ ਕਣ ਕਣ ਹੰਬਿਆ ਪਿਆ ਹੈ ਖਾਰੇ ਪਾਣੀ ਦਾ ਬਹੁਤ ਜਲ ਜ਼ਖੀਰਾ ਜਿਹਨੂੰ ਪਤਾ ਨਹੀਂ ਕਿੰਨੇ ਜੁਗਾਂ ਤੋਂ ਆਪਣੇ ਅੰਦਰ ਆਪਣੇ ਸਿਰ ਅੰਦਰ ਇਕੱਠਾ ਕਰਦੀ ਚਲੀ ਆ ਰਹੀ ਹੈ ਉਹਨੂੰ ਅੰਦਰੇ ਅੰਦਰ ਰੋਕੀ ਰੱਖ ਕੇ ਨਿਤ ਦਿਹਾੜੀਆਂ ਉਪਰੋਂ ਉਪਰੋਂ ਹਸਨ ਜੰਮਲਣ ਦਾ ਸਾੰਗ ਭਰਨਾ ਪੈ ਰਿਹਾ। ਯਤੀਸ਼ ਤੇ ਲਾਗੇ ਕੁਰਸੀ ਤੇ ਬੈਠੀ ਕਿੰਨੀ ਦੇਰ ਤੱਕ ਉਹ ਇਸ ਕਿਸਮ ਦੀਆਂ بے ਸਿਰ ਪੈਰ ਗੱਲਾਂ ਸੋਚੀ ਜਾ ਰਹੀ ਸੀ। ਉਹਦੀਆਂ ਅੱਖਾਂ ਬੰਦ ਅੱਖਾਂ ਤੇ ਉਹਦੀ ਨਜ਼ਰ ਪੈਂਦੀ ਕਿੰਨਾ ਉਤਰ ਗਿਆ ਸੀ ਇਹ ਚਿਹਰਾ ਪਿਛਲੇ 50 ਘੰਟੇ ਅੰਦਰ ਹੀ ਕਿੰਨੀਆਂ ਡੂੰਘੀਆਂ ਅੰਦਰ ਚਲੀਆਂ ਗਈਆਂ। ਤੱਕਦਿਆਂ ਰੂਪਾਂ ਦਾ ਧੀਰੇ ਚ ਇੱਕ ਵਾਰੀ ਮੁੜ ਟੁੱਟਣ ਤੇ ਆ ਗਿਆ ਉਹਨੂੰ ਖਤਰਾ ਜਿਹਾ ਪੈਦਾ ਹੋ ਗਿਆ ਮਤੇ ਇੱਥੇ ਬੈਠੇ ਆ ਬੈਠੇ ਉਹਦੀ ਭੁੱਬ ਨਿਕਲ ਜਾਏ। ਤੋਂ ਨੇ ਯतीश ਦੀਆਂ ਅੱਖਾਂ ਚਰਕਤ ਆਉਂਦੀ ਜਾਪੀ ਉਹਨੇ ਬਿਜਲੀ ਵਰਗੀ ਫੁਰਤੀ ਨਾਲ ਅੱਖਾਂ ਪੁੰਝ ਲਈਆਂ ਉਸੇ ਤੇਜ਼ੀ ਨਾਲ ਉਹਨੇ ਆਪਣੇ ਨਕਸ਼ਾ 'ਚ ਪਰਿਵਰਤਨ ਲਿਆਂਦਾ ਪਹਿਲਾਂ ਯतीश ਦੀਆਂ ਅੱਖਾਂ ਖੁੱਲੀਆਂ ਫਿਰ ਬੁੱਲ ਫੁਰਕੇ ਰੂਪਾ ਜੀ ਕਹਿੰਦੇ ਆ ਰੂਪਾ ਕੁਰਸੀ ਤੋਂ ਉੱਠ ਕੇ ਯतीश ਦੇ ਪਾਸੇ ਨਾਲ ਲੱਗ ਕੇ ਬੈਠ ਗਈ ਦੱਬਿਆ ਠੀਕ ਜੇ ਕੁਝ ਰੂਪਾ ਨੇ ਸਦਾ ਵਾਂਗ ਹੱਸਦਿਆਂ ਗੁੱਟਕਦਿਆਂ ਪੁੱਛਿਆ ਬਿਲਕੁਲ ਠੀਕ ਆ ਰੂਪਾ ਯਤੀ ਇਹੰਜ ਬੋਲਿਆ ਜਿਵੇਂ ਸੱਚ ਮੁੱਚੀ ਉਹ ਬਿਲਕੁਲ ਠੀਕ ਹੋ ਗਏ ਨੀਂਦਰ ਦਾ ਠੰਕਾ ਤਾਂ ਵਾਵਾ ਆ ਗਿਆ ਤੁਹਾਨੂੰ ਬੜੀ ਮਜ਼ੇਦਈ ਨੀਂਦਰ ਆਈ ਸ਼ਾਇਦ ਇਸੇ ਕਰਕੇ ਤਬੀਅਤ ਹਲਕੀ ਜਾਪਦੀ ਹੈ ਬੁਖਾਰ ਵੀ ਘਟ ਰਿਹਾ ਹੁਣ ਤਾਂ ਮੇਰਾ ਵੀ ਖਿਆਲ ਲੀਏ ਤੀਸ ਨੇ ਆਪਣੀ ਨਬਜ਼ ਤੇ ਉਂਗਲਾ ਰੱਖ ਦਿਆ ਗਿਆ ਪ੍ਰਮਾਤਮਾ ਦਾ ਸ਼ੁਕਰ ਹੈ ਮੈਂ ਤੇ ਡੈਡੀ ਘਬਰਾ ਗੀ ਸਭ ਉਮੜਦੇ ਆ ਰਹੇ ਅਥਰੂਆਂ ਨੂੰ ਮੁਸਕਰਾਟ ਨੇ ਧੱਕੇ ਪੇਛਾ ਮੋੜ ਦਿੱਤਾ ਰੂਪਾ ਨੇ ਕਿਹਾ ਤੁਸੀਂ ਬਹੁਤਾ ਬੋਲਣ ਦੀ ਆਦਤ ਛੱਡ ਦਿਓ ਬਸ ਫੇਰ ਸੱਤੇ ਸੁੱਖਾਂ ਨੇ ਤੁਹਾਨੂੰ ਰੂਪਾ ਨੇ ਚਾਇਆ ਮਨੋਰ ਦੇ ਚਲੇ ਜਾਣ ਬਾਰੇ ਦੱਸ ਦਵੇ ਤੇ ਉਹਨੇ ਸੰਖੇਪ ਚ ਦੱਸਣਾ ਸ਼ੁਰੂ ਕੀਤਾ ਅਪਰਾਧ ਵਿਚਾਲੇ ਉਹਨੂੰ ਰੁਕਣਾ ਪਿਆ ਜਦੋਂ ਨੇ ਮਹਿਸੂਸ ਕੀਤਾ ਕਿ ਸੁਣਨ ਵਾਲੇ ਦਾ ਧਿਆਨ ਉਹਦੀਆਂ ਗੱਲਾਂ ਵੱਲ ਨਹੀਂ ਉਹ ਬਿੱਤਰ-ਬਿੱਤਰ ਉਹਦੇ ਚਿਹਰੇ ਵੱਲ ਤੱਕੀ ਜਾ ਰਿਹਾ ਹੈ ਤੁਹਾਡਾ ਧਿਆਨ ਕਿਹੜੇ ਪਾਸੇ ਹੈ ਜੀ ਮੇਰੀਆਂ ਗੱਲਾਂ ਸੁਣ ਰਹੇ ਜੀ ਹੈ ਕੀ ਕੀ ਮੈਂ ਕਿਹਾ ਮੇਰੇ ਵੱਲ ਕੀ ਬਿੱਤਰ-ਬਿੱਤਰ ਚੱਕੀ ਜਾਂਦੇ ਹੋ ਮੈਂ ਰੂਪਾ ਤੋਂ ਬਦਲ ਕੇ ਕੁਝ ਹੋਰ ਤਾਂ ਨਹੀਂ ਬਣ ਗਈ ਤੇ ਕਹਿੰਦੀ-ਕਹਿੰਦੀ ਰੂਪਾ ਹੱਸ ਪਈ ਪਰ ਇਸ ਹਾਸੇ 'ਚ ਪਤੀ ਨੇ ਉਹਦਾ ਸਾਥ ਨਹੀਂ ਦਿੱਤਾ ਦੀਦੀ ਕੇ ਰੂਪਾ ਨੂੰ ਚਾਹ ਵੀ ਸੀ ਤੇ ਉਮੀਦ ਵੀ ਉੱਤਰ ਚ ਯतीश ਬੋਲਿਆ ਵੀ ਤਾ ਕੁਝ ਹੋਰ ਹੀ ਉੱਠ ਪਟੰਗ ਤੈਨੂੰ ਯਾਦ ਹੈ ਨਾ ਰੂਪਾ ਕੀ ਜੀ ਉਹੀ ਮੋਨਾਲੀਜ਼ਾ ਕਿਹੜਾ ਮੋਨਾਲੀਜ਼ਾ ਜੀ ਯतीश ਨੂੰ ਹਾਸਾ ਆ ਗਿਆ ਡਾਡੀ ਚੱਲੀਏ ਮਰਦ ਨਹੀਂ ਕੋਈ ਕੋ ਕੁੜੀ ਸੀ ਜਿਸ ਬਾਰੇ ਕਈ ਵਾਰੀ ਤੈਨੂੰ ਸੁਣਾ ਚੁੱਕਾ ਹਾਂ ਰੂਪਾ ਨੂੰ ਗੱਲ ਯਾਦ ਹੋ ਆਈ ਆਹੋ ਆ ਗਿਆ ਚੇਤਾ ਪਰ ਤੁਸੀਂ ਛੱਡੋ ਖਾਏ ਨਾ ਵੇਲੀਆਂ ਗੱਲਾਂ ਨੂੰ ਆਰਾਮ ਨਾਲ ਲੇਟੇ ਮੈਂ ਜਾ ਕੇ ਦਲੀਆ ਬਣਾ ਲਿਆਵਾਂ ਤੁਸੀਂ ਰਾਤੀ ਵੀ ਕੁਝ ਨਹੀਂ ਖਾਤਾ ਡਾਕਟਰ ਕਹਿੰਦਾ ਸੀ ਦਲੀਆ ਜ਼ਰੂਰ ਦੋ ਵੇਲੇ ਖਾ ਲਿਆ ਕਰੋ ਭਾਵੇਂ ਦੋ ਚਾਰ ਚਮਚੇ ਹੀ ਸੀ ਕਹਿ ਕੇ ਜਿਉਂ ਹੀ ਰੂਪਾ ਉੱਠਣ ਲੱਗੀ ਯतीश ਨੇ ਉਹ ਬਾਹੋਂ ਫੜ ਕੇ ਮੋੜ ਬਿਠਾ ਲਿਆ ਕਹਿੰਦਾ ਮੇਰੀ ਪਿੱਠ ਪਿੱਛੇ ਕੁਝ ਰੱਖ ਦੇ ਰੂਪਾ ਰੂਪਾ ਤਕੀਏ ਵਾਂਗ ਲਪੇਟੀ ਤੁਲਾਈ ਲਈ ਆਈ ਉਹਦੀ ਢੋਰ ਨਾਲ ਉਹਨੇ ਯतीश ਨੂੰ ਬਿਠਾ ਦਿੱਤਾ ਰਤਾ ਬੈਠ ਜਾ ਰੂਪਾ ਰੂਪਾ ਮੋਢੋਂ ਸੇਧਾਂ ਬੈਠ ਗਈ ਹਾਂ ਕੀ ਕਹਿਣ ਲੱਗੇ ਸੋਮੋ ਨਾਲ ਇਸ ਬਾਰੇ ਉਸ ਬਾਰੇ ਨਹੀਂ ਰੂਪਾ ਉਮੀਰ ਰੂਪਾ ਦੇ ਚਿਹਰੇ ਤੇ ਟਿਕ ਟਿਕੀ ਬਣੀ ਬੋਲਿਆ ਬਲਕਿ ਤੇਰੇ ਬਾਰੇ ਮੇਰੇ ਬਾਰੇ ਰੂਪਾ ਨੇ ਪੁੱਛਿਆ ਪਰ ਮੇਰਾ ਉਸ ਨਾਲ ਕੀ ਵਾਸਤਾ ਮੈਨੂੰ ਤਾਂ ਤੂੰ ਸੁਣ ਤੇ ਸਹੀ ਯतीश ਨੇ ਉਹਨੂੰ ਟੋਕ ਦਿੱਤਾ ਉਹਦੀ ਮੁਸਕਰਾਟ ਬਾਰੇ ਮੈਂ ਦੱਸਿਆ ਸੀ ਨਾ ਆਹੋ ਦੱਸਿਆ ਸੀ ਤੁਸੀਂ ਯतीश ਜ਼ਰਾ ਹੋਰ ਚੇਤਨ ਹੋ ਬਟਾ ਅੱਜ ਇਸ ਕਰਕੇ ਲੈ ਬਠਾਂ ਕਿ ਇਧਰ ਕੋ ਚਿਰ ਤੋ ਫੇਰ ਮੈਨੂੰ ਤੇਰੇ ਚਿਹਰੇ ਤੇ ਉਹੀ ਮੋਨਾ ਲੀਜ਼ਾ ਵਰਗੀ ਮੁਸਕਾਨ ਦਿਸਣ ਲੱਗ ਪਈ ਰੂਪਾ ਝਟਕ ਪਿੱਛੋਂ ਬੋਲੀ ਹੁਣ ਫੇਰ ਕਿਉਂ ਇਹੋ ਤਾਂ ਮੈਂ ਤੇਥੋਂ ਪੁੱਛਣਾ ਚਾਹੁੰਨਾ ਮੈਂ ਤਾਂ ਹਾਂ ਕੀ ਮਤਲਬ ਮਤਲਬ ਹੋਰ ਕੀ ਹੋ ਸਕਦਾ ਰੂਪਾ ਕਿ ਤੂੰ ਮੈਨੂੰ ਨਿਰੀ ਪੂਰੀ ਮੋਨਾ ਲੀਜ਼ਾ ਜੱਪਣ ਲੱਗ ਪਈ ਹੈ ਯਾਨੀ ਇਹ ਤੇਰਾ ਹਰ ਵੇਲੇ ਦਾ ਹੱਸਣਾ ਗੁੱਟਣਾ ਤੇਰਾ ਗਾਣਾ ਮੁਸਕਰਾਣਾ ਇਹ ਸਾਰਾ ਕੁਝ ਮੋਨਾ ਲੀਜ਼ਾ ਵਾਂਗੂ ਉਪਰ ਉਪਰ ਹੈ ਉਪਰ ਉਪਰ ਹਾਂ ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਤੇਰੇ ਉੱਤੇ ਕਿਸੇ ਕਿਸਮ ਦਾ ਸ਼ੱਕ ਕਰ ਰਿਹਾ ਬਲਕਿ ਵੇਖ ਰਿਹਾ ਕਿ ਇਹ ਤੂੰ ਅੱਗੇ ਸ਼ਾਇਦ ਜਯਤੀਸ਼ ਨੂੰ ਆਪਣਾ ਭਾਵ ਪ੍ਰਗਟ ਲੈਣਾ ਕਰਨ ਲਈ ਲੋੜੀਂਦੇ ਸ਼ਬਦ ਨਹੀਂ ਲੱਭ ਰਹੇ ਕਿ ਤੂੰ ਰੁਪਾ ਤੂੰ ਅੰਦਰੇ ਅੰਦਰ ਮੁੱਕਦੀ ਜਾ ਰਹੀ ਹੈ ਮੇਰੀ ਖਾਤਰ ਮੈਨੂੰ ਬਚਾਣ ਖਾਤਰ ਪਰ ਚੰਨੀਏ ਕਦੀ ਤੂੰ ਮੇਰੇ ਦਿਲ ਵੱਲ ਵੀ ਝਾਤੀ ਮਾਰ ਕੇ ਵੇਖਦੀ ਹਾਂ ਤੈਨੂੰ ਸਮਝ ਆਉਂਦੀ ਤੇਰੀ ਇਸ ਐਕਟਿੰਗ ਦਾ ਮੇਰੇ ਤੇ ਕੀ ਅਸਰ ਹੋ ਰਿਹਾ ਭਾਵੇਂ ਮੈਂ ਕੁਝ ਨਹੀਂ ਜਾਣਦਾ ਜੋ ਕੁਝ ਮੈਥੋਂ ਤੂੰ ਲੁਕਾਈ ਚੱਲੀ ਆ ਰਹੀ ਹੈ ਕਿਉਂਕਿ ਮੈਂ ਅੰਦਰ ਜਾਮੀ ਨਹੀਂ ਹਾਂ ਪਰ ਮਨੋਵਿਗਿਆਨ ਦੀ ਥੋੜੀ ਬਹੁਤੀ ਸਮਝ ਰੱਖਦਾਂ ਤੇ ਉਹਦੇ ਬਲ ਬੁੱਤੇ ਮੈਂ ਤੇਰੇ ਅੰਦਰਲੇ ਨੂੰ ਜ਼ਰਾ ਭੋਰਾ ਵਾਚਣ ਚ ਕਾਮਯਾਬ ਹੋਣਾ ਅਜੇ ਥੋੜੇ ਦਿਨਾਂ ਦੀ ਗੱਲ ਹੈ ਜਦ ਤੂੰ ਆਪਣੇ ਦਿਲ ਚ ਲੁਕਾਈਆਂ ਹੋਈਆਂ ਕੁਝ ਗੱਲਾਂ ਮੈਨੂੰ ਦੱਸਤੀਆਂ ਸੀ ਉਹ ਹੀ ਖੰਡ ਵਾਲੀ ਨਾਲੇ ਹੋਰ ਕਿੰਨਾ ਕੁਝ ਭਲਾਉਣਾ ਗੱਲਾਂ ਨੂੰ ਸੁਣ ਕੇ ਕਿਹੜਾ ਮੇਰੇ ਤੇ ਕੋਈ ਪਹਾੜ ਟੁੱਟ ਪਿਆ ਸੀ ਸੋ ਗੇ ਇਸ ਨਾਲ ਮੈਨੂੰ ਲਾਭ ਹੀ ਹੋਇਆ ਬਾਵਜੂਦ ਇਹ ਦੇ ਕਿ ਮੈਂ ਤੈਨੂੰ ਉਦੋਂ ਕਾਫੀ ਛਾੜਾਂ ਭਾਈਆਂ ਮੇਰੇ ਦਿਲ 'ਚ ਤੇਰਾ ਸਤਕਾਰ ਸਗੋਂ ਪਹਿਲਾਂ ਨਾਲੋਂ ਵੀ ਵੱਧ ਗਿਆ ਸੋ ਚੰਨੀਆਂ ਇਸ ਵਹਿਮ ਨੂੰ ਕਾਹਦੇੋਂ ਕੱਢ ਦੇ ਬਹੁਤ ਹੀ ਚਿੰਤਾ ਤਾਂ ਮੈਨੂੰ ਤੈਨੂੰ ਮੇਰੀ ਬਿਮਾਰੀ ਦੀ ਐ ਨਾ ਪਰਸ਼ਦਾਨੇ ਤੂੰ ਤਾਂ ਸਗੋਂ ਉਲਟਾ ਇਲਾਜ ਸੋਚੀ ਬੈਠੀਏ ਮੇਰੀ ਬਿਮਾਰੀ ਦਾ ਮੇਰੀ ਜ਼ਿੰਦਗੀ ਤੇਰੇ ਲਈ ਬੜੀ ਕੀਮਤੀ ਹੈ ਮੈਂ ਜਾਣਨਾ ਵਾ ਪਰ ਕਦੀ ਤੂੰ ਇਹ ਵੀ ਸੋਚਿਆ ਕਿ ਤੇਰੀ ਜ਼ਿੰਦਗੀ ਦੀ ਕਿੰਨੀ ਕੀਮਤ ਹੈ ਮੇਰੀਆਂ ਨਜ਼ਰਾਂ ਵਿੱਚ ਰੂਪਾ ਨੇ ਜਦ ਵੇਖਿਆ ਬੋਲਣ ਵਾਲਾ ਉੱਚੀ ਉੱਚੀ ਸਾਹ ਲੈਂਦਾ ਹੋਇਆ ਘਰ ਭਣ ਲੱਗ ਪਿਆ ਤਾਂ ਉਹ ਕਹਿੰਦੀ ਉੱਠ ਖੜੋ ਤੇ ਅੱਛਾ ਹਲੇ ਨਹੀਂ ਬਥੇਰਾ ਹੋਰ ਨਾ ਬੋਲੋ ਜੋ ਦੀ ਪਿੱਠ 'ਤੇ ਛੋਟਾ ਸਨਾ ਹਟਾ ਕੇ ਉਹਨੇ ਮੋੜ ਲੰਮਿਆਂ ਪਾ ਦਿੱਤਾ ਪਰ ਲੰਮਾ ਪੈ ਜਾਣ ਤੇ ਵੀ ਯतीश ਬੁੱਲ ਨੂੰ ਬਾਜ਼ ਨਹੀਂ ਆਇਆ ਫਿਰ ਕੀ ਖਿਆਲੇ ਤੇਰਾ ਰੂਪਾ ਜਿਹੜੀ ਪਤੀ ਦੀਆਂ ਗੱਲਾਂ ਤੋਂ ਨਾ ਕੇਵਲ ਪ੍ਰਭਾਵਿਤ ਹੀ ਹੋਈ ਸਗੋ ਡਰਨ ਵੀ ਲੱਗ ਪਈ ਸੀ ਬੋਲੀ ਤੁਹਾਡੀਆਂ ਗੱਲਾਂ ਸੱਚੀਆਂ ਨੇ ਜੀ ਮੈਂ ਮੁੱਕਰਦੀ ਨਹੀਂ ਮੈਂ ਸਭੋ ਕੁਝ ਸੱਚੋ ਸੱਚ ਦੱਸ ਦਿਆਂਗੀ ਜਿਹੜਾ ਕੋਈ ਤੁਹਾਤੋਂ ਲੁਕਾਈ ਬੈਠੀ ਆ ਪਰ ਰਾਤੀ ਤੁਸੀਂ ਬਹੁਤ ਜ਼ਿਆਦਾ ਬੋਲ ਚੁੱਕੇ ਜੀ ਯतीश ਫਿਰ ਵੀ ਬੋਲਣ ਨਹੀਂ ਤੜਿਆ ਪਰ ਹੁਣ ਤਾਂ ਮੇਰੇ ਹੋਰ ਬੋਲਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਜਦ ਕਿ ਤੇਰੇ ਬੋਲਣ ਦੀ ਵਾਰੀ ਹੈ ਰੂਪਾਤਰਲੇ ਭਰੀ ਮੇਨਨ ਚ ਬੋਲੀ ਫਿਰ ਵੀ ਤੁਸੀਂ ਮੇਰੀ ਇੰਨੀ ਇੱਕ ਗੱਲ ਮੰਨ ਲਓ ਮਿਹਨਤ ਕਰਨੀ ਹੈ ਚੰਗਾ ਰਾਤੀ ਸੀ ਅੱਛਾ ਮੈਂ ਦਲੀਆ ਬਣਾ ਕੇ ਲਿਆਵਾਂ ਕਹਿ ਕੇ ਰੂਪਾ ਚਲੀ ਗਈ ਅੰਗ 51 ਜਿਉਂ ਹੀ ਰਾਤ ਪਈ ਯतीश ਨੇ ਮੁੜ ਰੂਪਾ ਨੂੰ ਦਾ ਇਕਰਾਰ ਚੇਤੇ ਕਰਾਇਆ ਅੱਜ ਦੀ ਦਿਹਾੜ ਵਾ ਵ ਚੰਗੀ guzari ਸੀ ਯतीश ਨੇ ਪਰ ਰੂਪਾ ਦੀ ਇਹ ਸਾਰੀ ਦਿਹਾੜ ਗੀਟੀਆਂ ਗਿਣਦਿਆਂ ਬੀਤੀ ਸੀ ਉਸੇ ਪਰਚੀ ਵਾਲੀ ਦਵਾਈ ਪਾਰੇ ਉਹਨੂੰ ਮੁੜ-ਮੁੜ ਆਪਣੇ ਪਿਓ ਤੇ ਕਹਿਰ ਚੜੀ ਜਾ ਰਿਹਾ ਸੀ ਜਿਹੜਾ ਇੱਕਦਮ ਹੀ ਐਡਾ ਪੱਥਰ ਚਿੱਤ ਹੋ ਗਿਆ ਕਿ ਚਿੱਠੀ ਜਿਹੜੀ ਰੂਪਾ ਨੇ ਅਥਰੂਆਂ ਨਾਲ ਭੋਂਕੇ ਉਹਨੂੰ ਲਿਖੀ ਸੀ ਉਹਦਾ ਵੀ ਕੋਈ ਅਸਰ ਨਹੀਂ ਉਹ ਤਾਂ ਸੋਚੀ ਬੈਠੀ ਸੀ ਵੀ ਚਿੱਠੀ ਮਿਲਦੇ ਆ ਉਹਦਾ ਭਾਈਆ ਜਿਵੇਂ ਕਿਵੇਂ ਵੀ ਹਾਲਤ ਛੋਇਆ ਪਹਿਲੀ ਗੱਡੀ ਫੜ ਲਏਗਾ ਆਉਣ ਨਹੀਂ ਤਾਂ ਖਾਦੀ ਘੜੀ ਦੋ ਉਂਗਲਾ ਕਾਗਤ ਵੀ ਨਹੀਂ ਸੀ ਲਿਖੀਂਦਾ ਉਸ ਤੋਂ ਅਵੇਂ ਝੂਠੀ ਸੱਚੀ ਹਮਦਰਦੀ ਦਾ ਹੀ ਸੀ ਰੂਪਾ ਸੋਈਦੀ ਮੈਂ ਮਨੋਰ ਦੇ ਵਰਤਾ ਤੇ ਕੁੜਨ ਲੱਗ ਪਈ ਸੀ ਉਹ ਤਾਂ ਬੇਗਾਨਾ ਪੁੱਤਰ ਸੀ ਨਾ ਕੋਈ ਸਾਥ ਨਾ ਸਕੇਰੀ ਪਰ ਜਿਸ ਸਕੇ ਪਿਓ ਉਤੇ ਮੈਨੂੰ ਸੌ ਤਰ੍ਹਾਂ ਦਾ ਮਾਣ ਸੀ ਉਹਨੇ ਵੀ ਜੇ ਅੱਖਾਂ ਮੱਥੇ ਤੇ ਰੱਖ ਲਈਆਂ ਨਾ ਤੇ ਕਿਸੇ ਬੇਗਾਨੇ ਉਤੇ ਕਾਹਦਾ ਗਿਲਾ ਰੂਪਾ ਦਾ ਵੱਡਿਆ ਰੋਣੀ ਸੀ ਕਰਦਾ ਅੱਜ ਗੱਲ ਕਤ ਕਰਨ ਨੂੰ ਰੂ ਉਹਦਾ ਜੇ ਕਰਦਾ ਸੀ ਤਾਂ ਕੇਵਲ ਪੁੱਭਾ ਮਾਰ ਕੇ ਰੋਣ ਨੂੰ ਜਦ ਕਿ ਅੱਜ ਉਹਦੇ ਭਾਣੇ ਆਪਣਾ ਕੀ ਤੇ ਪ੍ਰਾਏ ਕੀ ਸਭਨਾਂ ਦਾ ਖੂਨ ਸਫੈਦ ਹੋ ਚੁੱਕਾ ਔਰ ਪਤੀ ਦੀ ਅੜੀ ਦਾ ਕੀ ਕਰੇ ਜਿਹੜਾ ਹੱਥ ਧੋਕੇ ਉਹਦੇ ਮਗਰ ਪਿਆ ਹੈ ਐਸਾ ਕਰਨਾ ਤਾਂ ਰੂਪਾ ਦੇ ਸੁਭਾਤ ਉਲਟ ਸੀ ਉਹਦੇ ਫਰਜ਼ ਦੀ ਤੇ ਉਹਦਾ ਧਰਮ ਤੋਂ ਵੀ ਸ਼ਾਇਦ ਉਲਟ ਫਿਰ ਕਿਵੇਂ ਉਸ ਅੱਗੇ ਨਾਬਰੀ ਕਰੇ ਛੇਕੜ ਰੂਪਾ ਨੇ ਸਾਰਾ ਕੁਝ ਸੁਣਾਣਾ ਸ਼ੁਰੂ ਕੀਤਾ ਜਿਹਦੇ ਸੁਣਨ ਲਈ ਇਹ ਤੀਸਰ ਲੋ ਮੱਚੀ ਹੋ ਗਿਆ ਸੀ ਇਸ ਪ੍ਰਸੰਗ ਦਾ ਆਰੰਭ ਉਹਨੇ ਕੀਤਾ ਮਕਾਨ ਬਦਲਣ ਵਾਲੀ ਕਿਰਿਆ ਤੋਂ ਇਸ ਤੋਂ ਪਹਿਲਾਂ ਤੋਂ ਜਦੋਂ ਡਾਕਟਰ ਨੇ ਰੂਪਾ ਨੂੰ ਮਕਾਨ ਬਦਲਣ ਦੀ ਚੇਤਾਵਨੀ ਕੀਤੀ ਸੀ ਫਿਰ ਲਾਂਡਰੀ ਵਾਲੇ ਕਿਸ਼ਨ ਸਿੰਘ ਬਰ ਰਾਈ ਮਕਾਨ ਦੀ ਪ੍ਰਾਪਤੀ ਬਾਰੇ ਆਪਣੇ ਪਿਓ ਵੱਲੋਂ ਆਏ ਮਨੀ ਆਰਡਰ ਦੇ ਉਹਦੇ ਖਰਚ ਬਾਬਤ ਸਭ ਕੁਝ ਵਾਰਤਾ ਦਾਇਤ ਉਹਗਲਾ ਹਿਸਾਬ ਬਿਆਨ ਕਰਨਾ ਰੂਪਾ ਲਈ ਕੁਝ ਬਧੇਰੇ ਔਖਾ ਸੀ ਪਰ ਔਖਾ ਹੋਵੇ ਸੌਖਾ ਹੋਵੇ ਅਜੋਨੇ ਕੁਝ ਵੀ ਲੁਕਾ ਕੇ ਨਹੀਂ ਰੱਖਣਾ ਸੀ ਇਸ ਇਰਾਦੇ ਉੱਤੇ ਰੂਪਾ ਅਟਲ ਸੀ ਫਿਰ ਵੀ ਬੋਲਦੀ ਬੋਲਦੀ ਜ਼ਰਾ ਕੁ ਰੁਕ ਗਈ ਉਧਰ ਯतीश ਨੂੰ ਵੀ ਸਮਝਣ 'ਚ ਦੇਰ ਨਹੀਂ ਲੱਗੀ ਕਿ ਰੂਪਾ ਕਿਉਂ ਦੋ ਚਿੱਤੀ ਚ ਪੈ ਗਈ ਹੈ ਉਹ ਆਪਣੇ ਗਰਮ ਹੱਥ ਵਿੱਚ ਉਹਦਾ ਠੰਡਾ ਹੱਥ ਘੁੱਟਦਾ ਕਹੇ ਬੋਲਿਆ ਸੰਗਾ ਬਿਲਕੁਲ ਨਕਾਰੂਪਾ ਤੈਨੂੰ ਮੇਰੀ ਸਾਂ ਹਾਂ ਕੀ ਕਰਨ ਲੱਗੀ ਸੀ ਰੂਪਾ ਨੇ ਚਰ ਤੱਕ ਭਾਵੇਂ ਬੋਲਣ ਜੋਗੀ ਅੰਗਸ ਪੈਦਾ ਕਰ ਲਈ ਫਿਰ ਵੀ ਬੋਲਣ ਵੇਲੇ ਉਹਦੀ ਆਵਾਜ਼ ਲੜਖੜਾ ਰਹੀ ਸੀ ਤੇ ਡਾਕਟਰ ਨੇ ਇੱਕ ਦਿਨ ਆਖਿਆ ਡਾਕਟਰ ਕਹਿਣ ਲੱਗਾ ਜੋ ਉਹਨਾਂ ਨੂੰ ਕਿਸੇ ਪਹਾੜ ਤੇ ਲੈ ਜਾ ਜੇ ਰਾਜੀ ਕਰਨਾ ਚਾਹਨੀ ਹੈ ਤੇ ਸੁਣ ਕੇ ਜੀ ਮੇਰੀ ਖਾਨੇ ਹੋ ਗਈ ਮੈਂ ਸੋਚਿਆ ਪਹਾੜਾਂ ਤੇ ਜਾਣ ਜੋਗਾ ਖਰਚ ਕਿੱਥੋਂ ਆਏਗਾ ਗੋਤਿਆਂ ਚ ਪੈ ਗਈ ਜਿੰਦ ਫਿਰ ਚੰਦ ਦਾ ਖਿਆਲ ਆ ਗਿਆ ਕਿ ਅਸਾਮ ਵੀ ਤਾਂ ਪਹਾੜੀ ਇਲਾਕਾ ਹੈ ਅਲੀ ਭਾਈਆ ਉੱਥੇ ਆ ਕਿਉਂ ਨਾ ਉੱਥੇ ਚਲੇ ਜਾਏਗੇ ਪਰ ਜਿਸ ਗੱਲ ਗੱਲੇ ਜਿੰਦ ਤੂਫਾ ਤੂਫਾ ਪਈ ਕਰਦੀ ਸੀ ਉਹਦਾ ਕੀ ਬਣੇ ਤੁਹਾਨੂੰ ਕਿਹਨ ਦੱਸਦੀ ਇਹ ਗੱਲ ਤੋਂ ਇੱਕ ਪਵਾੜਾ ਹੋਰ ਆ ਪਿਆ ਗਲੀ ਵਾਲਿਆਂ ਨੂੰ ਪਤਾ ਨਹੀਂ ਕਿਸੇ ਦੱਸ ਪਾਈ ਕਿ ਆਪਣੇ ਆਪ ਹੀ ਉਹਨਾਂ ਨੂੰ ਸ਼ੱਕ ਪੈ ਗਿਆ ਸਾਨੂੰ ਸਾਰੇ ਸਾਨੂੰ ਗਲੀ ਚੋਂ ਕੱਢਣ ਤੋਂ ਤਾਰੂ ਹੋ ਪਏ ਤੁਸੀਂ ਵੇਖਦੇ ਹੀ ਪਏ ਜੇ ਕਿ ਪਹਿਲਾਂ ਤਾਂ ਕੋਈ ਨਾ ਕੋਈ ਤੀਵੀਂ ਮਰਦ ਭੁੱਲਾ ਚੁੱਕਾ ਆ ਜਾਂਦਾ ਸੀ ਦੁੱਖ ਸੁੱਖ ਪੁੱਛਣ ਨੂੰ ਪਰ ਇੱਧਰ ਕੁਝ ਦਿਨਾਂ ਤੋਂ ਕੋਈ ਸਾਡੇ ਬੂਹੇ ਹੀ ਨਹੀਂ ਵੱਡਦਾ ਪਾਵੇਂ ਡਾਡੇ ਕੋਲੇ ਸੁਬਾਹ ਦੀ ਉਹਦੀ ਘਰ ਵਾਲੀ ਫਿਰ ਵੀ ਉਹਦੇ ਮੂੰਹ ਨਹੀਂ 모ੜਿਆ ਉਸ ਅੱਗੇ ਮੈਂ ਰਤੀਰਵਾਲ ਪੇਡ ਖੋਲ ਚੁੱਕੀ ਹੋਈਆਂ ਉਹਨੂੰ ਮੈਂ ਇਹ ਵੀ ਸਮਝਾ ਦਿੱਤਾ ਸੀ ਵੀ ਪਗੜੀ ਜਾਂ ਅਸਾਮ ਤੋਂ ਆਏ ਮੰਨੀਆ ਆਰਡਰ ਬਾਰੇ ਤੁਸੀਂ ਅੱਗੇ ਕਾ ਜ਼ਿਕਰ ਨਾ ਕਰਨਾ ਖੈਰ ਉਹ ਗੱਲ ਤਾਂ ਹੋਈ ਸਜਰੀ ਕਰਤੂ ਹੁੰਦੀ ਜਿਹੜੀ ਮੈਂ ਕਰ ਚੁੱਕੀ ਹਾਂ ਉਹ ਵੀ ਸੁਣਾ ਰੂਪਾ ਨੇ ਆਪਣੀ ਛੇਕੜਲੀ ਚਿੱਠੀ ਦਾ ਜ਼ਿਕਰ ਵੀ ਅਤੀਸ਼ ਅੱਗੇ ਕਰ ਦਿੱਤਾ ਜਿਸ ਰਾਹੀਂ ਉਹਨੇ ਆਪਣੇ ਪਿਓ ਨੂੰ ਸਾਫ਼ ਦੱਸ ਭੇਜਿਆ ਸੀ ਕਉ ਦੇ ਪਤੀ ਦਾ ਬੁਖਾਰ ਨਹੀਂ ਉਤਰ ਰਿਹਾ ਨਾਲੇ ਇਹ ਕਿ ਡਾਕਟਰ ਦੀ ਹਦਾਇਤ ਹੈ ਛੇਤੀ ਤੋਂ ਛੇਤੀ ਮਰੀਜ਼ ਨੂੰ ਕਿਸੇ ਪਹਾੜ ਤੇ ਲਜਾਇਆ ਜਾਏ ਤੇ ਵੀ ਕਿ ਰੂਪਾ ਦਾ ਪਿਆ ਕੇ ਉਹਨਾਂ ਨੂੰ ਲੈ ਜਾਵੇ ਰੂਪਾ ਦੀਆਂ ਗੱਲਾਂ ਨੂੰ ਯतीश ਪੂਰੇ ਧਿਆਨ ਨਾਲ ਸੁਣ ਰਿਹਾ ਸੀ ਤੇ ਸੁਣਨ ਦੇ ਨਾਲ-ਨਾਲ ਉਹ ਪਿਛਲੀਆਂ ਅਗਲੀਆਂ ਗੱਲਾਂ ਦਾ ਜੋੜ ਮੇਲ ਵੀ ਦਿਲ 'ਚ ਕਰਦਾ ਜਾਂਦਾ ਉਹਨੂੰ ਯਾਦ ਆਇਆ ਇਧਰ ਕੁਝ ਦਿਨਾਂ ਤੋਂ ਰੂਪਾ ਕਿਸੇ ਨਾ ਕਿਸੇ ਪੱਜ ਆਸਾਮ ਦਾ ਜ਼ਿਕਰ ਕਰਨ ਲੱਗ ਪਈ ਸੀ ਰੂਪਾ ਦੀ વાર્ਤਾ ਕਾਫੀ ਲੰਮੀ ਸੀ ਪਰ ਯतीश ਲਈ ਇਹ ਦਿਲਚਸਪੀ ਤੋਂ ਖਾਲੀ ਨਹੀਂ ਸੀ ਉਹਦਾ ਛੇਕੜਲਾ ਭਾਗ ਬਿਆਨ ਦੇ ਰੂਪਾ ਡੱਡੂ ਲਿਖੀ ਹੋ ਉਠੇ ਤੁਸੀਂ ਸੱਚੀ ਮੈਨੂੰ ਮਿਸ ਨਹੀਂ ਖਿਆਲ ਕਰਦੇ ਹੋਗੇ ਪਰ ਮੇਰੇ ਦਿਲ ਤੋਂ ਕੋਈ ਪੁੱਛ ਕੇ ਵੇਖੀ ਕਿ ਮੈਂ ਨਹੀਂ ਸੀ ਜਾਣਦੀ ਤੁਸੀਂ ਕਿਹਨਾਂ ਖਿਆਲਾਂ ਦੇ ਮਾਲਕ ਹੋ ਜਿਹੜਾ ਆਦਮੀ ਬਲੈਕ ਚ ਸੇਰਖੰਡ ਲੈਣ ਨੂੰ ਪਾਪ ਮੰਨਦਾ ਹੈ ਉਹ ਰਿਸ਼ਵਤ ਦੇਣ ਨੂੰ ਝੂਠ ਬੋਲਣ ਨੂੰ ਕੀ ਘੱਟ ਪਾਪ ਸਮਝਦਾ ਹੋਏਗਾ ਫਿਰ ਰੂਪਾ ਨੇ ਅਖਬਾਰ ਬੰਦ ਕਰਾਉਣ ਵਾਲਾ ਪੇਜ ਵੀ ਖੋਲ੍ਹਤਾ ਡਾਕਟਰ ਨੇ ਜੋ ਕਿਹਾ ਸੀ ਪੜਨਾ ਲਿਖਣਾ ਤੁਹਾਨੂੰ ਨਹੀਂ ਚਾਹੀਦਾ ਸਾਰਾ ਕੁਝ ਸੁਣਾ ਚੁੱਕਣ ਤੋਂ ਬਾਅਦ ਰੂਪਾ ਇਸ ਡਿੱਕ ਸੀ ਕਿ ਅੱਜ ਵੀ ਉਦਣ ਵਾਂਗ ਉਹੀ ਖੰਡ ਵਾਲੇ ਮਾਮਲੇ ਵਾਂਗ ਉਹਨੂੰ ਪਤੀ ਵੱਲੋਂ ਕਿੰਨਾ ਹੀ ਕੁਝ ਆਖਿਆ ਸਮਝਾਇਆ ਜਾਏਗਾ ਪਰ ਅੱਜ ਜੋ ਕੁਝ ਉਹਨੇ ਸੁਣਿਆ ਉਹਦੀ ਆਸ਼ਾ ਤੋਂ ਕਾਫੀ ਵੱਖਰਾ ਸੀ ਤੂੰ ਸੱਚੀ ਸਹ ਰੂਪਾ ਇਸ ਤੇ ਤੇਰਾ ਕਸੂਰ ਨਹੀਂ ਤੇਰੀ ਤਾਂ ਭਾਵੇਂ ਕੋਈ ਵੀ ਹੁੰਦਾ ਉਹਨੂੰ ਇਹੋ ਕਰਨਾ ਪੈਂਦਾ ਰੂਪਾ ਸੋਚ ਰਹੀ ਸੀ ਕਿ ਤੇ ਪਤੀ ਵੀ ਉਸੇ ਰਾਤੇ ਤਾਂ ਨਹੀਂ ਚੱਲ ਰਿਹਾ ਉਸੇ ਵਾਂਗ ਮੂੰਹ ਰੱਖਣੀ ਤਾਂ ਨਹੀਂ ਕਰ ਰਿਹਾ ਨਹੀਂ ਤਾਂ ਇਹ ਸ਼੍ਰੀਮਾਨ ਕੀ ਆਖ ਤੇ ਭੇੜੇ ਕੰਮ ਨੂੰ ਭੇੜਾ ਨਾ ਕਹਿਣਾ ਕੀ ਆਖ ਪਰ ਗਤੀਸ਼ ਬੋਲਿਆ ਮੈਂ ਚਾਪਲੂਸੀ ਨਹੀਂ ਕਰ ਰਿਹਾ ਚੰਨੀਆਂ ਠੀਕ ਕਹਿ ਰਿਹਾ ਅੱਜ ਜੋ ਕੁਝ ਦੇਸ਼ ਦੇ ਇੱਕ ਸਿਰੇ ਤੋਂ ਲੈ ਕੇ ਦੂਜੇ ਤੱਕ ਹੋ ਰਿਹਾ ਜਿਹੜੀ ਜ਼ਹਿਰੀਲੀ ਹਵਾ ਹਰ ਪਾਸੇ ਚੱਲ ਰਹੀ ਹੈ ਉਹ ਤੂੰ ਆਪਣੇ ਆਪ ਨੂੰ ਬਚਾ ਕੇ ਰੱਖਣਾ ਭਾਵੇਂ ਹਰ ਕਿਸੇ ਲਈ ਜ਼ਰੂਰੀ ਹੈ ਪਰ ਸੋਚਦਾ ਕਿਵੇਂ ਕੋਈ ਬਚੇ ਤੋ ਜਦ ਕੇ ਸਵਾਸਾਂ ਰਹੀਂ ਇਹ ਬਦਬਦੀ ਹਰ ਕਿਸੇ ਦੇ ਫੇਫੜਿਆਂ ਚ ਜਾਵੜਦੀ ਜੇ ਕੋਈ ਇਹਦੇ ਅਸਰ ਤੋਂ ਬਚਣ ਲਈ ਸਾਹ ਬੰਦ ਕਰ ਲਏ ਤੇ ਇਹਦਾ ਮਤਲਬ ਹੋਇਆਗਾ ਮੌਤ ਮਿਸਾਲ ਸਾਹਮਣੇ ਹੈ ਮੈਨੂੰ ਬਿਮਾਰੀ ਤੋਂ ਬਚਾਣ ਲਈ ਤੂੰ ਚੋਰ ਬਾਜ਼ਾਰ ਚੋਂ ਖੰਡ ਖਰੀਦੀ ਸੀ ਨਾ ਤੇ ਫਿਰ ਮੈਨੂੰ ਮੌਤ ਪਾਸੋਂ ਬਚਾਣ ਖਾਤਰ ਹੀ ਤੈਨੂੰ ਵੱਡੀ ਤਾਰ ਕੇ ਮਕਾਨ ਲੈਣ ਲਈ ਮਜਬੂਰ ਹੋਣਾ ਪਿਆ 900000 ਹੀਰਾ ਫੇਰੀਆਂ ਤੈਨੂੰ ਮੇਰੇ ਨਾਲ ਵੀ ਕਰਨੀਆਂ ਪਈਆਂ ਜਦ ਕਿ ਦਿਲੋਂ ਤੂੰ ਕਾ ਨਹੀਂ ਸੀ ਕਰਨੀਆਂ ਚਾਹੁੰਦੀ ਰੂਪਾ ਨੇ ਸਿਰ ਹਿਲਾ ਕੇ ਇਹਨਾਂ ਗੱਲਾਂ ਨੂੰ ਸਵੀਕਾਰ ਕਰਦੇ ਆ ਕਿ ਇਹਨਾਂ ਹੀ ਗੱਲਾਂ ਦੀ ਚਿੰਤਾ ਤਾਂ ਮੈਨੂੰ ਅੰਦਰੇ-ਅੰਦਰ ਗਾਲ ਦੀ ਜਾਂਦੀ ਹੈ ਜੀ ਆਪਣੇ ਭਾਰ ਹੇਠ ਦਬੀਨ ਦੀ ਜਾ ਰਹੀਆਂ ਡਾਡੇ ਭੜੇ ਭੜੇ ਖਿਆਲ ਆਉਣ ਲੱਗ ਪੈਂਦੇ ਨੇ ਸੁਪਨੇ ਤੱਕ ਕੀ ਤੁਹਾਨੂੰ ਦੱਸਾਂ ਇਡੇ ਡਰਾਣੇ ਕਦੇ ਕਦੇ ਆਉਂਦੇ ਨੇ ਜੋ ਕੰਬ ਉੱਠਦੀਆਂ ਝੱਲੇ ਨਾ ਹੋਵੇ ਤੇ ਰੂਪਾ ਨੂੰ ਅਲਿੰਗਨ 'ਚ ਭਰਦਾ ਹੋਇਆ ਹੱਸਦਾ ਹੋਇਆ ਯਤੀਸ਼ ਬੁਲਿਆ ਸੱਚੀ ਸਾਡੇ ਦੇਸ਼ ਦੀਆਂ ਤੀਵੀਆਂ ਤਾਂ ਦਰਜੇ ਦੀਆਂ ਵਹਿਮਣਾ ਹੁੰਦੀਆਂ ਨੇ ਪਰ ਰੂਪਾ ਨੇ ਇਹ ਤੋਂ ਅੱਗੇ ਉਹਨੂੰ ਨਹੀਂ ਬੋਲਣ ਦਿੱਤਾ ਜਦੋਂ ਸੁਵੇਖਿਆ ਯਤੀਸ਼ ਬੋਲਦਾ-ਬੋਲਦਾ ਪੈਰੋਂ ਪੈਰੋਂ ਤੇਜਤ ਹੋਈ ਜਾ ਰਿਹਾ ਉਹਨੇ ਇਹ ਕਹਿ ਕੇ ਉਹਨੂੰ ਟੋਕਤਾ ਬਸ ਹੁਣ ਹੋਰ ਨਹੀਂ ਬੋਲੋ ਤੁਹਾਨੂੰ ਮੇਰੀ ਸਾਂਝ ਅੱਗੇ ਬਥੇਰਾ ਬੋਲ ਚੁੱਕੇ ਜੀ ਮੈਨੂੰ ਵੀ ਗੱਲਾਂ ਦੇ ਰੋਜ਼ ਹਟਕਣ ਦਾ ਚੇਤਾ ਨਹੀਂ ਰਿਹਾ ਤੇ ਕਹਿੰਦੀਆਂ ਕਹਿੰਦੀਆਂ ਉਹਨੇ ਯतीश ਨੂੰ ਲਟਾ ਦਿੱਤਾ ਉਹ ਬਿਨਾਂ ਹੀਲ ਹੁਜਤ ਤੋਂ ਲੇਟ ਗਿਆ ਮੜੋ ਕੁਝ ਨਹੀਂ ਬੋਲੇਆ ਅੰਗ 52 ਰੁਲੀਏ ਮਿਸਤਰੀ ਦੀ ਜ਼ਿੰਦਗੀ 'ਤੇ ਇੱਕ ਅਨੋਖਾ ਮੋੜ ਸੀ ਅਸਾਮ ਤੋਂ ਉਹ ਜਿਸ ਇਰਾਦੇ ਨੂੰ ਦਿਲ 'ਚ ਧਾਰ ਕੇ ਕਦੀ ਤੁਰਿਆ ਸੀ ਉਹਨੂੰ ਬਿਨਾਂ ਪੂਰਾ ਕੀਤਿਆਂ ਹੀ ਮੜੋ ਆਪਣੇ ਉਸੇ ਟਿਕਾਣੇ ਜਾ ਪਹੁੰਚਿਆ ਪਰ ਉਹਦੇ ਬਾਵਜੂਦ ਵੀ ਹੁਣ ਉਹ ਪਹਿਲਾਂ ਵਾਲਾ ਰੁਲਿਆ ਨਹੀਂ ਸੀ ਮਾਨੂੰ ਪੰਜਾਬ ਦੇ ਇਸੇ ਫੇਰੇ ਨੇ ਉਹਦੇ ਕਾਇਆ ਕਲਪ ਕਰਤੀ ਹੋਰਤਾ ਹੋਰ ਦੇ ਸੰਗੀਆਂ ਸਾਥੀਆਂ ਨੇ ਵੀ ਹੈਰਾਨੀ ਨਾਲ ਉਂਗਲਾ ਮੂੰਹ ਚ ਲੈ ਲਈ ਜਦ ਰੁਲੀਏ ਨੂੰ ਉਹਨਾਂ ਤੱਕਿਆ ਰੁਲੀਆ ਤਾਂ ਦਿਨ ਰਾਤ ਸ਼ਰਾਬ ਚ ਗੁੱਟ ਰਹਿਦਾ ਸੀ ਇਥੋਂ ਤੱਕ ਕਿ ਜੱਤੀ ਕੱਦ ਪਹੁੰਚ ਆ ਜਾਂਦਾ ਬਾੜੋ ਦੇ ਪੇਟ ਚ ਨਾ ਪਵੇ ਉਸ ਪਾਸੋਂ ਕੰਮ ਧੰਦਾ ਵੀ ਨਹੀਂ ਸੀ ਹੋ ਸਕਦਾ ਸੁਭਾਵ ਜੋ ਹਾਲ ਕੇ ਜਣੇ ਖਣੇ ਨਾਲ ਬੇਮਤਲਬ ਹੀ ਖੇਬੜ ਕਹਿੰਦਾ ਸੀ ਬਹੁਤ ਵਾਰੀ ਉਹਦੇ ਸਹਿਕਾਰੀਆਂ ਨੇ ਉਹਦੇ ਅੜਬੰਗ ਪੁਣੇ ਬਾਰੇ ਮਾਲਕਾਂ پاس ਸ਼ਿਕਾਇਤਾਂ ਵੀ ਕੀਤੀਆਂ ਸੰਭਵ ਸੀ ਜ अजय ਅਵਾੜੇ ਤੇ ਸ਼ਰਾਬੀ ਕਾਰੀਗਰ ਨੂੰ ਕੰਮ ਤੋਂ ਹਟਾਈ ਦਿੱਤਾ ਜਾਂਦਾ ਪਰ ਰੁਲਿਆ ਇੱਕ ਤਾਂ ਬਹੁਤ ਹੀ ਸੁਗੜ ਕਾਰੀਗਰ ਸੀ ਦੂਜਾ ਇਮਾਰਤ ਤੇ ਹਰ ਕੰਮ ਚ ਨਿਪੁੰਨ ਜਿਸ ਕਰਕੇ ਮਾਲਕ ਉਹਨੂੰ ਕਿਸੇ ਵੀ ਕੀਮਤ ਤੇ ਗਵਾਣਾ ਨਹੀਂ ਸੀ ਚਾਹੁੰਦੇ ਉਹ ਜੇ ਸ਼ਰਾਬੀ ਐ ਭੈੜੇ ਸੁਭਾਅ ਦਾ ਐ ਤੇ ਉਹਨਾਂ ਨੂੰ ਕੀ ਜਦ ਕੇ ਕੰਮ ਦੀ ਸੱਚਜਤਾ ਤੇ ਛੋਲਪੁਣੇ ਵਜੋਂ ਰੁਲਿਆ ਆਪਣਾ ਸਾਨੀ ਨਹੀਂ ਰੱਖਦਾ ਉਹੀ ਰੁਲਿਆ ਕੁਝ ਮਹੀਨਿਆਂ ਬਾਅਦ ਪੰਜਾਬੋ ਮੋੜ ਆਇਆ ਤੇ ਆਉਂਦਿਆਂ ਹੀ ਜਦ ਉਹਨੂੰ ਆਪਣਾ ਉਹੀ ਟਿਕਾਣਾ ਉਹਨਾਂ ਹੀ ਮਾਲਕਾਂ ਪਾਸ ਕੰਮ ਮਿਲ ਗਿਆ ਹਰ ਕਿਸੇ ਨੇ ਜਦ ਉਹਦੇ ਆਚਰਣ ਚ ਨਾਲੇ ਸੁਭਾਅ ਚ ਇਹਨੂੰ ਕੀ ਤਬਦੀਲੀ ਵੇਖੀ ਤਾਂ ਕਿਉਂ ਨਾ ਉਹਦੇ ਅਨੁਸਾਰ ਤੇ ਚੁੱਕ ਲੈਂਦੇ ਕਿਸੇ ਦੇ ਸੁਭਾਅ ਚ ਅਦਲਾ ਬਦਲੀ ਹੋ ਜਾਣੀ ਕਿ ਇਹ ਰਸੀ ਕੋਈ ਅਨੋਖੀ ਗੱਲ ਨਹੀਂ ਅਕਸਰ ਐਸਾ ਹੁੰਦਾ ਪਰ ੜੁਲਿਏ ਵਰਗਾ ਪਿਆਕੜ ਕੇ ਆਖਦੇ ਡਾ ਸੁਫੀ ਪਣਾ ਕੀ ਆਖ ੜੁਲਿਏ ਦੇ ਨਾਲ ਕੰਮ ਕਰਨ ਵਾਲਿਆਂ ਤੋਂ ਗੁੱਝਾ ਨਹੀਂ ਸੀ ਕਿ ਜਿੰਨਾ ਕੁ ਵੇਰਾਂ ਉਹਨੇ ਗੁਰਬਾਣੀ ਦਾ ਗੁਟਕਾ ਹੱਥ ਚ ਲੈ ਕੇ ਸ਼ਰਾਬ ਛੱਡਣ ਦੇ ਪ੍ਰਣ ਕੀਤੇ ਸੀ ਪਰ ਕਿਸੇ ਪ੍ਰਣ ਦੀ ਉਮਰ ਹਫ਼ਤੇ ਦੋ ਹਫ਼ਤਿਆਂ ਤੋਂ ਵੱਧ ਕਦੀ ਨਹੀਂ ਸੀ ਹੋਈ ਪਰੇ ਮਜਬੂਤੀ ਜਾਂ ਮੁਸਤਕਲ ਮਜਾਜ਼ੀਰੁਲੀ ਇਹਨੂੰ ਕਾਫੀ ਮਹਿੰਗੀ ਪਈ ਪੱਕੇ ਸ਼ਰਾਬੀਆਂ ਲਈ ਸ਼ਰਾਬ ਛੱਡਣੀ ਉਦਾਂ ਦੀ ਗੱਲ ਹੈ ਜਿਵੇਂ ਕਹਿੰਦੇ ਨੇ ਦਰਿਆ ਦੇ ਕੰਡੇ ਖੜੋਤੇ ਕਿਸੇ ਆਦਮੀ ਨੇ ਇੱਕ ਰਿੱਚ ਰੁੜਿਆ ਜਾਂਦਾ ਤੱਕਿਆ ਕੰਬਲ ਸਮਝ ਕੇ ਉਹਨੇ ਫੜਨ ਲਈ ਦਰਿਆ 'ਚ ਛਾਲ ਮਾਰਤੀ ਤੇ ਰੁੜਦੇ ਜਾਂਦੇ ਭਾਲੂ ਨੇ ਉਹਨੂੰ ਜਫੀ 'ਚ ਦਬੋਚ ਲਿਆ ਕੰਡੇ ਤੇ ਖੜੇ ਉਹਨੇ ਉਹਦੇ ਸਾਥੀ ਨੇ ਆਵਾਜ਼ ਦਿੱਤੀ ਜਿੰਨੇ ਕੰਬਲ ਫੜਿਆ ਜਾਂਦਾ ਤਾਂ ਛੱਡ ਕੇ ਮੁੜਾ ਤੇ ਉਹਨੇ ਗੁੱਤੇ ਖਾਂਦਿਆਂ ਜਵਾਬ ਦਿੱਤਾ ਮੈਂ ਤਾਂ ਕੰਬਲ ਨੂੰ ਛੱਡਦਾ ਕੰਬਲ ਮੈਨੂੰ ਨਹੀਂ ਛੱਡਦਾ ਰੁਲੀਏ ਨਾਲ ਵਿਯੋਗ ਹੀ ਗਲ ਵਾਪਰੀ ਪਹਿਲਾਂ ਉਹਨੂੰ ਨਜਲਾ ਸ਼ੁਰੂ ਹੋ ਗਿਆ ਫਿਰ ਮਰੋੜ ਲੱਗੇ ਭੁੱਖ ਵੀ ਜਾਂਦੀ ਰਹੀ ਨੀਂਦਰ ਵੀ ਨਾ ਉਹਦਾ ਹਿੱਲਣ ਨੂੰ ਜੀ ਕਰਦਾ ਨਾ ਬੋਲਣ ਨੂੰ ਮਾਲਕੋ ਦੇ ਕੰਮ ਤੇ ਨਹੀਂ ਹਾਲਤੇ ਹੈ ਹੀ ਸੀ ਰੁਲੀਏ ਦੇ ਇਸ ਕਠਨ ਵਰਤ ਨੇ ਉਹਨਾਂ ਨੂੰ ਹੋਰ ਵੀ ਪ੍ਰਭਾਵਿਤ ਕੀਤਾ ਰੁਲੀਏ ਨੂੰ ਸਣੇ ਤਨਖਾਹ ਇੱਕ ਮਹੀਨੇ ਦੀ ਛੁੱਟੀ ਮਿਲ ਗਈ ਯਾਰਾਂ ਦੋਸਤਾਂ ਨੇ ਖਾਸ ਕਰਕੇ ਰੁਲੀਏ ਤੇ ਹਮ ਪਿਆਲਾ ਸਾਥੀਆਂ ਨੇ ਉੜਕਾਂ ਦਾ ਸਮਝਾਇਆ ਉਹਨੂੰ ਭਲਿਆ ਲੋਕਾਂ ਕਿਉਂ ਲੱਗਾ ਜਿੰਦਗਵਾਨ ਬੋਤੀ ਨਾ ਸੀ ਕਦੇ-ਕਦਾਂ ਹੀ ਕੱਦ ਘੋਟ ਜੇ ਲੈ ਲਿਆ ਕਰੇ ਤਾਂ ਕੋਈ ਪਰਲੋ ਨਹੀਂ ਆ ਜਾਏਗੀ ਪਰੂਲੀਆ ਹੱਠ ਦਾ ਪੱਕਾ ਨਿਕਲਿਆ ਉੱਤਰ ਚੋ ਕਹਿ ਦਿੰਦਾ ਤੇ ਜੇ ਮਾਰੀ ਜਾਵਾਂਗਾ ਤਾਂ ਕਿਹੜੀ ਪਰਲੋ ਆ ਜਾਏਗੀ ਭਲਾ ਰੂਲੀਏ ਇਹ ਦੇ ਜਿਹੜਾ ਮੌਤ ਨਾਲ ਘੋਲ-ਘੋਲਣਾ ਸ਼ੁਰੂ ਕਰ ਰੱਖਿਆ ਸੀ ਇਸ ਦਾ ਇੱਕ ਕਾਰਨ ਹੋਰ ਵੀ ਸੀ ਇਹ ਸੀ ਆਪਣੇ ਵੱਡ ਘਰੇ ਜਵਾਈ ਬਾਰੇ ਉਹ ਸੋਚਦਾ ਏਡੇ ਘਰਾਣੇ ਕਰਦਾ ਮੁੰਡਾ ਕੀ ਆਖੇਗਾ ਦਿਲ ਚ ਜੀ ਐਬੀ ਦੀ ਕੁੜੀ ਉਹਦੇ ਪੱਲੇ ਪੈ ਗਈ ਤੇ ਇਸੇ ਸ਼ਰਮ ਦੇ ਮਾਰੇ ਰੂਲੀਏ ਦੇ ਦਿਲ ਚ ਗੰਡ ਬੰਨ ਲਈ ਕਿ ਉਤੀ ਜੋਈ ਦੇ ਮੱਥੇ ਉਧੋਂ ਲੱਗੇਗਾ ਜਦੋਂ ਪੂਰੇ ਤੌਰ ਤੇ ਕਲੰਕ ਉਹਦੇ ਘਰੋਂ ਲੱਥ ਜਾਏਗਾ ਸ਼ਰਾਬ ਤਾਂ ਛੁੱਟੀ ਸੋ ਛੁੱਟੀ ਇਹਦੇ ਨਾਲ ਜਿਹੜੀ ਚੀਜ਼ ਉਹਨੂੰ ਝੁੰਗੇ ਚ ਮਿਲ ਗਈ ਉਸੇ ਸੁਭਾਅ ਚ ਜਮੀਏ ਅਸਮਾਨ ਜਿਹਾ ਪਰਿਵਰਤਨ ਨਾਲੇ ਉਹਦੇ ਸ੍ਰੀ ਚਿਕਨਵੀ ਸਫਰਤੀ ਉਦੇ ਮਾਲਕ ਇਮਾਰਤੀ ਕੰਮ ਕਰਦੇ ਸੀ ਸੁਬੇ ਚ ਕਈ ਥਾਈਂ ਜਿਨ੍ਹਾਂ ਦੇ ਕੰਮਾਂ ਦਾ ਫਿਲਾਉ ਫੈਲਿਆ ਸੀ ਰੁਲਿਏ ਵਰਗੇ ਗੁਣ ਸੰਪਨ ਆਦਮੀ ਨੂੰ ਉਹਨਾਂ ਨੇ ਰਾਜਗਿਰੀ ਜਾਂ ਤਰਖਾਣੇ ਕੰਮ ਤੋਂ ਤਰੱਕੀ ਦੇ ਕੇ ਸੁਪਰਵਾਈਜ਼ਰ ਬਣਾ ਦਿੱਤਾ ਇਸ ਵਿਚਾਲੇ ਰੁਲਿਏ ਨੇ ਜਿਹਨੂੰ ਹੁਣ ਰੁਲਿਏ ਦੀ ਥਾਂ ਰੁਲਿਆ ਰਾਮ ਕਹਿ ਕੇ ਪੁਕਾਰਿਆ ਜਾਣ ਲੱਗ ਪਿਆ ਸੀ ਸੋਚਿਆ ਇਸ ਨਿਤ ਦਿਹਾੜੀ ਦੀ ਭਜੂ ਨੱਠੀ ਨਾਲ ਕਿਉਂ ਨਾ ਉਹ ਸੁਤੰਤਰ ਤੌਰ ਤੇ ਕੋਈ ਆਪਣਾ ਧੰਦਾ ਸ਼ੁਰੂ ਕਰ ਦੇ ਤੇ ਸੋਚਦੇ ਆਉਂਦੀ ਨਿਗਾ ਫਰਨੀਚਰ ਸਾਜ਼ੀ ਦੇ ਕੰਮ ਤੇ ਜਾ ਟਿਕੀ ਇਕ ਤਰ੍ਹਾਂ ਇਸ ਇਲਾਕੇ ਦੇ ਸਾਗਵਾਨ ਦੇ ਜੰਗਲ ਆਮ ਕਰਕੇ ਫਰਨੀਚਰ ਲਈ ਲੱਕੜੀ ਸਸਤੀ ਸਹੂਲਤ ਨਾਲ ਮਿਲ ਜਾਂਦੀ ਸੀ ਦੂਜਾ ਇਸ ਮਾਲ ਦੀ ਮੰਗ ਵੀ ਬਹੁਤ ਜ਼ਿਆਦਾ ਸੀ ਬਾਕੀ ਰਿਹਾ سرمਾਈ ਦਾ ਸਵਾਲ ਇਹਦੀ ਰੂਲੀਏ ਨੂੰ ਬਹੁਤੀ ਚਿੰਤਾ ਨਹੀਂ ਸੀ ਉਹਨੇ ਕੋਈ ਵੱਡਾ ਕਾਰਖਾਨਾ ਤਾਂ ਖੋਲਣਾ ਨਹੀਂ ਸੀ ਜਿੰਨਾ ਵੀ ਕੰਮ ਉਸ ਕਰਨਾ ਸੀ ਆਪਣੇ ਹੱਥੀ ਜਿਹੜਾ ਕਿਸੇ ਵੀ ਖੁੰਝੇ ਕਿਸੇ ਵੀ ਮਾੜੀ ਮੋਟੀ ਦੁਕਾਨ 'ਚ ਬੈਠ ਕੇ ਕਰ ਸਕਦਾ ਸੀ ਇਸ ਤੋਂ ਕੋਈ ਸ਼ੱਕ ਨਹੀਂ ਕਿ ਕੁੜੀ ਦਾ ਪਾਰ ਉਤਾਰਾ ਕਰਨ ਤੋਂ ਬਾਅਦ ਉਹ ਰੁਲੀ ਆਪਣੇ ਆਪ ਨੂੰ ਕਾਫੀ ਸੌਖਾ ਮਹਿਸੂਸ ਕਰਨ ਲੱਗ ਪਿਆ ਸੀ ਪਰ ਜਿਹੜੀ ਚਿੰਤਾ ਅਜੇ ਤੱਕ ਵੀ ਕੰਡਿਆਲਾ ਛਾਪਾ ਬਣ ਕੇ ਉਹਦੇ ਦਿਲ ਨੂੰ ਬਲੁੰਦਰ ਦੀ ਚਲੀ ਜਾ ਰਹੀ ਸੀ ਏਸੀ ਤੀਜੁਆਈ ਦੇ ਭਵਿੱਖ ਬਾਰੇ ਉਹਨੂੰ ਤਾਂ ਪੱਕਾ ਭਰੋਸਾ ਸੀ ਘਰੋਂ ਨਿਕਲਣ ਤੋਂ ਕੁਝ ਹੀ ਚਿਰ ਮਗਰੋਂ ਦਾ ਜੁਆਈ ਕਿਸੇ ਬਹੁਤ ਵੱਡੇ ਅਹੁਦੇ ਤੇ ਜਾਣ ਲੱਗੇਗਾ ਪਰ ਚੁਖਾ ਜਿਰ ਵੀ ਜਾਣ ਤੇ ਵੀ ਜਦੂ ਦੀ ਮੁਰਾਦ ਪੂਰੀ ਨਾ ਹੋਈ ਤਾਂ ਉਹਦਾ ਚਿੰਤਾਤੁਰ ਹੋਣਾ ਸੁਭਾਅਕੀ ਸੀ ਭਵੇਂ ਰੂਪਾ ਆਪਣੀ ਹਰ ਚਿੱਠੀ ਚੋਂ ਉਹ ਲਿਖਦੀ ਚਲੀ ਆ ਰਹੀ ਸੀ ਵੀ ਨੌਕਰੀ ਅੱਜ ਮਿਲੀ ਭਲਕੇ ਮਿਲੀ ਫਿਰ ਰੁਲਿਏ ਦੀ ਸਧਾਰਨ ਚਿੰਤਾ ਸਾਧਾਰਨ ਬਣ ਗਈ ਜਦ ਰੂਪਾ ਦੀ ਚਿੱਠੀ ਵਿੱਚ ਉਹਨੇ ਯतीश ਦੀ ਬਿਮਾਰੀ ਦਾ ਹਾਲ ਪੜਿਆ ਉਸ ਤੋਂ ਬਾਅਦ ਰੂਪਾ ਦੀ ਇੱਕ ਹੋਰ ਚਿੱਠੀ ਜਿਹੜੀ ਉਹਨੂੰ ਕਾਫੀ ਚਿਰ ਆਖੀ ਮਿਲੀ ਸੀ ਉਹਦੇ ਬਾਅਦ ਜਾਣ ਕਰਕੇ ਉਹਨੇ ਤਾਂ ਰੁਲਿਏ ਦੀ ਚਿੰਤਾ ਹੋਰ ਵੀ ਵਧਾ ਦਿੱਤੀ ਤੇ ਦੇ ਸਵੇਰ ਤੋਂ ਕਿਹੜਾ ਪਿਓ ਵਾਕਫ ਨਹੀਂ ਹੁੰਦਾ ਰੁਲਿਏ ਜਾਣਦਾ ਸੀ ਰੂਪਾ ਹਾਰੀ ਸਾਰੀ ਇਸ ਕਿਸਮ ਦੀ ਗੱਲ ਲਿਖਣ ਵਾਲੀ ਨਹੀਂ ਮਾਮਲਾ ਕੁਝ ਜ਼ਿਆਦਾ ਹੀ ਗੰਭੀਰ ਹੈ ਤੇ ਰੁਲੀਆਂ ਨੇ ਉਸੇ ਦਿਨ 200 ਦਾ ਮਨੀ ਆਰਡਰ ਕਰਾਉਣ ਤੋਂ ਛੋਟ ਰੂਪਾਂ ਨੂੰ ਇਹ ਵੀ ਲਿਖ ਭੇਜਿਆ ਵੀ ਉਹ ਜ਼ਰਾ ਤਕੜਾ ਨਹੀਂ ਰਾਜ਼ੀ ਹੁੰਦਿਆਂ ਉਹਨੂੰ ਮਿਲਣ ਗਿਰ ਲੈ ਆਏਗਾ ਸਰੀਟ ਲੈ ਤਾਂ ਰੁਲੀਆਂ ਨੇ ਇੱਕ ਤਰ੍ਹਾਂ ਨਾਲ ਬਹਾਨਾ ਹੀ ਕੀਤਾ ਸੀ ਜਦ ਕਿ ਸ਼ਰਾਬ ਛੱਡਣ ਤੋਂ ਬਾਅਦ ਜੋ ਜੋ ਸਰੀਰਕ ਤਕਲੀਫਾਂ ਉਹਨੂੰ ਸਹਿਣੀਆਂ ਪਈਆਂ ਉਸ ਤੋਂ ਲਗਭਗ ਛੁਟਕਾਰਾ ਪਾ ਚੁੱਕਾ ਸੀ ਇਹ ਲਿਖਣ ਤੋਂ ਸ਼ਾਇਦ ਉਹਦਾ ਮਨੋਰਥ ਸੀ ਕਿ ਚਿੱਠੀ ਰਾਈ ਉਹ ਜ਼ਰਾ ਹੋਰ ਚੰਗੀ ਤਰ੍ਹਾਂ ਜਾਣਕਾਰੀ ਪ੍ਰਾਪਤ ਕਰ ਲਵੇ ਉੰਜ ਇੰਨਾ ਤਾਂ ਉਹ ਸਮਝ ਹੀ ਰਿਹਾ ਸੀ ਕਿ ਰੂਪਾ ਦੀ ਮਾਇਕ ਹਾਲਤ ਕਾਫੀ ਪਤਲੀ ਹੈ ਨਾਲੇ ਯतीश ਦੀ ਬਿਮਾਰੀ ਵੀ ਸ਼ਾਇਦ ਮਾਮੂਲੀ ਨਹੀਂ ਇੱਛਰ ਤੱਕ ਰੂਲੀਏ ਨੇ ਫਰਨੀਚਰ ਦਾ ਅੱਡਾ ਜਮਾਨ ਲਈ ਇੱਕ ਸਸਤੇ ਕਿਰਾਏ ਦੀ ਦੁਕਾਨ ਲੱਭ ਲਈ ਪੂੰਜੀ ਵੱਲੋਂ ਵੀ ਉਹ 1.5 ਹਜ਼ਾਰ ਦੇ ਲਾਗੇ ਚਾਗੇ ਪਹੁੰਚ ਚੁੱਕਾ ਸੀ ਨਾਲੇ ਮਾਲਕ ਨੂੰ ਨੇ ਆਪਣਾ ਇਰਾਦਾ ਦੱਸ ਕੇ ਨੌਕਰੀ ਤੋਂ ਛੁੱਟੀ ਮੰਗ ਲਈ ਸੀ ਮਾਲਕ ਨੇ ਨਾਂ ਨੂੰ ਕਰਨੀ ਸੀ ਕੀਤੀ ਕਰ ਵੀ ਕਿਵੇਂ ਸਕਦਾ ਸੀ ਰੂਲੀਏ ਨੇ ਐਗਰੀਮੈਂਟ ਥੋੜੇ ਕੀਤਾ ਸੀ ਰੁਲੀਏ ਨੂੰ ਏਡੀ ਕਾਲੀ ਵੀ ਕਿਹੜੀ ਗੱਲ ਦੀ ਸੀ ਉਹ ਸੋਚਿਆ ਇੱਕ ਤਾਂ ਮਾਲਕਾਂ ਉੱਤੇ ਐਸਾਨ ਬਣਿਆ ਰਹੇਗਾ ਦੂਜਾ ਇਨੇ ਚਰਚੋਂ ਕੁਝ ਹੋਰ ਰਕਮ ਇਕੱਠੀ ਕਰ ਲੇਗਾ ਇਸ ਵਿਚਾਲੇ ਉਹਨੂੰ ਰੂਪਾ ਦੀ ਇੱਕ ਹੋਰ ਚਿੱਠੀ ਮਿਲੀ ਮਿਲੀ ਇਹ ਵੀ ਕਿ ਬਹੁਤ ਪਛੜ ਕੇ ਜਦ ਕਹਿ ਨਹੀਂ ਦਿਨੀ ਉਹਨੂੰ ਬਦੇਰੇ ਬਾਹਰ ਹੀ ਰਹਿਣਾ ਪੈਂਦਾ ਸੀ ਚਿੱਠੀ ਕਾਦੀ ਸੀ ਰੁਲੀਏ ਲਈ ਸਿਰ ਦੀ ਛੱਟ ਰੂਪਾ ਨੇ ਬਿਨਾਂ ਲੁਕਾਤੋ ਲਿਖ ਦਿੱਤਾ ਮੈਂ ਭਾਇਆ ਤੁਹਾਨੂੰ ਝੂਠੀ-ਮੁੱਠੀ ਤਸੱਲੀਆਂ ਦਿੰਦੀ ਰਹੀ ਜੋ ਤੁਸੀਂ ਪੜ੍ਹ ਕੇ ਕਿਤੇ ਘਬਰਾ ਨਾ ਜੋ ਕਰੋ ਹੁਣ ਜਦ ਪਾਣੀ ਸਿਰ ਤੋਂ ਲੰਘ ਚਲਿਆ ਹੋਰ ਨਹੀਂ ਲੁਕਾਇਆ ਜਾਂਦਾ ਉਹਨਾਂ ਦੀ ਹਾਲਤ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਹੈ ਡਾਕਟਰ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਵੀ ਛੇਤੀ ਤੋਂ ਛੇਤੀ ਪਹਾੜ ਤੇ ਨਹੀਂ ਨਹੀਂ ਲੈ ਜਾਓਗੇ ਤਾਂ ਹਾਲਤ ਹੋਰ ਵਿਗੜ ਜਾਣ ਦਾ ਖਤਰਾ ਹੈ ਮੱਥਾ ਫੜ ਕੇ ਬਹਿ ਗਿਆ ਰੁਲੀਆ ਅੱਖਾਂ ਉਹਦੀਆਂ ਅੱਗੇ ਹਨੇਰਾ ਛਾ ਗਿਆ ਭਾਵੇਂ ਰੂਪਾ ਨੇ ਅਜੇ ਤੱਕ ਵੀ ਚਿੱਠੀ 'ਚ ਨਹੀਂ ਸੀ ਲਿਖਿਆ ਕਿ ਬਿਮਾਰੀ ਕੀ ਹੈ ਪਰ ਰੁਲੀਆ ਐਡਾ ਬੇਸਮਝ ਨਹੀਂ ਸੀ ਉਹਦਾ ਹਥਲਾ ਕੰਮ ਜਿੱਥੇ ਸੀ ਉੱਥੇ ਹੀ ਰਹਿ ਗਿਆ ਨਵਾਂ ਕੰਮ ਰੰਬੜ ਦੀਆਂ ਸਾਰੀਆਂ ਜੁਗਤਾਂ ਤੇ ਸਕੀਮਾਂ ਕੰਬਲਾ ਕੇ ਉੱਡ ਗਈਆਂ ਰੁਲੀਆ ਮੁਕਾਂਂਤੇ ਪਹੁੰਚ ਕੇ ਮੰਜੇ ਤੇ ਜਾ ਠੱਠਾ ਕੁਝ ਚਿਰ ਲਈ ਉਹਨੂੰ ਕੁਝ ਵੀ ਸੋਜੀ ਨਾ ਰਹੀ ਤੇ ਜਦ ਉਹਦੀ ਹਵਾਸ ਕੁਝ ਠਿਕਾਣੇ ਹੋਏ ਉਹਨੇ ਆਪਣੇ ਆਪ ਨੂੰ ਘਰ 'ਚ ਨਹੀਂ ਬਲਕੇ ਸ਼ਰਾਬ ਦੇ ਠੇਕੇ ਤੇ ਵੇਖਿਆ ਜਿਹੜੀ ਅੱਧੀ ਤੋਂ ਵੱਧ ਬੋਤਲੋਂ ਖਾਲੀ ਕਰ ਚੁੱਕਿਆ ਸੀ ਉਹ ਅੱਗੇ ਖੁੱਲੀ ਪਈ ਸੀ ਜਿਵੇਂ ਕੋਈ ਨਿੰਦਰ ਤੇ ਬੜਵਾਇਆ ਜਾ ਕਰਦਾ ਹੈ ਸ਼ਰਾਬ ਮੋੜੋ ਹੀ ਮੇਰੀ ਜਿੰਦ ਦੀ ਪੈਰਨ ਸ਼ਰਾਬ ਠੇਕੇ ਤੋਂ ਉਹਦਾ ਘਰ ਕਾਫੀ ਦੁਰਾਡਾ ਸੀ ਡੇਟ ਕੋ ਫਰਲਾਂਗ ਰੁਲੀਏ ਨੂੰ ਜਾਪਨ ਲੱਗਾ ਜਿਵੇਂ ਡੇਟ ਫਰਲਾਂਗ ਦਾ ਪੈਂਡਾ ਮੁਕਾਂਦਿਆਂ ਮੁਕਾਂਦਿਆਂ ਕੀ ਬਤਾਉ ਆਪ ਹੀ ਮੁੱਕ ਜਾਈ 10 ਕਦਮ ਤੁਰਨ ਤੇ ਜਦ ਲੱਤਾਂ ਜਵਾਬ ਦੇ ਜਾਂਦੀਆਂ ਤਾਂ ਕਿਸੇ ਥਾਂ ਤੋਂ ਦੋ ਘੜੀਆਂ ਬੈਠ ਕੇ ਸਾਹ ਲੈ ਲੈਂਦਾ ਫਿਰ ਤੁਰਦਾ ਫਿਰ ਬੈਠਦਾ ਇਸ ਵਿਚਾਲੇ ਉਹਨੂੰ ਆਪਣੀ ਭਾਰੀ ਡੱਬ ਦਾ ਖਿਆਲ ਹੋਇਆ ਤੇ ਫੁਰਤੀ ਨਾਲ ਉਹਨੇ ਬੋਤਲ ਕੱਢੀ ਕਾਰ ਖੋਲਿਆ ਫਿਰ ਮੂੰਹ ਨੂੰ ਲਾ ਕੇ ਸਾਰੀ ਇੱਕੋ ਵਾਰੀ ਗਟਕ ਗਿਆ ਜਿਵੇਂ ਕਿਸੇ ਸ਼ਾਇਰ ਨੇ ਕਿਹਾ ਇੰਤਹਾਈ ਨਸ਼ੇ ਮੇ ਆਤਾ ਹੈ ਹੋਸ਼ ਜਿਉਂ ਹੀ ਘਰ ਪਹੁੰਚਿਆ ਕਿ ਜਿਵੇਂ ਸੱਚੀ ਮੁੱੱਚੀ ਹੋਸ਼ ਆ ਗਈ ਉਹਨੂੰ ਭਾਵੇਂ ਕਿ ਸ਼ਰਾਬ ਦੇ ਨਸ਼ੇ ਚ ਗੁੱਟ ਸੀ ਮੰਜੇ ਤੇ ਪੈਣ ਦੀ ਧੀਰ ਸੀ ਕਿ ਮੁਰ ਉਹ ਹੀ ਚਿੱਠੀ ਉਹਦੀਆਂ ਅੱਖਾਂ 'ਗੇ ਫੇਰਨ ਲੱਗੀ ਚਿੱਠੀ ਦੀਆਂ 17 ਜਿਨ੍ਹਾਂ ਨੂੰ ਰੂਪਾ ਲਿਖੀ ਜਾ ਰਹੀ ਸੀ ਤੇ ਲਿਖਦੀ ਲਿਖਦੀ ਅੱਖਾਂ ਨੂੰ ਮੜ ਮੜ ਪੁੰਝੀ ਜਾ ਰਹੀ ਸੀ ਜਿਹਦੇ ਲਾਗੇ ਮੰਜੇ ਤੇ ਫੈਲਿਆ ਹੋਇਆ ਰੂਪਾਂ ਦਾ ਉਹ ਹੱਡੀਆਂ ਦਾ ਪਿੰਜਰ ਕਦੋਂ ਦੁਪਹਿਰਾਂ ਤੋਂ ਸ਼ਾਮ ਹੋਈ ਕਿਸ ਵੇਲੇ ਸ਼ਾਮ ਰਾਤ ਚ ਵਟ ਗਈ ਰੁਲਿਏ ਨੂੰ ਕੀ ਪਤਾ ਜਿਉਂ ਹੀ ਧਮ ਧਮ ਦੀ ਆਵਾਜ਼ ਰੁਲਿਏ ਦੇ ਕੰਨ 'ਈ ਪਈ ਉਹ ਤਰਬ ਕੇ ਉੱਠ ਬਟਾ ਹੈ ਪਰ ਬਾਤ ਹੋ ਗਈ ਧਮ ਧਮ ਆਵਾਜ਼ ਲੱਗਲੇ ਗੁਰਦੁਆਰੇ 'ਚ ਆ ਰਹੀ ਸੀ ਜਿਹੜੀ ਰੋਜ਼ ਇਸ ਵੇਲੇ ਨਗਾਰਾ ਵੱਜਣ ਦੀ ਆਇਆ ਕਰਦੇ ਜੁਲਿਆ ਉੱਠਿਆ ਉਹਨੇ ਬੱਤੀ ਜਗਾਈ ਇਨੀ ਦੇਰ ਤੋਂ ਨੂੰ ਸਾਰਾ ਕੁਝ ਯਾਦ ਹੋ ਆਇਆ ਜਿਹੜਾ ਰਾਤ ਤੋਂ ਲੈ ਕੇ ਹੁਣ ਤੀਕੋ ਸੋਚਦਾ ਰਿਹਾ ਸੀ ਠੀਕ ਹੈ ਦੁਪਹਿਰੇ 4 ਵਜੇ ਦੀ ਗੱਡੀ ਕਾਫੀ ਵਕਤ ਹੋਏਗਾ ਉੱਛਰ ਤੀਕ ਸਭ ਕੁਝ ਕਰ ਲਾਂਗਾ ਹਜ਼ਾਰ ਤੋਂ ਵੱਧ ਰਕਮ ਤਾਂ ਹੈ ਹੀ ਕੋਲ ਕੁਝ ਮਾਲਕਾਂ ਤੋਂ ਪੇਸ਼ਕੀ ਮੰਗ ਲਾਂਗਾ ਇਨਕਾਰ ਉਹਨੇ ਥੋੜਾ ਕਰਨਾ ਇਸ ਲਈ ਗਰਜ ਜੂ ਹੈ ਉਹਨਾਂ ਨੂੰ ਨਾਲੇ ਮੇਰੇ ਤੇ ਕਾਫੀ ਮਿਹਰਬਾਨ ਨੇ ਕੁਝ ਹੋਰ ਵੀ ਇਕੱਠਾ ਕਰ ਲਾਂਗਾ ਘੜੀ ਜਿਹੜੀ 150 ਦੀ ਲਈ ਸੀ 200 ਟੰਗਾ ਮੈਂ ਕਿਹੜਾ ਕਿਤੇ ਦਫ਼ਤਰ ਜਾਣਾ ਹੁੰਦਾ ਉਸੇ ਦੁਪਹਿਰ ਜਦ ਰੁਲੀਆਂ 4 ਵਜੇ ਦੀ ਗੱਡੀ ਤੇ ਸਵਾਰ ਹੋਇਆ ਤਾਂ 2000 ਤੋਂ ਕੁਝ ਵੱਧ ਕਰੰਸੀ ਦੇ ਨੋਟ ਉਹਨੇ ਲੱਕ ਨਾਲ ਬੰਨੇ ਸਨ ਤੇ ਖੂਬ ਚੌਕਸੀ ਨਾਲ ਵਸਨੇ ਚ ਪਾ ਕੇ ਉਤੋਂ ਦੂਰੇ ਤੀਰੇ ਸੇ ਬਿਆਨਲ ਵਸਨੇ ਦਾ ਮੂੰਹ ਬੰਦ ਕੀ ਧੰਨਵਾਦ